ਉਹ ਮੈਨੂੰ ਏਰਿਕ ਬੈਂਕਸ ਵਰਗੀ ਚਾਹੀਦੀ ਆ, ਵਿੱਕੀ ਭਾਜੀ ਵਰਗੇ ਮੈਨੂੰ ਸ਼ੋਲਡਰ ਚਾਹੀਦੇ ਆ ਵੀ ਫੁੱਦੂ ਸਵਾ। ਕੌਣ ਹੁੰਦਾ ਜਦੋਂ ਤੁਸੀਂ ਜਿਮ ਮਿਊਜ਼ਿਕ ਸੁਣਦੇ ਹੋ ਹੈੱਡਫੋਨ ਦੇ ਵਿੱਚ ਕਿਹੜੇ ਗਾਣੇ ਵੱਜਦੇ ਆ? ਮੈਂ ਬੋਡੀ ਬਿਲਡਿੰਗ ਦਾ ਮੂਸੜਾ ਵਾਂ। ਮਤਲਬ ਇਸ ਚੀਜ਼ ਜੇ ਮੇਰੀ ਬੋਡੀ ਖਤਮ ਹੁੰਦੀ ਪਈ ਆ ਤਾਂ ਦੁਬਾਰਾ ਕੈਮਰੇ 'ਤੇ ਦੇਖੀ, ਹੁਣ ਵੀ ਦੇਖ ਰਹੇ ਕੈਮਰੇ 'ਤੇ ਹੀ, ਬਟ ਹਾਂ ਇੰਟਰਟੇਨਮੈਂਟ ਇੰਡਸਟਰੀ ਬੜੀ ਚੀਜ਼ ਆ। ਮੈਂ ਜਿਮ ਜਾਂਦਾ, ਮੇਰਾ ਮਾਂ ਸ਼ਹੀਦੀ ਸਿੰਘ ਆ, ਮੈਂ ਵਾਲਾ ਸੁਣਦਾ ਪਿਆ, ਉਹ ਇੱਕਦਮ ਮੇਰੇ ਮੂੰਹ ਨੂੰ ਅਕਾਲ ਵੀ ਬਾਬਾ ਦੀਪ ਸਿੰਘ ਜੀ ਨੇ 18 ਸਿਰ ਦਾ ਖੰਡਾ ਫੜਿਆ ਹੋਇਆ ਤੇ ਬਾਬੇ ਨੇ ਕਿੱਦਾਂ ਸਿਰ ਲਾਏ ਹੋਣੇ। ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਦਾ ਆਪਾਂ ਸਭ ਚੜ੍ਹਦੀ ਕਲਾ 'ਚ ਹੋਵਾਂਗੇ। ਅਤੇ ਮੈਂ ਅੱਜ ਜਲੰਧਰ ਆਇਆ ਹੋਇਆ, ਮਸਲੋਲਿਕਸ ਬੈਠਾ ਹੋਇਆ ਵਿਦ ਵਨ ਐਂਡ ਓਨਲੀ ਲਵਪ੍ਰੀਤ ਭਾਅ ਜੀ। ਇਹਨਾਂ ਨੂੰ ਇੰਟਰੋਡਕਸ਼ਨ ਦੇਵਾਂਗਾ ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਜੋ ਅੱਜ ਤੱਕ ਅਚੀਵ ਕੀਤਾ ਆ ਉਹ ਛੋਟਾ ਲੱਗੇਗਾ। ਸੋ ਆਪਾਂ ਗੱਲਬਾਤ ਕਰਦੇ ਹਾਂ ਭਾਅ ਜੀ ਨਾਲ, ਸਾਡਾ ਸਟਾਈਲ ਉਹੀ ਆ, ਪਹਿਲਾਂ ਆਪਾਂ ਰੈਪਿਡ ਫਾਇਰ ਤੋਂ ਸ਼ੁਰੂ ਕਰਦੇ ਹਾਂ, ਫਿਰ ਭਾਅ ਜੀ ਦੇ ਜੋ ਵਿਊਜ਼ ਉਹ 'ਚ ਹੋਣਗੇ ਉਹਦੇ ਤੋਂ ਹੀ ਆਪਾਂ ਅੱਗੇ ਪੋਡਕਾਸਟ ਸ਼ੁਰੂ ਕਰਦੇ ਹਾਂ। ਮੈਂ ਬਹੁਤ ਐਕਸਾਈਟਡ ਹਾਂ ਇਸ ਪੋਡਕਾਸਟ ਲਈ, ਕਿਉਂਕਿ ਜਿੱਦਾਂ ਦੀ ਮੈਂ ਮੇਰੇ ਕੁਐਸਚਨ ਜਿਹੜੇ ਅੰਦਰ ਚੱਲਦੇ ਰਹਿੰਦੇ ਨਾ, ਅਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਮੈਂ ਭਾਅ ਜੀ 'ਚ ਵੀ ਉਹ ਨਾ ਉਹ ਕੰਟੈਂਟ ਦੇਖਿਆ ਹੋਇਆ। ਸੋ ਕੋਸ਼ਿਸ਼ ਕਰਾਂਗੇ ਉਹ ਕੰਟੈਂਟ ਬਾਹਰ ਲੈ ਕੇ ਆਈਏ, ਕਿਉਂਕਿ ਭਾਅ ਜੀ ਇੱਕ ਵਰਡ ਆ, ਨਿਸ਼ਪੱਖ ਹੋ ਕੇ ਗੱਲਬਾਤ ਕਰਦੇ ਆ। ਸੋ ਲੈਟਸ ਸਟਾਰਟ। ਰੈਡੀ ਭਾਅ ਜੀ? ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਕਹਿ ਹੋ ਚੜ੍ਹਦੀ ਕਲਾ ਬਾਬਾ ਜੀ। ਚਲੋ ਵਧੀਆ। ਸੋ ਲੈਟਸ ਸਟਾਰਟ ਵਿਦ ਅ ਰੈਪਿਡ ਫਾਇਰ ਸਟਫ ਭਾਅ ਜੀ, ਮਜ਼ਾ ਆਉਂਦਾ ਇਹਦੇ 'ਚ। ਹਾਂਜੀ ਹੁਣ। ਸੋ ਇਹ ਜਿਹੜਾ ਪਹਿਲਾ ਹੋਏਗਾ ਇੱਥੇ, ਤੁਸੀਂ ਇੱਕ ਵਰਡ ਜਾਂ ਇੱਕ ਨਾਮ ਦੇ ਕੇ ਖਤਮ ਕਰਨਾ ਉਹਨੂੰ। ਸੋ ਆਈ ਵਿਲ ਰਿਕੁਐਸਟ ਕਿ ਆਉਣ ਦਿਓ, ਕੋਸ਼ਿਸ਼ ਕਰਦੇ ਹਾਂ। ਇਹ ਬੜਾ ਕਸੂਤਾ ਇਹ ਕੰਮ ਆ ਵੈਸੇ। ਜੀ ਭਾਜੀ। ਸੋ ਵਨ ਐਕਸਰਸਾਈਜ਼ ਦੈਟ ਯੂ ਵਿਲ ਰੈਕਮੈਂਡ ਟੂ ਐਵਰੀਵਨ, ਕਿ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਕੋਈ ਇੱਕ ਐਕਸਰਸਾਈਜ਼? ਫੁੱਲ ਸਕੁਆਟਸ। ਓਕੇ। ਫੁੱਲ? ਫੁੱਲ ਸਕੁਆਟਸ। ਓਕੇ ਭਾਜੀ। ਸੋ ਤੁਹਾਡੀ ਸਟਰੈਂਥ ਮਸਲ ਕਿਹੜੀ ਆ? ਬੈਕ। ਓਕੇ। ਤੁਹਾਡੀ ਵੀਕ ਮਸਲ ਕਿਹੜੀ ਆ? ਚੈਸਟ। ਓਕੇ। ਫੇਵਰਿਟ ਸੋਰਸ ਆਫ ਕਾਰਬ ਕੀ ਆ ਤੁਹਾਡਾ? ਰਾਈਸ। ਇਹ ਤੁਸੀਂ ਇੱਧਰ ਕਿਉਂ ਦੇਖਿਆ? ਚੌਲ ਖਾਣੇ ਜ਼ਿਆਦਾ। ਸੋ ਫੇਵਰਿਟ ਸੋਰਸ ਆਫ ਪ੍ਰੋਟੀਨ ਕੀ ਹੈ ਤੁਹਾਡਾ? ਚਿਕਨ। ਗੁੱਡ। ਵਨ ਫੂਡ ਜਿਹੜਾ ਤੁਸੀਂ ਹੇਟ ਕਰਦੇ ਹੋ ਬਟ ਤੁਹਾਨੂੰ ਰੋਜ਼ ਖਾਣਾ ਪੈਂਦਾ ਪਿਆ? ਨਹੀਂ ਭਾਅ ਜੀ, ਇੱਦਾਂ ਕੋਈ ਫੂਡ ਨਹੀਂ ਹੈ, ਮਾਲਕ ਦਾ ਬਹੁਤ ਸ਼ੁਕਰ ਆ। ਗ੍ਰੇਟ। ਇੱਦਾਂ ਦਾ ਫੂਡ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਬਟ ਖਾ ਨਹੀਂ ਪਾ ਰਹੇ? ਮਤਲਬ ਅੱਜ ਕੱਲ੍ਹ ਨਹੀਂ ਖਾ ਪਾ ਰਿਹਾ, ਘਰ ਸਿਆਲਾਂ ਦੇ ਵਿੱਚ ਸਰੋਂ ਦਾ ਸਾਗ, ਮੱਕੀ ਰੋਟੀ, ਘੇ ਪਾ ਕੇ ਪਿੰਨੀਆਂ। ਓਕੇ। ਐਂਡ ਤੁਹਾਡਾ ਫੇਵਰਿਟ ਆਰਟਿਸਟ ਕੌਣ ਹੁੰਦਾ ਜਦੋਂ ਤੁਸੀਂ ਜਿਮ ਮਿਊਜ਼ਿਕ ਸੁਣਦੇ ਹੋ ਹੈੱਡਫੋਨ ਦੇ ਵਿੱਚ, ਕਿਹੜੇ ਗਾਣੇ ਵੱਜਦੇ ਆ, ਕਿਹੜੇ ਆਰਟਿਸਟ ਦੇ ਗਾਣੇ ਵੱਜਦੇ ਆ? ਭਾਅ ਜੀ ਸ਼ਹੀਦੀ ਵਾਰਾਂ ਚੱਲਦੀਆਂ ਜੀ। ਸ਼ਹੀਦੀ ਵਾਰਾਂ ਚੱਲਦੀਆਂ। ਤੁਹਾਡੀ ਫੇਵਰਿਟ ਬੁੱਕ? ਫੇਵਰਿਟ ਬੁੱਕ ਦ ਸੀਕ੍ਰੇਟ। ਦ ਸੀਕ੍ਰੇਟ। ਓਕੇ। ਤੁਹਾਡਾ ਅਲਟੀਮੇਟ ਗੋਲ ਕੀ ਆ ਬਾਡੀ ਬਿਲਡਿੰਗ ਦੇ ਵਿੱਚ? ਅਲਟੀਮੇਟ ਗੋਲ ਮੇਰਾ ਬਾਡੀ ਬਿਲਡਿੰਗ 'ਚ ਆ ਵੀ ਮੈਂ ਆਪਣੇ ਆਪ ਨੂੰ ਇੰਟਰਨੈਸ਼ਨਲੀ ਰਿਪ੍ਰਜੈਂਟ ਕਰਨਾ ਚਾਹੁੰਦਾ ਬੀਂਗ ਆ ਪੰਜਾਬੀ। ਓਕੇ। ਕਿਉਂਕਿ ਆਪਣੀਆਂ ਹੋਰ ਬਥੇਰੀਆਂ ਇਹੋ ਜਿਹੀਆਂ ਗੇਮਾਂ ਨੇ ਜਿਵੇਂ ਆਪਣੀ ਮਾਂ ਖੇਡ ਕਬੱਡੀ ਆ ਜਾਂ ਹੋਰ ਗੇਮਾਂ ਨੇ, ਇਹ ਸਿਰਫ ਇੰਡੀਆ ਵਿੱਚ ਖੇਡੀਆਂ ਜਾਂਦੀਆਂ, ਸੋ ਇਹਨਾਂ ਇੱਥੇ ਕੁ ਪ੍ਰਚਲਿਤ ਨੇ। ਓਕੇ। ਆਪਾਂ ਇਹੋ ਜਿਹੀ ਗੇਮ ਫੜ ਕੇ ਚੱਲੇ ਹਾਂ ਜਿਹੜੀ ਇੰਡੀਆ ਨਹੀਂ ਇਕੱਲੀ ਸਿਰਫ ਇੰਟਰਨੈਸ਼ਨਲੀ ਉਹਦੀ ਰਿਕਗਨਾਈਜੇਸ਼ਨ ਆ, ਉੱਥੇ ਪਤਾ ਲੱਗੇ ਹਾਂ ਵੀ ਕੋਈ ਪੰਜਾਬੀ ਆਇਆ। ਓ ਬਿਊਟੀਫੁੱਲ ਭਾਅ ਜੀ। ਹੁਣ ਆਪਾਂ ਚੱਲਦੇ ਹਾਂ ਟਰੂ ਫਾਲਸ ਵਾਲਾ। ਇਟ ਵਿਲ ਬੀ ਟਰੂ ਔਰ ਫਾਲਸ, ਠੀਕ ਆ? ਜੈਨੇਟਿਕਸ ਪਲੇ ਇੰਪੋਰਟੈਂਟ ਰੋਲ ਇਨ ਬੋਡੀ ਬਿਲਡਿੰਗ? ਟਰੂ। ਵੇਟ ਲੋਸ ਸ਼ੇਕ ਹੀ ਮੇਨ ਰੀਜ਼ਨ ਹੈਗਾ ਵੇਟ ਲੋਸ ਦਾ? ਫਾਲਸ। ਨੈਚੁਰਲ ਬੋਡੀ ਬਿਲਡਿੰਗ ਕੰਪੀਟੀਸ਼ਨ ਆਰ 100% ਨੈਚੁਰਲ? ਕਿਤੇ ਕਿਤੇ ਦੁਬਾਰਾ। ਨੈਚੁਰਲ ਬੋਡੀ ਬਿਲਡਿੰਗ ਕੰਪੀਟੀਸ਼ਨਸ ਆਰ 100% ਨੈਚੁਰਲ? ਫਾਲਸ। ਯੂ ਕੈਨੋਟ ਵਿਨ IFBB ਪ੍ਰੋ ਕਾਰਡ ਵਿਦ ਅ ਵੈਜੀਟੇਰੀਅਨ ਡਾਈਟ? ਵਾਹ, ਯੂ ਕੈਨ ਨਾਟ। ਯੈਸ ਯੂ ਕੈਨ ਨਾਟ ਅਕੋਰਡਿੰਗ ਟੂ ਮੀ। ਓਕੇ। ਦਿਸ ਇਜ਼ ਅਕੋਰਡਿੰਗ ਟੂ ਯੂ, ਐਵਰੀਥਿੰਗ ਇਜ਼ ਅਕੋਰਡਿੰਗ ਟੂ ਯੂ। ਜਿਮ ਜਾਣ ਨਾਲ ਹਾਈਟ ਰੁਕਦੀ ਹੈ? ਫੁੱਦੂ ਸਵਾਲ। ਸੌਰੀ ਭਾਅ ਜੀ, ਤੁਸੀਂ ਮੈਂ ਬੋਡਿੰਗ ਨਹੀਂ ਮਾਰਨੀ ਚਾਹੁੰਦਾ, ਪਰ ਇਹ ਬਹੁਤ ਤਗੜਾ ਹੈ ਨਾ, ਇਹਨੂੰ ਦਿਲਾ ਦਵਾ ਕੇ ਇਹ ਹੁਣ ਹਾਈਲਾਈਟ ਚੱਲਣੀ ਹੈ। ਇਹ ਪੰਜਾਬੀ ਹੈ ਮਹਾਰਾਜ ਜੀ। ਅਗਲਾ ਵੀ ਇੱਦਾਂ ਹੀ ਭਾਈ, ਪਰ ਜਵਾਬ ਥੋੜ੍ਹਾ ਅੱਧੀ ਸੁਣ ਆਜੋ। ਯੂ ਕੈਨ ਨਾਟ ਪ੍ਰੋਡਿਊਸ ਬੇਬੀਜ਼ ਆਫਟਰ ਯੂਜ਼ਿੰਗ PEDs? ਮਤਲਬ ਯੈਸ, ਇਟ ਡਿਪੈਂਡਸ ਕਿ ਤੁਹਾਡੇ ਜੈਨੇਟਿਕਸ 'ਤੇ ਡਿਪੈਂਡ ਕਰਦਾ ਵੀ ਕਈਆਂ ਦੇ PEDs ਤੋਂ ਬਾਅਦ ਇਫੈਕਟ ਕਰਦੇ ਨੇ ਸੀਮਨ,
ਕਈਆਂ ਦੇ ਨਹੀਂ ਕਰਦੇ ਨੇ ਬਟ ਮੋਸਟ ਆਫ ਦਾ ਟਾਈਮ ਕਰਦੇ ਨੇ ਤੁਸੀਂ ਉਹ ਥੈਰੇਪੀ ਕਿੱਦਾਂ ਕਰਵਾਉਂਦੇ ਹੋ ਉਹ ਚੀਜ਼ਾਂ ਵੀ ਮੈਟਰ ਕਰਦੀਆਂ ਆ ਯਾ ਇਹਦੇ ਲਈ ਭਾਜੀ ਮਤਲਬ ਜਿਹੜੇ ਇਹ ਸਪੈਸ਼ਲਿਸਟ ਨੇ ਤੁਹਾਡੀ ਜੋ ਫਰਟੀਲਿਟੀ ਨੂੰ ਤੁਹਾਡੇ ਇਸ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਉਹਨਾਂ ਨੂੰ ਸਾਨੂੰ ਹਾਇਰ ਕਰਨਾ ਪੈਂਦਾ ਅਲੱਗ ਤੋਂ ਡਾਕਟਰ ਸਹੀ ਸਲਾਹ ਜ਼ਰੂਰੀ ਹੈ ਬਿਲਕੁਲ ਇਹ ਤੁਸੀਂ ਇਟਸ ਟਰੂ ਜੋ ਤੁਸੀਂ ਕਿਹਾ ਅਗਲਾ ਭਾਜੀ ਬੜਾ ਪਿਆਰਾ ਸਵਾਲ ਆ ਥੋੜ੍ਹਾ ਜਿਹਾ ਲੈ ਕੇ ਚੱਲਣਾ ਤੁਸੀਂ ਇਹਨੂੰ ਅਲਾਈਨ ਕਰਨਾ ਹੈ ਇਨ ਪ੍ਰਾਇਓਰਟੀ ਫੋਰ ਗਰੋਇੰਗ ਮਸਲ ਮੈਂ ਤੁਹਾਨੂੰ ਪੰਜ ਚੀਜ਼ਾਂ ਦੱਸਣੀਆਂ ਜੇ ਤੁਸੀਂ ਮਸਲ ਗਰੋ ਕਰਨੀ ਆ ਜਾਂ ਕੋਈ ਵੀ ਬੰਦਾ ਮਸਲ ਗਰੋ ਕਰਨੀ ਚਾਹੁੰਦਾ ਇਹਨਾਂ ਪੰਜਾਂ 'ਚੋਂ ਪਹਿਲਾਂ ਇਹਨੂੰ ਫੜੇ ਸੋ 1, 2, 3, 4, 5 ਪ੍ਰਾਇਓਰਟੀ ਵਾਈਜ਼ ਹੀ ਸੈੱਟ ਕਰਨਾ ਹੈ ਸੋ ਦੋਜ਼ ਆਰ ਫਸਟ ਹੈ ਡਾਇਟ PEDs ਐਕਸਰਸਾਈਜ਼ ਸਪਲੀਮੈਂਟ ਰਿਕਵਰੀ ਤੁਸੀਂ ਕਿੱਦਾਂ ਅਲਾਈਨ ਕਰੋਗੇ ਡਾਇਟ ਓਕੇ ਟ੍ਰੇਨਿੰਗ ਐਕਸਰਸਾਈਜ਼ ਐਕਸਰਸਾਈਜ਼ ਸਪਲੀਮੈਂਟ ਰਿਕਵਰੀ PED optional if you are athlete then only so, last hundi hai last hundi hai loki shuruaat itho karde galat okay align this in priority for losing fat a muscle growth is losing fat faster cardio calorie deficient ch rehna resistance training karni low carb diet avoid junk food avoid karna caloric deficit avoid junk food low carbs resistance training last one faster cardio fifth okay bhaji so ਤੁਸੀਂ ਹੁਣੇ ਦੱਸਿਆ ਕਿ ਜਦੋਂ ਤੁਸੀਂ ਪ੍ਰੋ ਸ਼ੋਅ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਕੋਈ ਵੀ ਸੌਂਗ ਚਲਾ ਸਕਦੇ ਹੋ ਤੁਸੀਂ ਕਿਹੜਾ ਚਲਾਓਗੇ ਮੈਂ ਬਾਬਾ ਬੰਦਾ ਸਿੰਘ ਦੀ ਵਾਰ ਚਲਾਉਂਗਾ ਬਾਬਾ ਬੰਦਾ ਸਿੰਘ ਦੀ ਵਾਰ ਚਲਾਓਗੇ ਗੁੱਡ ਦੈਟ ਵਾਸ ਆਲ ਅਬਾਊਟ ਦਾ ਰੈਪਿਡ ਫਾਇਰ ਸੈਮ ਮਜ਼ਾ ਆਇਆ ਮੈਨੂੰ ਵਧੀਆ ਲੱਗਿਆ ਹਾਂਜੀ ਹੁਣ ਮੈਨੂੰ ਬਹੁਤ ਗੁੱਡ ਸੀ ਕੰਮ ਤੁਸੀਂ ਗੱਲ ਕੀਤੀ ਜੈਨੇਟਿਕਸ ਦੀ ਹੈਨਾ ਜੀ ਤਾਂ ਮੈਂ ਮੇਰੀ ਏਜ ਆ 28 29 ਸਾਲ ਦੀ ਏਜ ਦਾ ਕੋਈ ਵੀ ਬੰਦਾ ਹੈ ਮੇਰੇ ਫਾਦਰ ਸਾਹਿਬ ਕਬੱਡੀ ਨਹੀਂ ਖੇਲਦੇ ਰਹੇ ਮੇਰੇ ਤਾਇਆ ਜੀ ਕਬੱਡੀ 'ਚ ਨਹੀਂ ਰਹੇ ਠੀਕ ਆ ਮੇਰੇ ਮਾਮਾ ਜੀ ਨਹੀਂ ਸੀਗੇ ਹੈ ਨਾ ਸੋ ਤੁਸੀਂ ਇੱਕ ਇਹੋ ਜਿਹੀ ਜੀਨਸ ਨੂੰ ਰਿਪ੍ਰੈਜ਼ੈਂਟ ਕਰਦੇ ਪਏ ਹੋ ਤਾਂ ਕੀ ਮੈਨੂੰ ਇਹ ਦੇਖਣਾ ਚਾਹੀਦਾ ਹੈ ਕਿ ਮੈਂ ਜੇ ਬਾਡੀ ਬਿਲਡਿੰਗ 'ਚ ਜਾ ਰਿਹਾ ਹਾਂ ਕਿ ਇਹ ਚੀਜ਼ਾਂ ਮੈਂ ਦੇਖ ਲਾਂ ਪਹਿਲਾਂ ਫਿਰ ਇਸ ਚੀਜ਼ 'ਚ ਐਂਟਰ ਕਰਾਂ ਕੁਝ ਲੋਕ ਜਿਨ੍ਹਾਂ 'ਚ ਜੀਨਸ ਹੁੰਦੀਆਂ ਨੇ ਬਟ ਉਹ ਇਸ ਰੱਬ ਦੇ ਜਾਂ ਦਿੱਤਾ ਹੋਇਆ ਜਿਹੜਾ ਉਹਨਾਂ ਨੂੰ ਵਰਦਾਨ ਕਹਿ ਲਾਂ ਜਾਂ ਮੈਂ ਉਹਨਾਂ ਨੂੰ ਜੋ ਨਾ ਬਲੈਸਿੰਗ ਦਿੱਤੀਆਂ ਆ ਉਹਨੂੰ ਦੇਖਦੇ ਨਹੀਂ ਆ ਐਂਡ ਦੇ ਆਰ ਲੈਸ ਵੇਸਟਿੰਗ ਈਟਿੰਗ ਫੂਡ ਐਂਡ ਸੋ ਇਹ ਦੇਖਣਾ ਜ਼ਰੂਰੀ ਆ ਹੁੰਦਾ ਆ ਮੇਰੇ ਲਈ ਪੋਸੀਬਲ ਆ ਭਾਜੀ ਬਹੁਤ ਵਧੀਆ ਸਵਾਲ ਆ ਤੁਹਾਡਾ ਜੈਨੇਟਿਕਸ ਨੂੰ ਪਹਿਲੇ ਨੰਬਰ ਆਪਾਂ ਗੱਲ ਕਰੀਏ ਟੈਸਟ ਨਹੀਂ ਕੀਤਾ ਜਾ ਸਕਦਾ ਇੱਦਾਂ ਦਾ ਕੋਈ ਟੈਸਟ ਨਹੀਂ ਬਣਿਆ ਜਿੱਥੋਂ ਜੈਨੇਟਿਕਸ ਟੈਸਟ ਹੋ ਜਾਣ ਬਾਡੀ ਬਿਲਡਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਰੋਲ ਪਲੇ ਕਰਦੇ ਨੇ ਜੈਨੇਟਿਕਸ ਜੇ ਤੁਹਾਡੇ ਕੋਲ ਜੈਨੇਟਿਕਸ ਨੇ ਤੁਸੀਂ ਕਹਿ ਲਓ ਚਾਂਦੀ ਦਾ ਚਮਚ ਲੈ ਕੇ ਜੰਮੇ ਹੋ ਠੀਕ ਹੈ ਨਹੀਂ ਜੇ ਤੁਹਾਡੇ ਕੋਲ ਜੈਨੇਟਿਕਸ ਜੇ ਤੁਹਾਡੇ ਕੋਲ ਕੰਪੈਰੇਟਿਵਲੀ ਲੈਸ ਸੁਪੀਰੀਅਰ ਜੈਨੇਟਿਕਸ ਨੇ ਤੁਹਾਨੂੰ ਤੁਸੀਂ ਉਸ ਲੈਵਲ ਤੱਕ ਪਹੁੰਚਣਾ ਔਖਾ ਹੋ ਜਾਣਾ ਤੁਹਾਨੂੰ ਪਰ ਤੁਸੀਂ ਪਹੁੰਚ ਜਾਓਗੇ ਸਮਹਾਉ ਮਿਹਨਤ ਕਰਕੇ ਜੇ ਤੁਹਾਡੇ ਕੋਲ ਜੈਨੇਟਿਕਸ ਨਹੀਂ ਨੇ ਯੂ ਕੈਨ ਨਾਟ ਡੂ ਬਾਡੀ ਬਿਲਡਿੰਗ ਤੁਸੀਂ ਬਾਡੀ ਬਿਲਡਿੰਗ ਕਰ ਹੀ ਨਹੀਂ ਸਕਦੇ ਤੁਹਾਡੇ ਕੋਲ ਜੈਨੇਟਿਕਸ ਨਹੀਂ ਹੈਗੇ ਓਕੇ ਸੋ ਜੈਨੇਟਿਕਸ ਹੈਗੇ ਨੇ ਕੰਪੈਰੇਟਿਵਲੀ ਲੈਸ ਸੁਪੀਰੀਅਰ ਜੈਨੇਟਿਕਸ ਐਂਡ ਨੋ ਜੈਨੇਟਿਕਸ ਕੋਈ ਗੇਮ ਨਹੀਂ ਕਰ ਸਕਦੇ ਸੋ ਇਹਦੇ ਵਿੱਚ ਤੁਸੀਂ ਡਿਫਰੈਂਸ਼ੀਏਟ ਕਿੱਦਾਂ ਕਰ ਸਕਦੇ ਹੋ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਸ਼ੁਰੂਆਤ ਕਰਦੇ ਹੋ ਸਾਲ ਦੋ ਸਾਲ ਤਿੰਨ ਸਾਲ ਨੈਚੁਰਲੀ ਆਪਣੀ ਬਾਡੀ ਨੂੰ ਦੇਖੋ ਵੀ ਕਿੰਨਾ ਗਰੋ ਕਰਦੀ ਆ ਨੈਚੁਰਲ ਲਿਫਟ ਤੁਹਾਡੀ ਕਿੰਨੀ ਵੱਧਦੀ ਆ ਆਪਣੀ ਡਾਇਟ ਨੂੰ ਪ੍ਰੋਪਰ ਇੱਕ ਪੈਟਰਨ ਦੇ ਵਿੱਚ ਇੱਕ ਸੀਕੁਐਂਸ ਦੇ ਵਿੱਚ ਰੱਖੋ ਵੀ ਹਾਂ ਮੈਂ ਦਿਨ ਦੇ ਇੰਨੇ ਮੀਲ ਖਾ ਰਿਹਾ ਇੰਨੀ ਕੈਲਰੀਜ਼ ਲੈ ਰਿਹਾ ਤਿੰਨ ਕੁ ਸਾਲ ਆਪਣੇ ਆਪ ਨੂੰ ਦਿਓ ਤਿੰਨਾਂ ਸਾਲਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜੂ ਮੇਰੀ ਬਾਡੀ ਗਰੋ ਹੋ ਰਹੀ ਆ ਨੈਚੁਰਲੀ ਬਾਡੀ ਬੋਲੂਗੀ ਹਾਂ ਬੋਲੂਗੀ ਉਹ ਚੱਲੂਗੀ ਚੱਲਣ ਲੱਗ ਪਊਗੀ ਜੇ ਨਹੀਂ ਚੱਲਦੀ ਫਿਰ ਨਾ ਕਰਿਓ ਇੱਥੇ ਟਾਈਮ ਵੇਸਟ ਆਪਣਾ ਕਿਸੇ ਪੁਆਇੰਟ ਤੇ ਜਾ ਕੇ ਸਾਨੂੰ ਰੁਕ ਜਾਣਾ ਵੀ ਚਾਹੀਦਾ ਹੈ ਕਿਉਂਕਿ ਲੋਕੀ ਸਟਾਰਟ ਪੁਸ਼ਿੰਗ ਦੇ ਹਮਸੈਲਫ ਇਨਟੂ ਡਿਪੈਂਡਸ ਭਾਜੀ ਜੇ ਤੁਹਾਡਾ ਗੋਲ ਆ ਬਾਡੀ ਬਿਲਡਿੰਗ ਕਰਨਾ ਫਿਰ ਤੁਸੀਂ ਰੁਕ ਜਾਓ ਤੁਹਾਡੇ ਲਈ ਨਹੀਂ ਬਣਿਆ ਜੇ ਤੁਹਾਡਾ ਗੋਲ ਆ ਜਨਰਲ ਫਿਟਨੈਸ ਫਿਰ ਨਹੀਂ ਫਿਰ ਤੁਸੀਂ ਕੰਟੀਨਿਊ ਰੱਖੋ ਜੀ ਕਿਉਂਕਿ ਅੱਜ ਹੋਰ ਵੀ ਕਾਫੀ ਆਪਸ਼ਨਸ ਹੈਗੀਆਂ ਨੇ ਅਦਰ ਦੈਨ ਬਾਡੀ ਬਿਲਡਿੰਗ ਤੁਸੀਂ ਕੁਛ ਨਾ ਕੁਛ ਵਧੀਆ ਕਰ ਹੀ ਲਓਗੇ ਜਿਮ ਜਾਣਾ ਨਹੀਂ ਛੱਡਣਾ ਤੁਸੀਂ ਚਾਹੇ ਤੁਹਾਡੇ ਕੋਲ ਜੈਨੇਟਿਕਸ ਹੈਗੇ ਨਹੀਂ ਹੈਗੇ ਜਿਮ ਨਹੀਂ ਜਾਣਾ ਛੱਡਣਾ ਬਟ ਇਹ ਨਾ ਕਿ ਇਹ ਨਾ ਸੋਚੀ ਜਾਓ ਕਿ ਯਾਰ ਸ਼ਾਇਦ ਮੇਰਾ PEDs ਨਾਲ ਹੀ ਨਹੀਂ ਕੰਮ ਚੱਲਣ ਦਿਆ ਉਧਰਲੇ ਪਾਸੇ ਜਾਣ ਨੂੰ ਭਾਈ ਜਿਹੜੇ ਕੋ ਜੈਨੇਟਿਕਸ ਹੈ ਨਹੀਂ ਨਾ ਉਹਨਾਂ ਦਾ PED ਨਾਲ ਕੁਝ ਨਹੀਂ ਬਣਦਾ ਇਸ ਗੁੱਡ ਹਾਂ ਸੋ ਇਹ ਮੇਰਾ ਵੈਸੇ ਮੈਂ ਨਾ ਭਾਜੀ ਤੁਹਾਡੀ ਇੱਕ ਵੀਡੀਓ ਦੇਖੀ ਮੈਂ ਹਰ ਇੱਕ ਬੰਦੇ ਨੂੰ ਕਹਾਂਗਾ ਤੁਹਾਡੀ ਉਹ ਵੀਡੀਓ ਦੇਖੇ ਜੀ ਤੁਹਾਡਾ 2-3 ਵੀਕ ਆਊਟ ਸੀਗਾ ਹਾਂ ਐਂਡ ਮੈਂ ਤਾਂ ਇੱਥੇ ਮੋਸ਼ਨ ਦੀ ਗੱਲ ਕਰਦਾ ਹਾਂ ਹਾਂ ਤੁਸੀਂ ਸਵੇਰੇ ਉੱਠੇ ਸੁੱਤੇ ਸੀਗੇ ਤੁਸੀਂ ਵੀਡੀਓ ਦੇ ਵਿੱਚ ਮੈਂ ਦਾ ਲਿੰਕ ਵੀ ਪਾਵਾਂਗਾ ਨਾਲ ਤੇ ਤੁਹਾਡੀ ਬਾਡੀ ਲਾਈਕ ਯੂ ਵਰ ਲਾਈਕ ਮੈਨੂੰ ਬਸ ਚੱਕ ਕੇ ਇੱਥੇ ਲੈ ਕੇ ਲੈ ਜਾਓ ਤੁਸੀਂ ਮਾਹੇ ਲੈਗ ਲਾਈ ਇੱਕ ਇੱਕ ਲੈਗ ਲਾਈ ਤੁਸੀਂ ਆਪੇ ਦੇਖਿਓ ਵੀਡੀਓ ਇੱਕ ਜਾ ਕੇ ਸ਼ਾਇਦ ਤੁਸੀਂ ਨੋਟਿਸ ਕੀਤਾ ਨਹੀਂ ਕੀਤਾ ਹਾਂ ਤੁਸੀਂ ਕਬੱਡੀ ਟੂਰਨਾਮੈਂਟ 'ਚ ਗਏ ਹਾਂ ਉਸ ਦਿਨ ਉੱਥੇ ਤੁਸੀਂ ਆਪਣੀ એનર્ਜੀ ਦੇਖਿਓ ਯੈਸ ਹਾਂ ਤੁਸੀਂ ਉੱਥੇ ਭਾਜੀ ਜਿੱਦਾਂ ਉਹ ਮਿੱਟੀ ਨੇ ਤੁਹਾਨੂੰ ਚੱਕਿਆ ਯੂ ਪਰਫਾਰਮਡ ਦੇ ਯਾਰ ਦੈਟ ਵਾਸ ਇੱਕ ਨੂਰ ਸੀਗਾ ਮੂੰਹ ਦੇ ਉੱਤੇ ਠੀਕ ਆ ਜਿੱਦਾਂ ਹੀ ਬਾਹਰ ਆਏ ਓ ਵਾਹ ਠੀਕ ਆ ਹਿੱਲਾ ਜਾਓ ਮੈਨੂੰ ਹਾਂ
ਉੱਥੇ ਮੈਨੂੰ ਇਹ ਚੀਜ਼ ਮਹਿਸੂਸ ਹੋਈ ਕਿ ਵਾਕਈ ਯਾਰ ਜਿਹੜਾ ਬੰਦਾ ਕਨੈਕਟ ਕਰਦਾ ਨਾ ਉਸ ਚੀਜ਼ ਨਾਲ ਉਹ ਕਿਵੇਂ ਕਰਦਾ ਹੈ ਜੀ ਤੁਹਾਡੀ ਇਸ ਇਮੋਸ਼ਨ ਨਾਲ ਤੁਹਾਡਾ ਕੀ ਇਹਨੂੰ ਐਕਸਪਲੋਰ ਕਰਨਾ ਚਾਹੋਗੇ ਤੁਸੀਂ ਆਪਾ ਜੀ ਬਿਲਕੁਲ ਸਹੀ ਗੱਲ ਆ ਤੁਹਾਡੀ ਵੀ ਜਿਸ ਚੀਜ਼ ਲਈ ਅਸੀਂ ਬਣੇ ਆ ਨਾ ਸਾਨੂੰ ਉਹਦੇ ਨਾਲ ਦੇਖ ਕੇ ਸਾਡੇ 'ਚ ਚਮਕ ਆ ਜਾਂਦੀ ਆ ਵੀ ਯਾਰ ਆਹ ਮੇਰੀ ਚੀਜ਼ ਆ ਮੈਂ ਆਹ ਲੱਗਿਆ ਕਰ ਇਹਦੇ ਲਈ ਮੈਂ ਇੰਨੀ ਮਿਹਨਤ ਕੀਤੀ ਆ ਬਾਕੀ ਅਸੀਂ ਆਪਣੇ ਆਪ ਲਈ ਕੀ ਹੋ ਰਿਹਾ ਸਾਡੇ ਆਲੇ ਦੁਆਲੇ ਅਸੀਂ ਇਸ ਜ਼ੋਨ 'ਚ ਹੀ ਨਹੀਂ ਹੈਗੇ ਅਸੀਂ ਇਸੇ ਜ਼ੋਨ 'ਚ ਆ ਵੀ ਮੈਂ ਸਟੇਜ 'ਤੇ ਜਾਣਾ ਜਾਂ ਮੈਂ ਆਪਣੇ ਲੋਕਾਂ ਨੂੰ ਰਿਪ੍ਰਜੈਂਟ ਕਰਨਾ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਹਾਂ ਇਹ ਇੱਕ ਗੇਮ ਆ ਅਸੀਂ ਇਹਦੇ ਵਿੱਚ ਬਹੁਤ ਅੱਗੇ ਹਾਂ ਜਦੋਂ ਸਾਨੂੰ ਉਹ ਮੌਕਾ ਮਿਲਦਾ ਫਿਰ ਸਾਡੇ 'ਚ ਕੁਛ ਇੱਕ ਅਲੱਗ ਹੀ ਐਨਰਜੀ ਆ ਜਾਂਦੀ ਬਾਕੀ ਉਹ ਫਿਰ ਅਸੀਂ ਇਹ ਨਹੀਂ ਦੇਖਦਾ ਜ਼ੀਰੋ ਕਾਰਬਸ ਨੇ ਲੋਅ ਕੈਲਰੀਜ਼ ਨੇ ਉੱਦਾਂ ਅਸੀਂ ਭਲਾ ਵੀ ਕਹਿ ਲਓ ਪੰਜਾਬੀ ਐਵੇਂ ਕਹੀਏ ਵੀ ਮਰੇ ਹੋਈਏ ਪਰ ਜਦੋਂ ਸਾਨੂੰ ਮੌਕਾ ਮਿਲਦਾ ਨਾ ਅਸੀਂ ਉਹਨਾਂ ਪੰਜਾਂ ਸੱਤਾਂ ਮਿੰਟਾਂ ਲਈ ਤਾਂ ਇੰਨੀ ਮਿਹਨਤ ਕਰਦੇ ਹਾਂ ਸੋ ਜੋ ਮਿਲਿਆ ਤੁਹਾਨੂੰ ਚੰਗੀ ਤਰ੍ਹਾਂ ਯੂਟੀਲਾਈਜ਼ ਕਰੋ ਜਿੰਨੇ ਬੈਠੇ ਆ ਉਹ ਆ ਕੇ ਕੁਝ ਨੂੰ ਪਤਾ ਹੁੰਦਾ ਹੈ ਕਿਸੇ ਨੂੰ ਨਹੀਂ ਪਤਾ ਕੌਣ ਮੈਂ ਹੈ ਇੱਕ ਬੰਦਾ ਜਿਹੜਾ ਕਿਸ ਲੈਵਲ ਤੇ ਜਾ ਕੇ ਜਿੱਤ ਜਾਂਦਾ ਆ ਉੱਥੇ ਤੁਹਾਡੀ ਕਿਤੇ ਨਾ ਕਿਤੇ ਮਿੱਟੀ ਨਾਲ ਪਿਆਰ ਵੀ ਹੰਬਲਨੈਸ ਵੀ ਪਤਾ ਲੱਗਦੀ ਹੈ ਕਿ ਭਾਜੀ ਮੈਂ ਕਿਉਂ ਸ਼ਰਟ ਖੋਲਾਂਗਾ ਹਾਂ ਠੀਕ ਆ ਤੇ ਉੱਥੇ ਤੁਸੀਂ ਪ੍ਰਾਊਡਲੀ ਲਾਈਕ ਕਿਉਂਕਿ ਉਹਦਾ ਉਹਦਾ ਉਹਦੀ ਵਜ੍ਹਾ ਇਹ ਆ ਵੀ ਉਹ ਜਿਸ ਪਿੰਡ 'ਚ ਕਬੱਡੀ ਟੂਰਨਾਮੈਂਟ ਹੋਇਆ ਉਹ ਮੇਰੇ ਆਪਣੇ ਪਿੰਡ ਨੇ ਉਹ ਸਾਡੀ ਆਪਣੀ ਮਿੱਟੀ ਆ ਅਤੇ ਮੇਰਾ ਸਾਰਾ ਹੀ ਜਿਹੜਾ ਫੈਮਿਲੀ ਬੈਕਗਰਾਊਂਡ ਆ ਇਹ ਕਬੱਡੀ ਤੋਂ ਮੇਰੇ ਤਾਇਆ ਜੀ ਕਬੱਡੀ ਖੇਡਦੇ ਰਹੇ ਮੇਰੇ ਫਾਦਰ ਸਾਹਿਬ ਕਬੱਡੀ ਖੇਡਦੇ ਰਹੇ ਮੇਰੇ ਚਾਚਾ ਜੀ ਪੋਲਵਾੜ ਦੇ ਪਲੇਅਰ ਸੀਗੇ ਮੈਂ ਬੜੀਆਂ ਜਗ੍ਹਾ ਦੱਸ ਚੁੱਕਿਆ ਬੜੀ ਜਗ੍ਹਾ ਦੱਸ ਚੁੱਕਿਆ ਬਟ ਹਾਂ ਉਹ ਮਿੱਟੀ ਨਾਲ ਸਾਡਾ ਬਹੁਤ ਜੁੜਾ ਵਾ ਅਤੇ ਜਦੋਂ ਮੈਂ ਆਪਣੇ ਲੋਕਾਂ ਦੇ ਵਿੱਚ ਜਾਂਦਾ ਆਪਣਿਆਂ 'ਚ ਜਾਂਦਾ ਸਾਰੇ ਮੇਰੇ ਆਪਣੇ ਨੇ ਮੈਨੂੰ ਬਹੁਤ ਪਿਆਰ ਕਰਦੀ ਯਾਰ ਦੁਨੀਆ ਬਹੁਤ ਮੈਂ ਸ਼ੁਕਰਾਨਾ ਕਰਦਾ ਮਹਾਰਾਜ ਦਾ ਵੀ ਸ਼ਾਇਦ ਇੰਨੇ ਜੋਗੇ ਵੀ ਨਹੀਂ ਮਾਲਕ ਜਿੰਨਾ ਬਖਸ਼ੀ ਜਾਂਦਾ ਪਰ ਉੱਥੇ ਜਾ ਕੇ ਕੁਛ ਅਲੱਗ ਕਨੈਕਸ਼ਨ ਹੁੰਦਾ ਤੁਹਾਡਾ ਆਪਣੇ ਲੋਕਾਂ ਨਾਲ ਜਦੋਂ ਉਹਨਾਂ ਦੀ ਅੱਖਾਂ 'ਚ ਤੁਸੀਂ ਇਹ ਦੇਖਦੇ ਆ ਨਾ ਵੀ ਜੇ ਮੇਰੇ ਤੋਂ ਕੋਈ ਛੋਟਾ ਵੀ ਯਾਰ ਮੈਂ ਭਾਜੀ ਵਰਗਾ ਬਣਨਾ ਜਾਂ ਮੇਰੇ ਕੋਈ ਬਾਹਲਾ ਛੋਟਾ ਸੀ ਉਹਨਾਂ ਚਾਚੇ ਵਰਗਾ ਬਣਨਾ ਉਹ ਚੀਜ਼ ਮੈਨੂੰ ਭਾਜੀ ਮੈਨੂੰ ਕਰੇਜ਼ੀ ਕਰਦੀ ਆ ਉਹ ਚੀਜ਼ ਉਹ ਰੁਕਣ ਉਹ ਚੀਜ਼ ਦਾ ਭਾਜੀ ਜਦੋਂ ਤੁਹਾਡਾ ਨਾਮ ਲਿਆ ਜਾਂਦਾ ਦਲਬੀਰ ਸਿੰਘ ਦਾ ਮੁੰਡਾ ਆ ਤੁਹਾਡੇ ਮਾਮਾ ਜੀ ਦਾ ਨਾਮ ਲਿਆ ਜਾਂਦਾ ਉੱਥੇ ਬੜੇ ਲੋਕ ਤਾਇਆ ਜੀ ਦਾ ਭਤੀਜਾ ਗਿਆ ਹਾਂ ਸੌਰੀ ਤਾਂ ਉੱਥੇ ਫਿਰ ਜਿਹੜੇ ਲੋਕ ਜਿਨ੍ਹਾਂ ਦੇ ਪੇਰੈਂਟਸ ਕਬੱਡੀ ਨਾਲ ਟੱਚ ਹੁੰਦੇ ਆ ਉਹਨਾਂ ਨੂੰ ਵੀ ਇੱਕ ਅੱਛਾ ਯਾਰ ਮੈਂ ਬੋਡੀ ਬਿਲਡਿੰਗ 'ਚ ਵੀ ਜੈਨੇਟਿਕਸ ਆਉਂਦੇ ਆ ਕਿਤੇ ਨਾ ਕਿਤੇ ਸੋ ਉਹ ਕਿਤੇ ਨਾ ਕਿਤੇ ਇੱਕ ਸੀਡ ਮਿਲ ਜਾਂਦਾ ਬ੍ਰੇਨ ਦੇ ਵਿੱਚ ਉਹ ਬਹੁਤ ਵਧੀਆ ਚੀਜ਼ ਆ ਓਕੇ ਭਾਜੀ ਸੋ ਅੱਜ 2023 ਦੇ ਵਿੱਚ ਆਪਾਂ ਵੀ ਆਰ ਲਿਵਿੰਗ ਹੇਅਰ ਅੱਜ ਬੋਡੀ ਬਿਲਡਿੰਗ ਦੇ ਵਿੱਚ ਬਹੁਤ ਐਡਵਾਂਟੇਜਸ ਆ ਗਈਆਂ ਜਦੋਂ ਤੁਸੀਂ ਸ਼ੁਰੂ ਕੀਤੀਆਂ ਉਦੋਂ ਮੀਨਸ ਮੇ ਬੀ ਕੁਛ ਚੀਜ਼ਾਂ ਘੱਟ ਸੀਗੀਆਂ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਐਕਸਪਲੋਰ ਨਹੀਂ ਹੋਇਆ ਸੀਗਾ ਤਾਂ ਇੱਥੇ ਇੱਕ ਮੇਰਾ ਇੱਕ ਕੰਸਰਨ ਬਣਦਾ ਆ ਮੈਂ ਦੇਖਣ ਦਿਆ ਸੀਗਾ ਇੱਕ ਸਟੱਡੀ ਦੇਖਣ ਦਿਆ ਸੀਗਾ ਕਿ ਪਿਛਲੇ 10 ਸਾਲਾਂ ਕਿ ਇੱਕ ਡਿਕੇਡ ਦੇ ਵਿੱਚ ਪੀਈਡੀ ਦੀ ਅਵੇਅਰਨੈਸ ਬਹੁਤ ਵਧੀ ਆ ਠੀਕ ਆ ਬਟ ਅਵੇਅਰਨੈਸ ਦੇ ਨਾਲ ਇਹ ਨਹੀਂ ਹੋਇਆ ਕਿ ਲੋਕਾਂ ਨੇ ਉਹਨੂੰ ਘਟਾ ਦਿੱਤਾ ਉਹ ਵੱਧ ਗਿਆ ਠੀਕ ਆ ਅੱਜ 10 ਸਾਲ ਪਹਿਲਾਂ ਭਾਈ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਹੈ ਸਾਨੂੰ ਲੱਗਦਾ ਕਿ ਬਸ ਰੋਨੀ ਕੋਲਵੈਲ ਹੀ ਲੈਂਦਾ ਬਾਕੀ ਸਾਰੀ ਦੁਨੀਆ ਇੱਦਾਂ ਠੀਕ ਆ ਸਾਨੂੰ ਹੁਣ ਇੰਨਾ ਪਤਾ ਹੈ ਕਿ ਇਟਸ ਪੋਸੀਬਲ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਨਾ ਕੋਈ ਬੰਦਾ ਇੱਦਾਂ ਦਾ ਜਿਮ ਦੇ ਵਿੱਚ ਜ਼ਰੂਰ ਹੋਏਗਾ ਪਤਾ ਲੱਗ ਜਾਂਦਾ ਹੈ ਕਿ ਉਹਨੇ ਕੀਤਾ ਕੰਮ ਜੀ ਹੁਣ ਭਾਜੀ ਇਹਦੇ ਕੀ ਹੱਲ ਹੋਏਗਾ ਕਿ ਜੇ ਤਾਂ ਇਹ ਤਾਂ ਦੇਖ ਲਿਆ ਮੈਂ ਅਵੇਅਰਨੈਸ ਵਧੀ ਤੇ ਪੀਡੀ ਦੀ ਕੰਜ਼ੰਪਸ਼ਨ ਵੱਧ ਗਈ ਆ ਉਹਨਾਂ ਨੇ ਰਿਪੋਰਟ 'ਚ ਦੱਸਿਆ ਕਿ ਅਡੋਲਸੈਂਸ ਏਜ 'ਚ ਵੱਧ ਗਈ ਬੱਚਿਆਂ ਤੋਂ ਹਟ ਕੇ ਯਾਨੀ ਕਿ 30-40 ਸਾਲ ਵਾਲੇ ਘੱਟ ਗਏ ਆ ਤੇ ਅਡੋਲਸੈਂਸ 15-16 ਸਾਲ 17-18 ਸਾਲ ਵਾਲੇ ਜ਼ਿਆਦਾ ਯੂਜ਼ ਕਰ ਲੱਗੇ ਤੇ ਜੇ ਤਾਂ ਹੁਣ ਮੇਰੇ ਮੈਂ ਆਇਆ ਕਿ ਅਵੇਅਰਨੈਸ ਕ੍ਰੀਏਟ ਕਰੀ ਜਾਏ ਬੱਚਿਆਂ ਨੂੰ ਇਹਦੇ ਬਾਰੇ ਪੜ੍ਹਾਇਆ ਜਾਏ ਉਹ ਤਾਂ ਹੋਰ ਕੰਮ ਖਰਾਬ ਹੋ ਜਾਏਗਾ ਸੋ ਤੁਸੀਂ ਇਸ ਸਿਚੁਏਸ਼ਨ ਨੂੰ ਲੱਕੀ ਲੱਗਦਾ ਕਿ ਰਾਈਟ ਗਾਈਡੈਂਸ ਲਈ ਕੀ ਸਹੀ ਵੇ ਹੋ ਸਕਦਾ ਹੈ ਐਜੂਕੇਸ਼ਨ 'ਚ ਲੈਕ ਕਰਦੇ ਹਾਂ ਭਾਜੀ ਆਪਾਂ ਅਵੇਅਰਨੈਸ ਐਂਡ ਐਜੂਕੇਸ਼ਨ ਮੈਨੂੰ ਲੱਗਦਾ ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਐਜੂਕੇਸ਼ਨ ਤੋਂ ਆਈ ਹੋਈ ਅਵੇਅਰਨੈਸ ਕੁਛ ਹੋਰ ਆ ਸੋਸ਼ਲ ਮੀਡੀਆ ਤੋਂ ਆਈ ਹੋਈ ਅਵੇਅਰਨੈਸ ਕੁਛ ਹੋਰ ਆ ਪੀਡੀਜ਼ ਬਾਰੇ ਜਿੰਨੇ ਵੀ ਯੰਗਸਟਰਸ ਨੇ ਟੀਨੇਜਰਸ ਨੇ ਉਹਨਾਂ ਨੇ ਸਿਰਫ ਤੇ ਸਿਰਫ ਇਹ ਗੂਗਲ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਦੇਖ ਕੇ ਕਿਸੇ ਵੱਲ ਉਹ ਸ਼ੁਰੂ ਕੀਤੀਆਂ ਚੀਜ਼ਾਂ ਹੁਣ ਗੂਗਲ 'ਤੇ ਬੈਠਾ ਕੋਈ ਬੰਦਾ ਜਾਂ ਕਿਤੇ ਬੈਠਾ ਕੋਈ ਬੰਦਾ ਉਹਨੇ ਆਪਣੀ ਬੋਡੀ ਦੇ ਹਿਸਾਬ ਨਾਲ ਸਾਈਕਲ ਲਿਖ ਕੇ ਪਾ ਦਿੱਤਾ ਹੁਣ 15-16 ਸਾਲ ਦੇ ਬੱਚੇ ਨੇ ਕਿਸੇ ਨੇ ਪੜ੍ਹਿਆ ਅੱਛਾ ਇਹ ਲੈ ਰਿਹਾ ਉਹਨੇ ਉਹ ਲੈਣਾ ਸ਼ੁਰੂ ਕਰਤਾ ਉਹਨੂੰ ਨਹੀਂ ਪਤਾ ਵੀ ਉਹਦੇ ਹੈਲਥ ਪੈਰਾਮੀਟਰਸ ਕੀ ਨੇ ਉਹਦੇ ਅੰਦਰ ਔਰਗਨ ਹੈਲਥ ਉਹਦੀ ਕੀ ਚੱਲ ਰਹੀ ਆ ਜਾਂ ਉਹਦੀ ਕੀ ਏਜ ਆ ਉਹਨੇ ਸਿਰਫ ਦੇਖਿਆ ਕਾਪੀ ਪੇਸਟ ਕਰ ਲਿਆ ਇੱਥੇ ਭਾਅ ਜੀ ਜਿਹੜੀ ਚੀਜ਼ ਆ ਨਾ ਆਪਾਂ ਇੱਥੇ ਮੈਂ ਪੇਰੈਂਟਸ ਨੂੰ ਕਹੂੰਗਾ ਵੀ ਉਹ ਆਪਣੇ ਬੱਚਿਆਂ ਨੂੰ ਇਹ ਚੀਜ਼ ਕਰਨ 'ਤੇ ਡਰਦੇ ਨੇ ਇਹ ਚੀਜ਼ ਕਰਾਉਣ ਤੋਂ ਵੀ ਅਸੀਂ ਜਿੰਮ ਨਹੀਂ ਭੇਜਣਾ ਵੀ ਖੋਰੇ ਜਿੰਮ ਜਾ ਕੇ ਕੀ ਹੋ ਜਾਵੇ ਸਾਡਾ ਬੱਚਾ ਕਿਤੇ ਨਸ਼ਿਆਂ 'ਚ ਲੱਗ ਜੇ ਭਾਅ ਜੀ ਇਹ ਪੇਰੈਂਟਸ ਨੂੰ ਸਮਝਣ ਦੀ ਲੋੜ ਆ ਵੀ ਜੇ ਤੁਸੀਂ ਇੰਨਾ ਹੀ ਡਰਦੇ ਹੋ ਤਾਂ ਤੁਸੀਂ ਕਿਉਂ ਨਹੀਂ ਇੱਕ ਚੰਗਾ ਕੋਚ ਹਾਇਰ ਕਰਦੇ ਉਹਨਾਂ ਵਾਸਤੇ ਚੰਗਾ ਇੱਕ ਮੈਂਟੋਰ ਉਹਨਾਂ ਵਾਸਤੇ ਚੰਗਾ ਇੱਕ ਟੀਚਰ ਕਿਉਂ ਨਹੀਂ ਤੁਸੀਂ ਫੜਦੇ ਹੋ ਉੱਥੇ ਪੈਸਾ ਕਿਉਂ ਨਹੀਂ ਖਰਚਦੇ
ਅੱਜ ਦੀ ਡੇਟ ਦੇ ਵਿੱਚ ਮੈਂ ਪੰਜਾਬ ਇੰਡੀਆ 'ਚ ਜੇ ਮੈਂ ਤੁਹਾਨੂੰ ਇੰਨੇ ਮਤਲਬ ਚੋਟੀ ਦੇ ਕੋਚ ਦੱਸ ਸਕਦਾ ਜਿਹਨਾਂ ਨੂੰ ਬਾਹਰੋਂ ਇੱਥੇ ਐਥਲੀਟ ਜਿਹੜੇ ਆ ਟ੍ਰੇਨਿੰਗ ਲੈਂਦੇ ਨੇ। ਹੁਣ ਗੱਲ ਇਹ ਆ ਵੀ ਉਸ ਉਹ ਹੀ ਪੇਰੈਂਟਸ ਜਿਹੜੇ ਘਰੋਂ ਵੈਲ ਵੈਲ ਆਫ ਨੇ, ਵਧੀਆ ਮਤਲਬ ਕਰ ਸਕਦੇ ਨੇ, ਉਹ ਆਪਣੇ ਬੱਚੇ ਨੂੰ ਕਾਲਜ 'ਤੇ ਵਧੀਆ ਭੇਜਦੇ ਨੇ ਜਿੱਥੇ ਸਾਲ ਦੀ ਫੀਸ 2-3 ਲੱਖ ਜਾਂਦੀ ਹੈ, ਪਰ ਜਦੋਂ ਜਿੰਮ ਦੀ ਵਾਰੀ ਆਉਂਦੀ ਹੈ, ਜਦੋਂ ਕੋਚ ਦੀ ਫੀਸ ਦੇਣੀ, ਇਹ 'ਚ ਕਾਹਦੇ ਪੈਸੇ ਖਰਚਣੇ ਆ, ਇਹਦੇ ਕਾਹਦੇ ਪੈਸੇ, ਇਹਨੂੰ ਕੀ ਦੱਸਣਾ ਦੱਸਣਾ, ਉੱਥੇ ਆਪ ਹੀ ਜਾ ਕੇ ਐਕਸਰਸਾਈਜ਼ ਲਾਣੀ। ਤੁਸੀਂ ਦੇਖਦੇ ਆ ਕਿੱਦਾਂ ਲਾਉਂਦੇ ਐਕਸਰਸਾਈਜ਼, ਇਹ ਇਹ ਪੇਰੈਂਟਸ ਦੇ ਸਵਾਲ। ਇੱਥੇ ਭਾਅ ਜੀ ਮੇਰਾ ਇੱਕ ਕਾਊਂਟਰ ਕੁਐਸਚਨ ਹੈ, ਮੈਨੂੰ ਜੋ ਲੱਗਦਾ ਹੈ, ਮੇ ਬੀ ਯੂ ਐਗਰੀ ਔਰ ਡਿਸਐਗਰੀ ਵਿਦ ਮੀ, ਕਿ ਪਹਿਲੀ ਵਾਰੀ ਜਿਹੜੀ ਇੰਟਰੋਡਕਸ਼ਨ ਆਫ ਕਾਈਂਡ ਆਫ ਡਰੱਗਸ ਜਾਂ ਦਵਾਈਆਂ ਜਾਂ ਮੈਡੀਸਿਨ ਜਿਹੜੀ ਆ, ਉਹ ਵੀ ਕਿਤੇ ਨਾ ਕਿਤੇ ਅਨਕੁਆਲੀਫਾਈਡ ਸਰਟੀਫਿਕੇਟ ਟੰਗਣਾ ਪਈ ਇਹਦੇ ਵਿੱਚ ਕੋਈ ਔਖਾ ਨਹੀਂ। ਮੈਂ ਦੇਖਿਆ ਕਿ ਜੇ ਤੁਸੀਂ ਚਾਹੁੰਦਾ ਕੋਈ ਬੰਦੇ ਨੂੰ ਕੁਛ ਨਹੀਂ ਪਤਾ, ਦੁੱਖੀ ਦੇ ਨਹੀਂ ਪਤਾ, ਤਾਂ ਸਰਟੀਫਿਕੇਟ ਟੰਗ ਸਕਦਾ, ਅੱਜ ਕੱਲ੍ਹ ਹਰ ਇੱਕ ਬੰਦਾ ਕਰਦਾ ਹੈ। ਉਹੀ ਬੰਦਾ ਉਹਨੂੰ ਪਹਿਲਾਂ ਪਾਣੀ ਕੱਢਣ ਵਾਲਾ ਗੋਲੀਆਂ ਦਊਗਾ, ਹੌਲੀ 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 ਮਾਸ ਗੇਨਰ ਵੀ ਉਹੀ ਪ੍ਰਮੋਟ ਕਰਦੇ ਆ। ਸੋ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਇਨਵੈਸਟ ਕਰਨ ਦੀ, ਕਿ ਹਾਂ ਵੀ ਕਰਨ, ਉੱਥੇ ਉਹੀ ਟ੍ਰੇਨਰ ਕਿਤੇ ਨਾ ਕਿਤੇ ਉਹਨੂੰ ਮਿਸਗਾਈਡ ਵੀ ਕਰ ਰਿਹਾ ਭਾਜੀ। ਇਹ ਹੁਣ ਜਦੋਂ ਹੁਣ ਤੁਸੀਂ ਆਪਣੇ ਬੱਚੇ ਨੂੰ ਇੱਕ ਕਾਲਜ ਯੂਨੀਵਰਸਿਟੀ ਲਾਉਂਦੇ ਹੋ, ਤੁਸੀਂ ਇਹ ਦੇਖਦੇ ਹੋ ਨਾ ਵੀ ਇਹ ਕਾਲਜ ਦੀ ਮਾਨਤਾ ਹੈ ਕਿ ਨਹੀਂ ਹੈ, ਇਹ ਕਾਲਜ ਦਾ ਕੀ ਰਿਜ਼ਲਟਸ ਨੇ, ਇਹ ਕਾਲਜ ਇਹ ਯੂਨੀਵਰਸਿਟੀ ਦੇ ਵਿੱਚ ਜਿਹੜੇ ਟੀਚਰ ਪੜ੍ਹਾਉਂਦੇ ਨੇ ਕਿਹੋ ਜਿਹੇ ਨੇ, ਇਹਨਾਂ ਦੇ ਬੱਚੇ ਪੜ੍ਹੇ ਹੋਏ ਕੀ, ਪਲੇਸਮੈਂਟਸ ਹੋ ਰਹੀਆਂ ਨੇ। ਸੋ ਜਿਹੜੇ ਕੋਚ ਕੋਲੋਂ ਤੁਸੀਂ ਬੱਚਾ ਆਪਣਾ ਲੈ ਕੇ ਜਾ ਰਹੇ ਹੋ, ਉਹਨੂੰ ਚੰਗੀ ਤਰ੍ਹਾਂ ਬਹਿ ਕੇ ਉਹਦੇ ਨਾਲ ਗੱਲਬਾਤ ਕਰੋ ਵੀ ਹਾਂ ਵੀ ਤੁਸੀਂ ਸਾਡੇ ਬੱਚੇ ਨੂੰ ਕੀ ਕਰਾਉਣਾ, ਠੀਕ ਹੈ, ਉਹਦੀ ਨੌਲੇਜ ਨੂੰ ਤੁਸੀਂ ਦੇਖੋ, ਉੱਥੇ ਪਰਖੋ ਵੀ ਹਾਂ ਵੀ ਕੀ ਅਸਲ ਦੇ ਵਿੱਚ ਉਹਨੂੰ ਵਾਕਈ ਕੁਛ ਆਉਂਦਾ ਹੈ, ਉਹਨੂੰ ਪਤਾ ਹੈ ਉਹਦੀ ਆਪਣੀ ਬੋਡੀ ਹੈਗੀ ਹੈ ਕਿ ਨਹੀਂ। ਬੋਡੀ ਹੋਣ ਦਾ ਕੋਈ ਫਰਕ ਨਹੀਂ ਭਾਜੀ, ਤੁਹਾਨੂੰ ਸਹੀ ਗੱਲ ਦੱਸਾਂ, ਨੌਲੇਜ ਵੱਖਰੀ ਚੀਜ਼ ਆ, ਐਕਸਪੀਰੀਅੰਸ ਵੱਖਰੀ ਚੀਜ਼ ਆ। ਉਹਨੇ ਕਿੰਨਿਆਂ ਦੇ ਵਿੱਚ ਇਹ ਚੀਜ਼ ਕੀਤੀ, ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਮੈਂ ਕਹਿੰਦਾ ਇੱਕ ਮਕੈਨਿਕ ਆ, ਇੱਕ ਇੰਜੀਨੀਅਰ ਆ, ਫਰਕ ਕੀ ਆ ਦੋਨਾਂ 'ਚ? ਜਿਹੜਾ ਮਕੈਨਿਕ ਆ ਉਹਦੇ ਕੋਲੋਂ ਐਕਸਪੀਰੀਅੰਸ ਆ, ਜਿਹੜਾ ਇੰਜੀਨੀਅਰ ਆ ਉਹਦੇ ਕੋਲੋਂ ਡਿਗਰੀ ਆ। ਹੁਣ ਡਿਗਰੀ ਵਾਲਾ ਬਿਨਾਂ ਐਕਸਪੀਰੀਅੰਸ ਤੋਂ ਜ਼ੀਰੋ ਆ, ਮਕੈਨਿਕ ਦੇ ਕੋਲੋਂ ਐਕਸਪੀਰੀਅੰਸ ਆ, ਉਹਦੇ ਕੋਲ ਡਿਗਰੀ ਨਹੀਂ ਹੈਗੀ, ਉਹ ਉਸ ਲੈਵਲ ਤੇ ਦੱਸ ਨਹੀਂ ਸਕਦਾ ਜਾ ਕੇ। ਜੇ ਹੁਣ ਕਹਿ ਲਓ ਆਪਾਂ, ਜੇ ਮਕੈਨਿਕ ਕੋਲੋਂ ਡਿਗਰੀ ਆ ਜਾਏ ਤਾਂ ਕਿੱਥੇ ਪਹੁੰਚੇ, ਸਮਝਦੇ ਹੋ ਗੱਲ ਨੂੰ? ਬਿਲਕੁਲ। ਸੋ ਇਹ ਚੀਜ਼ਾਂ ਉਹੀ ਗੱਲ ਆ ਵੀ ਤੁਸੀਂ ਹੁਣ ਕਾਲਜ ਯੂਨੀਵਰਸਿਟੀਆਂ ਤਾਂ ਲੱਭਦੇ ਹੋ, ਚੰਗੇ ਕੋਚ ਵੀ ਲੱਭੋ, ਉਹਨਾਂ ਕੋਲੋਂ ਆਪਣੇ ਬੱਚਿਆਂ ਨੂੰ ਭੇਜੋ, ਤਾਂ ਕਿ ਉਹ ਭਾਜੀ ਚੰਗੇ ਕੋਚ ਹੈ ਨੇ ਵੀ ਜਿਹੜੇ ਤੁਹਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਹਟਾਉਂਦੇ ਨੇ। ਇਹ ਚੀਜ਼ ਇਹ ਰਾਈਟ ਏਜ ਨਹੀਂ, ਸਭ ਤੋਂ ਪਹਿਲਾਂ ਡਿਫਰੈਂਸ਼ੀਏਟ ਕਰਨਾ ਬਹੁਤ ਜ਼ਰੂਰੀ ਆ ਵੀ ਤੁਹਾਡਾ ਬੱਚਾ ਜਨਰਲ ਫਿਟਨੈਸ 'ਚ ਜਾਣਾ ਚਾਹੁੰਦਾ ਜਾਂ ਤੁਸੀਂ ਉਹਨੂੰ ਕੰਪੀਟ ਕਰਾਉਣਾ। ਡਿਫਰੈਂਸ ਬਹੁਤ ਜ਼ਰੂਰੀ, ਪਤਾ ਕੀ ਆ, ਹੁਣ ਜਿੱਦਾਂ ਮੈਨੂੰ ਦੇਖ ਲੈਣਗੇ ਕਈ ਯੰਗਸਟਰ ਕਿ ਹੁਣ ਅੱਜ ਮੈਨੂੰ ਇੱਕ ਮੇਰੇ ਜਿੰਮ 'ਚ ਪੁੱਛਿਆ ਕਿਸੇ ਨੇ ਕਿ ਭਾਈ ਤੁਸੀਂ ਪ੍ਰੋਫੈਸ਼ਨਲ ਹੋ, ਨਹੀਂ ਜਾਣਦਾ ਮੇਰੇ ਬਾਰੇ, ਇਟਸ ਓਕੇ, ਉਹ ਮੈਨੂੰ ਕੁਛ ਕਹਿੰਦੇ ਤੁਸੀਂ ਪ੍ਰੋਫੈਸ਼ਨਲ ਹੋ, ਮੈਂ ਕਿਹਾ ਹਾਂਜੀ। ਹੁਣ ਉਹ ਕੀ ਕਰਦੇ ਨੇ, ਉਹਨੇ ਮੈਨੂੰ ਪੁੱਛਿਆ ਪ੍ਰੋਫੈਸ਼ਨਲ ਆ, ਉਹ ਹੁਣ ਆਪਣੇ ਆਪ ਨੂੰ ਪ੍ਰੋਫੈਸ਼ਨਲ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਨੇ। ਸਾਡੀ ਗੇਮ ਟੋਟਲੀ ਡਿਫਰੈਂਟ ਆ, ਅਸੀਂ ਇਹਦੇ ਤੋਂ ਬਹੁਤ ਕੁਛ ਚੀਜ਼ਾਂ ਕਮਾਉਂਦੇ ਹਾਂ, ਨਾਮ, ਨੇਮ, ਫੇਮ, ਮਨੀ, ਸਾਰਾ ਸਾਡਾ ਇਹ ਤੋਂ ਚੱਲਦਾ, ਬਰੈਡ ਐਂਡ ਬਟਰ। ਬਟ ਜਿਹੜਾ ਜਨਰਲ ਫਿਟਨੈਸ ਵਾਲਾ ਬੰਦਾ, ਉਹਨੂੰ ਕੀ ਲੋੜ ਪਈ ਹੈ ਸਾਰੀਆਂ ਚੀਜ਼ਾਂ ਯੂਜ਼ ਕਰਨ ਦੀ, ਜਦਕਿ ਉਹਨੇ ਕਦੀ ਸਟੇਜ 'ਤੇ ਨਹੀਂ ਜਾਣਾ। ਸੋ ਇਹ ਚੀਜ਼ਾਂ ਨੇ, ਪਿਛਲੇ 10 ਸਾਲ ਦੀ ਤਾਂ ਆਪਾਂ ਦੇਖ ਲਿਆ, ਆਉਣ ਵਾਲੇ 10 ਸਾਲ ਤੁਸੀਂ ਕਿੱਦਾਂ ਦੇਖਦੇ ਹੋ ਇਸੇ ਚੀਜ਼ ਦੇ ਰਿਗਾਰਡਿੰਗ, ਬੋਡੀ ਬਿਲਡਿੰਗ ਦੇ ਰਿਗਾਰਡਿੰਗ? ਆਉਣ ਵਾਲੇ 10 ਸਾਲ 'ਚ ਕੀ ਹੋਣ ਵਾਲਾ ਇੱਥੇ ਇਹ ਇੰਡਸਟਰੀ? ਮੈਨੂੰ ਨਹੀਂ ਲੱਗਦਾ ਅੱਜ ਤੱਕ, ਇਹ ਬਹੁਤ ਪਿੰਡਾਂ 'ਚ ਵੜਨੀ ਹੈ ਅੱਜ ਤੱਕ ਜਾ ਕੇ, ਅਤੇ ਕੀ ਫਿਊਚਰ ਹੈਗਾ ਇਸ ਇੰਡਸਟਰੀ ਦਾ ਇੱਥੇ? ਭਾਅ ਜੀ ਲੋਕ ਨਾ ਆਪਣੇ ਪ੍ਰਮੋਟਰ ਖਾਣ ਨਾ ਬਸ ਬੋਡੀ ਬਿਲਡਿੰਗ ਦੇ, ਇਹ ਗੇਮ ਦਾ, ਇਹ ਫਿਟਨੈਸ ਗੇਮ ਛੱਡੋ, ਅਤੇ ਫਿਟਨੈਸ ਦਾ ਗੇਮ ਵੀ ਰੱਖੋ ਤੁਸੀਂ, ਬਹੁਤ ਸਕੋਪ ਆ। ਬਸ ਜਿਹੜੇ ਐਥਲੀਟ ਆ ਉਹ ਵਿਚਾਰਿਆਂ ਦਾ ਸ਼ੋਸ਼ਣ ਨਾ ਹੋਵੇ, ਉਹਨਾਂ ਦੇ ਮਤਲਬ ਬਹੁਤ ਪੈਸਾ ਲੱਗਦਾ ਇਹਦੇ 'ਚ, ਅਤੇ ਕਰਦੇ ਵੀ ਉਹ ਨੇ ਜਿਹੜੇ ਮਿਹਨਤੀ ਘਰੋਂ ਠੀਕ ਠਾਕ ਹੁੰਦੇ ਨੇ। ਸੋ ਉਹਨਾਂ ਦਾ ਪੈਸਾ ਕਿਤੇ ਚੰਗੀ ਜਗ੍ਹਾ ਯੂਟੀਲਾਈਜ਼ ਹੋਵੇ ਅਤੇ ਉਹਨਾਂ ਨੂੰ ਕੁਛ ਮਿਲੇ, ਤਾਂ ਇਹ ਬਹੁਤ ਸਕੋਪ ਆ ਗੇਮ ਦਾ ਅੱਗੇ। ਭਾਅ ਜੀ ਜਦੋਂ ਤੁਸੀਂ ਗੱਲ ਕਰਦੇ ਪਏ ਹੋ, ਆਈ ਕੈਨ ਫੀਲ ਐਨ ਇਮੋਸ਼ਨ ਇਨ ਯੂ, ਹੈ ਨਾ? ਸੋ ਇਹ ਮੇਰਾ ਕੁਐਸਚਨ ਵੀ ਸੀਗਾ ਇਹਦੇ ਵਿੱਚ ਹੀ ਕਿਤੇ ਨਾ ਕਿਤੇ, ਕਿ ਬੋਡੀ ਬਿਲਡਿੰਗ ਮੈਨੂੰ ਇਦਾਂ ਲੱਗਦਾ ਕਿ ਕੋਈ ਵੀ ਸਕਸੈਸ ਜਿਹੜੀ ਨਾ ਉਹ ਸੈਕਰੀਫਾਈਸ ਮੰਗ ਰਹੀ ਹੈ। ਹਾਂਜੀ, ਫੇਲੀਅਰ ਇਜ਼ ਅ ਪਾਰਟ, ਇਟ ਸ਼ੁੱਡ ਬੀ ਦੇਅਰ ਇਨ ਯੂਅਰ ਜਰਨੀ, ਜੇ ਨਹੀਂ ਹੈ ਤਾਂ ਇਹਦਾ ਮਤਲਬ ਕਿ ਤੁਸੀਂ ਉਹ ਖਰੀਦੀ ਹੈ ਜਾਂ ਫਿਰ ਦੈਟ ਇਜ਼ ਨਾਟ ਨੈਚੁਰਲ ਅਕੋਰਡਿੰਗ ਟੂ ਮੀ। ਤਾਂ ਕੀ ਤੁਸੀਂ ਦੱਸਣਾ ਚਾਹੋਗੇ, ਦੱਸ ਸਕਦੇ ਹੋ ਕਿ ਤੁਹਾਡਾ ਲਾਈਫ ਦੇ ਵਿੱਚ ਤੁਸੀਂ ਬੋਡੀ ਬਿਲਡਿੰਗ ਲਈ ਕੀ ਕੋਈ ਸੈਕਰੀਫਾਈਸ ਕੀਤਾ, ਕੀ ਕਰਨਾ ਚਾਹੀਦਾ ਇਹ ਫਿਰ ਬੋਡੀ ਬਿਲਡਿੰਗ ਮਿਲਦੀ ਹੈ? ਦੂਜਾ, ਇਫ ਯੂ ਕੈਨ ਡਿਸਕ੍ਰਾਈਬ ਯੂਅਰ ਫੇਲੀਅਰ, ਬਿਗੈਸਟ ਫੇਲੀਅਰ ਟਿਲ ਨਾਓ,
ਐਂਡ ਉਸ ਚੀਜ਼ ਨੂੰ ਤੁਸੀਂ ਕਿੱਦਾਂ ਓਵਰਕਮ ਕੀਤਾ? ਸਭ ਤੋਂ ਪਹਿਲੀ ਗੱਲ, ਫੇਲੀਅਰ ਜਿਹੜਾ ਬੰਦਾ ਜ਼ਿੰਦਗੀ 'ਚ ਫੇਲ ਨਹੀਂ ਨਾ ਹੋਇਆ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਉਹ ਬੰਦਾ ਸਕਸੈਸਫੁਲ ਨਹੀਂ ਹੋ ਸਕਦਾ। ਜਿਹੜਾ ਬੰਦਾ ਪਹਿਲੀ ਵਾਰੀ ਆਇਆ ਸਕਸੈਸ ਮਿਲ ਗਈ ਤਾਂ ਦੁਬਾਰਾ ਫੇਲ ਹੋਇਆ, ਉਹਦੇ ਲਈ ਬਹੁਤ ਔਖਾ ਉੱਠਣਾ। ਤੁਸੀਂ ਫੇਲ ਹੁੰਦੇ ਹੋ, ਫੇਲ ਕਿਉਂ ਹੁੰਦੇ ਹੋ? ਫੇਲ ਅਸੀਂ ਤਾਂ ਹੁੰਦੇ ਹਾਂ ਵੀ ਅਸੀਂ ਦੁਬਾਰਾ ਕੋਸ਼ਿਸ਼ ਕਰੀਏ ਅਤੇ ਅਸੀਂ ਜਿੱਤੀਏ। ਫੇਲ ਤੁਸੀਂ ਜਿੱਤਣ ਲਈ ਫੇਲ ਹੁੰਦੇ ਹੋ, ਤੁਸੀਂ ਉਦੋਂ ਤੱਕ ਫੇਲ ਹੁੰਦੇ ਹੋ ਜਦੋਂ ਤੱਕ ਤੁਸੀਂ ਜਿੱਤਦੇ ਨਹੀਂ। ਸੋ ਬੇਸਿਕਲੀ ਜਿੱਤਣ ਦਾ ਜਿਹੜਾ ਪ੍ਰੋਸੈਸ ਆ, ਫੇਲੀਅਰ 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 ਸਕਸੈਸ, ਇਹ ਆ। ਗੱਲ ਕਰੀਏ ਸੈਕਰੀਫਾਈਸਿਸ ਦੀ, ਤਾਂ ਹਰ ਇੱਕ ਚੀਜ਼ ਸੈਕਰੀਫਾਈਸ ਮੰਗਦੀ ਆ। ਇਹ ਮੇਰਾ ਇੱਕ ਚੂਜ਼ਨ ਪ੍ਰੋਫੈਸ਼ਨ ਆ, ਸਭ ਤੋਂ ਵੱਡੀ ਗੱਲ ਮੈਂ ਖੁਦ ਲਈ ਆਪ ਚੂਜ਼ ਕੀਤਾ। ਬਹੁਤ ਕੁਛ ਸੈਕਰੀਫਾਈਸ ਕਰਨਾ ਪੈਂਦਾ ਤੁਹਾਨੂੰ, ਜਦੋਂ ਕੁਛ ਵੀ ਚੀਜ਼ ਤੁਹਾਨੂੰ ਬਿਨਾਂ ਸੈਕਰੀਫਾਈਸਿਸ ਤੋਂ ਨਹੀਂ ਮਿਲਦੀ। ਕੋਈ ਜੇ ਤੁਸੀਂ ਵੱਡਾ ਨਾਮ ਬਣਾਉਣਾ ਵਾ ਆਪਣੀ ਫੀਲਡ ਦੇ ਵਿੱਚ, ਤੁਹਾਡੀ ਜੋ ਜਿਹੜੀ ਵੀ ਫੀਲਡ, ਜੇ ਤੁਸੀਂ ਸਟੂਡੈਂਟ ਵੀ ਹੋ, ਸਟੱਡੀ ਵੀ ਕਰਦੇ ਹੋ, ਤੁਸੀਂ ਆਪਣੀ ਨੀਂਦ ਸੈਕਰੀਫਾਈਸ ਕਰਦੇ ਹੋ, ਤੁਸੀਂ ਬਾਹਰ ਯਾਰਾਂ ਦੋਸਤਾਂ ਨਾਲ ਘੁੰਮਣਾ ਸੈਕਰੀਫਾਈਸ ਕਰਦੇ ਹੋ। ਮੈਂ ਸਾਡੀ ਗੇਮ ਦੇ ਵਿੱਚ ਸਭ ਤੋਂ ਵੱਡਾ ਸੈਕਰੀਫਾਈਸ ਆ ਡਾਇਟ। ਅਸੀਂ ਜੇ ਵਿਆਹਾਂ 'ਤੇ ਵੀ ਜਾਣਾ, ਆਪਣੇ ਮੀਲ ਬੋਕਸ ਲੈ ਕੇ ਜਾਈਦੇ ਆ। ਮਤਲਬ ਵੀ ਬੜੇ ਵਿਆਹਾਂ 'ਚ ਮੈਂ ਸੱਚੀ ਇੱਥੇ ਕਹਿਣਾ ਚਾਹੁੰਦਾ ਵੀ ਐਂ ਸ਼ਗਨ ਵੇਸਟ ਹੀ ਗਏ, ਖੀਰੇ ਟਮਾਟਰ ਖਾ ਕੇ ਆ ਜਾਂਦੇ ਭਾਜੀ। ਸੋ ਆਪਾਂ ਵਿਆਹਾਂ 'ਤੇ ਜਾਣੇ ਬੰਦ ਕਰ। ਸੋ ਇਹ ਫੈਮਿਲੀ ਫੰਕਸ਼ਨਸ, ਜਿਹੜੀਆਂ ਫੈਮਿਲੀ ਗੈਦਰਿੰਗਸ ਨੇ, ਉਸ ਤੋਂ ਬਾਅਦ ਮਨੀ ਆ ਨਾ ਜਿਹੜੀ, ਜਿਹੜਾ ਪੈਸਾ, ਜੋ ਤੁਸੀਂ ਜਦੋਂ ਯੰਗ ਏਜ 'ਚ ਹੁੰਦੇ ਹੋ ਭਾਜੀ, ਤੁਹਾਡਾ ਜੀ ਕਰਦਾ ਵੀ ਕਾਲਜ ਗੋਇੰਗ ਟਾਈਮ ਦੀ ਗੱਲ ਕਰ ਰਿਹਾ ਮੈਂ, ਜਦੋਂ ਮੈਂ ਕਾਲਜ ਆਉਂਦਾ ਹੁੰਦਾ, ਉਦੋਂ ਤੁਹਾਨੂੰ ਹੁੰਦਾ ਬੜਾ ਵੀ ਯਾਰ ਮੈਂ ਆਪਣਾ ਪੈਸਾ ਨਾ, ਮੇਰੇ ਕੋਲ ਆਇਆ ਬੜਾ ਬੜਾ ਛੋਟਾ ਜਿਹਾ ਅਮਾਊਂਟ ਹੁੰਦਾ ਤਾਂ ਕਾਲਜ ਜਦੋਂ ਜਾਂਦਾ ਬੱਚਾ, ਇਹਦੇ 'ਚ ਮੈਂ ਕੱਪੜੇ ਲੈਣੇ ਆ, ਇਹਦੇ 'ਚ ਮੈਂ ਆਪਣਾ ਆਹ ਸ਼ੌਂਕ ਪਕਾਉਣਾ, ਮੈਂ ਯਾਰਾਂ ਦੋਸਤਾਂ ਨਾਲ ਬਾਹਰ ਘੁੰਮਣ ਵੀ ਜਾਣਾ, ਮੈਂ ਖਾਣਾ ਪੀਣਾ ਵੀ ਆ, ਇਹ ਸਾਰੀਆਂ ਚੀਜ਼ਾਂ ਕਰਨੀਆਂ। ਅਸੀਂ ਉਹ ਸਾਰੀਆਂ 'ਤੇ ਕਾਂਟਾ ਮਾਰ ਕੇ ਨਾ, ਅਸੀਂ ਉਹਨਾਂ ਪੈਸਿਆਂ 'ਤੇ ਆਂਡੇ ਲੈਣੇ ਆ, ਅਸੀਂ ਚਿਕਨ ਲੈਣਾ, ਸਪਲੀਮੈਂਟ ਲੈਣਾ, ਜਿੰਮ ਦੀ ਫੀਸ ਦੇਣੀ। ਅਸੀਂ ਆਪਣੀਆਂ ਪ੍ਰਾਇਓਰਟੀਜ਼ ਹੀ ਚੇਂਜ ਕਰਤੀਆਂ, ਅਸੀਂ ਆਪਣਾ ਉਹਨਾਂ ਚੀਜ਼ਾਂ ਨੂੰ ਬਿਲਕੁਲ ਖਤਮ ਕਰਕੇ ਅਸੀਂ ਉਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਿਹਨਾਂ, ਜੋ ਸਾਡੀ ਰਿਕੁਆਇਰਮੈਂਟ ਸੀ ਬੋਡੀ ਬਿਲਡਿੰਗ ਦੀ। ਮੈਂ 16 ਸਾਲਾਂ ਦੀ ਉਮਰ ਤੋਂ ਲਿਫਟਿੰਗ ਸ਼ੁਰੂ ਕੀਤੀ ਸੀ, 18 ਸਾਲਾਂ ਦੀ ਉਮਰ ਦੇ ਵਿੱਚ ਆ ਕੇ 18ਵੇਂ 'ਚ ਮੈਂ ਜਿਹੜਾ ਕੰਪੀਟ ਕਰਨਾ ਸ਼ੁਰੂ ਕੀਤਾ। ਉਦੋਂ ਤੋਂ ਲੈ ਕੇ ਹੁਣ ਮਾਲਕ ਦੀ ਬਹੁਤ ਕਿਰਪਾ, ਮਹਾਰਾਜ ਦੀ ਬੜੀ ਕਿਰਪਾ, ਉਦੋਂ ਵੀ ਮਹਾਰਾਜ ਦੀ ਬੜੀ ਕਿਰਪਾ ਰਹੀ ਵੀ ਉਹਨੇ ਕਦੀ ਡਿੱਗਣ ਡੋਲਣ ਨਹੀਂ ਦਿੱਤਾ, ਵੀ ਚੱਲ ਸੋ ਚੱਲ ਕੰਮ ਚੱਲਦਾ ਹੀ ਰਿਹਾ। ਪਰ ਵੱਡਾ ਸੈਕਰੀਫਾਈਸ ਇਹ ਰਿਹਾ ਵੀ ਕਈ ਸ਼ੌਂਕ ਸੀ ਪਕਾਉਣ ਵਾਲੇ ਜਿਹੜੇ ਪੈਸੇ ਨਾਲ ਪੂਰੇ ਹੁੰਦੇ ਸੀਗੇ, ਪਰ ਅਸੀਂ ਆਹ ਸ਼ੌਂਕ ਪਕਾਇਆ ਠੋਕ ਕੇ, ਪੂਰਾ ਠੋਕ ਕੇ, ਮਾਲਕ ਦਾ ਸ਼ੁਕਰ ਆ। ਬਸ ਇਹ ਹੀ ਅੱਜ ਜਾਂ ਸੈਕਰੀਫਾਈਸ ਕਰਨੇ ਪੈਂਦੇ ਭਾਜੀ। ਕੀ ਆਪਾਂ ਹੁਣ ਉਹ ਪੈਸੇ ਵਾਲੇ ਹੱਥ ਪਿਆ ਉਹਨੂੰ ਉਸ ਚੀਜ਼ ਨੂੰ ਕਿ ਅਜੇ ਤੱਕ ਵੀ ਖਿਸਕਦਾ ਫਿਰ ਫੜਨਾ ਪੈਂਦਾ ਆ? ਹੁਣ ਤਾਂ ਮਹਾਰਾਜ ਦੀ ਪੂਰੀ ਕਿਰਪਾ, ਵਾਹਿਗੁਰੂ ਸੱਚੇ ਪਾਤਸ਼ਾਹ ਦਾ ਬਹੁਤ ਸ਼ੁਕਰ ਆ ਵੀ ਇਹ ਤੁਹਾਡੇ ਲੋਕਾਂ ਦਾ ਪਿਆਰ ਵੀ ਆ, ਵੀ ਤੁਸੀਂ ਇੰਨਾ ਮੈਨੂੰ ਪਿਆਰ ਦਿੰਦੇ ਹੋ ਤਾਂ ਹੀ ਜਦੋਂ ਤੁਸੀਂ ਲੋਕਾਂ ਦੇ ਵਿੱਚ, ਤੁਸੀਂ ਤੁਹਾਨੂੰ ਲੋਕ ਚਾਹੁੰਦੇ ਨੇ, ਜਦੋਂ ਤੁਹਾਨੂੰ ਲੋਕ ਦੇਖਦੇ ਨੇ ਜੋ ਤੁਸੀਂ ਕੀ ਕਰਦੇ ਹੋ, ਕੀ ਤੁਸੀਂ ਪਾਉਂਦੇ ਹੋ, ਕੀ ਲਾਉਂਦੇ ਹੋ, ਕੀ ਵਰਤਦੇ ਹੋ, ਕੀ ਖਾਂਦੇ ਹੋ, ਤਾਂ ਆਉਂਦਾ ਕਿ ਤੁਹਾਨੂੰ ਜਾ ਕੇ ਬ੍ਰਾਂਡਸ ਅਪਰੋਚ ਕਰਦੇ ਨੇ। ਲੱਕੀਲੀ ਮੈਨੂੰ ਕੋਈ ਵੀ ਬ੍ਰਾਂਡ ਬਾਟਰ ਲਈ ਅਪਰੋਚ ਨਹੀਂ ਕਰਦਾ। ਬਾਟਰ ਹੁੰਦਾ ਵੀ ਤੁਸੀਂ ਸਾਡੇ ਬ੍ਰਾਂਡ ਦੀ ਪ੍ਰਮੋਸ਼ਨ ਕਰੋ, ਅਸੀਂ ਤੁਹਾਨੂੰ ਪ੍ਰੋਡਕਟ ਦਿੰਦੇ ਹਾਂ ਆਪਣੇ। ਸੋ ਸਾਡੀਆਂ ਫਾਈਨੈਂਸ, ਸਾਡੇ ਕਮਰਸ਼ੀਅਲਸ ਹੁੰਦੇ ਨੇ ਵੀ ਅਸੀਂ ਇੰਨੇ ਚਾਰਜ ਕਰਾਂਗੇ। ਪਰ ਇੱਥੇ ਤੱਕ ਪਹੁੰਚਣ ਨੂੰ ਮੈਨੂੰ 12-13 ਸਾਲ ਲੱਗ ਗਏ ਭਾਜੀ। ਬਿਲਕੁਲ 12 ਸਾਲ ਲੱਗ ਗਏ ਮੈਨੂੰ ਆ ਇਹਦੇ ਵਿੱਚੋਂ ਇਹ ਚੀਜ਼ਾਂ ਕੱਢਣ ਨੂੰ। ਉਹਦੇ ਵਿੱਚ ਮਤਲਬ ਮੇਰੀ ਪੜ੍ਹਾਈ ਰਹੀ, ਮੇਰੀ ਬੇਸਿਕ ਐਜੂਕੇਸ਼ਨ, ਮੇਰੀ ਨਿਊਟ੍ਰੀਸ਼ਨ ਦੀ ਐਜੂਕੇਸ਼ਨ, ਮੇਰਾ ਬੋਡੀ ਬਿਲਡਿੰਗ ਕਰੀਅਰ, ਇਹ ਸਾਰੀਆਂ ਚੀਜ਼ਾਂ ਨਾਲ ਨਾਲ ਰਹੀਆਂ। ਫਿਰ ਜਾ ਕੇ ਉਹਦਾ ਐਂਡ ਪ੍ਰੋਡਕਟ ਹੁਣ ਮੈਂ ਉਹ 'ਚੋਂ ਕੱਢਣ ਲੱਗਿਆ ਕੁਛ। ਹੁਣ ਟਾਈਮ ਆ ਵੀ ਜਦੋਂ ਹਾਂ ਨਿਕਲ ਰਿਹਾ ਤਾਂ ਤੁਸੀਂ ਵੀ ਕੱਢ ਸਕਦੇ ਹੋ। ਲੋਕ ਜਿਹੜੇ ਕਹਿੰਦੇ ਨਾ, ਸੋਰੀ ਮੈਂ ਇੰਟਰਪਟ ਕਰ ਰਿਹਾ, ਲੋਕ ਜਿਹੜੇ ਕਹਿੰਦੇ ਵੀ ਬੋਡੀ ਬਿਲਡਿੰਗ 'ਚ ਪੈਸਾ ਨਹੀਂ, ਯਾਰ ਉਹ ਕਹਾਵਤ ਨਹੀਂ ਹੈ, ਹੱਥ ਨਾ ਹੈ ਥੂ ਕੌੜੀ, ਅੰਗੂਰ ਖੱਟੇ ਹੈ, ਉਹਨੇ ਖੱਟੇ ਰਹਿਣੇ। ਪਰ ਉੱਦਮੀ ਬਣੋ, ਕਿਉਂ ਨਹੀਂ ਹੈਗਾ, ਸਭ ਕੁਛ ਆ ਇਹ ਤੁਹਾਡੇ ਆਪਣੇ 'ਤੇ ਨਾ। ਤੁਸੀਂ ਹੁਣ ਘੂੰਏ ਜਿਹੇ ਬਣ ਕੇ ਬੈਠੇ ਰਹਿਣਾ? ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਯਾਰ, ਪੋਸਟ ਕਰੋ, ਬਿਜ਼ਨਸ ਵਧਾਓ, ਕਿਉਂ ਨਹੀਂ ਹੈ, ਸਭ ਕੁਛ ਆ, ਤੁਹਾਡੇ ਆਪਣੇ 'ਤੇ ਡਿਪੈਂਡ ਕਰਦਾ। ਇੱਦਾਂ ਹੋਣਾ ਨਹੀਂ ਹੈ ਕਦੀ, ਮੈਂ ਜਸਟ ਇਮੇਜਿਨ ਕਰ ਰਿਹਾ, ਆਈ ਐਮ ਜਸਟ ਗਿਵਿੰਗ ਯੂ ਅ ਸਿਚੁਏਸ਼ਨ। ਲੈਟ ਅਸ ਸਪੋਜ਼ ਕਿ ਲਾਪਰੀ ਭਾਈ ਦੇ ਕੋਲ ਸਪਾਂਸਰਸ਼ਿਪਸ ਨਹੀਂ ਹੈਗੀਆਂ ਅੱਜ। ਹਾਂਜੀ, ਕੀ ਕੱਲ ਲਾਪਰੀ ਭਾਈ ਪੈਸੇ ਬਣਾਉਣਗੇ? ਬਿਲਕੁਲ ਬਣਾਉਣਗੇ। ਕੀ ਵੇਜ਼ ਹੋਣਗੇ? ਸਭ ਤੋਂ ਪਹਿਲਾਂ ਇਸ ਥੋੜਾ ਪਿੱਛੇ ਆ ਜਾ, ਇਹ ਮੈਂ ਇੰਨਾ ਕੌਨਫੀਡੈਂਟਲੀ ਤਾਂ ਕਹਿ ਰਿਹਾ,
ਮੈਂ ਇੱਕ MBA ਸਟੂਡੈਂਟ ਆ ਮੈਂ MBA ਕੀਤੀ ਆ ਉਸ ਤੋਂ ਪਹਿਲਾਂ ਮੈਂ BCOM ਕੀਤੀ ਆ ਸੋ ਮੈਸੇਜ ਮੇਰਾ ਇਹ ਆ ਵੀ ਅੱਜ ਜੇ ਮੈਨੂੰ ਸਪੌਂਸਰਸ਼ਿਪਸ ਮਿਲ ਰਹੀਆਂ ਨੇ ਨਾ ਉਹਦੇ ਪਿੱਛੇ ਮੇਰਾ ਬਿਜ਼ਨਸ ਮਾਈਂਡਡ ਮੇਰਾ ਦਿਮਾਗ ਆ ਮੈਂ ਪੜ੍ਹਿਆ ਹੋਇਆ ਸੋ ਐਜੂਕੇਸ਼ਨ ਜਿਹੜੀ ਆ ਨਹੀਂ ਛੱਡਣੀ ਐਜੂਕੇਸ਼ਨ ਤੁਹਾਨੂੰ ਬੈਕਅਪ ਦਿੰਦੀ ਆ ਮੇਰੇ ਕੋਲੋਂ ਮੇਰੀ ਐਜੂਕੇਸ਼ਨ ਆ ਮੈਂ ਜੋ ਸਿੱਖਿਆ ਵਾ ਮੈਨੂੰ ਇਹ ਬ੍ਰਾਂਡਸ ਵੀ ਤਾਂ ਅਪਰੋਚ ਕਰਦੇ ਇਹਨਾਂ ਨੂੰ ਪਤਾ ਵੀ ਇਹਨੇ ਕਿੱਦਾਂ ਆਪਣੇ ਆਪ ਨੂੰ ਦਿਖਾਉਣਾ ਲੋਕੀ ਵੀ ਵਿਸ਼ਵਾਸ ਤਾਂ ਹੀ ਕਰਦੇ ਆ ਦਿਸ ਪਰਸਨ ਜੇ ਉਹਨੇ ਮਸਲ ਆਲਿਕਸ ਨੂੰ ਹੱਥ ਪਾਇਆ ਤੇ ਇਹ ਇੱਕ ਅਥੈਂਟੀਕੇਸ਼ਨ ਆ ਬਿਲਕੁਲ ਭਾਈ ਜੇ ਮੈਂ ਇੱਥੋਂ ਆ ਖਾ ਰਿਹਾ ਮੈਂ ਬ੍ਰਾਊਨ ਰਾਈਸ ਖਾ ਰਿਹਾ ਮੈਂ ਚਿਕਨ ਖਾ ਰਿਹਾ ਐਂਡ ਆਈ ਵਾਸ ਅਬਜ਼ਰਵਿੰਗ ਯੂ ਵੈਰੀ ਮੈਂ ਬ੍ਰਾਊਨ ਰਾਈਸ ਨਹੀਂ ਖਾ ਰਿਹਾ ਮੈਂ ਵਾਈਟ ਰਾਈਸ ਖਾ ਰਿਹਾ ਤਾਂ ਮੈਂ ਅਬਜ਼ਰਵ ਕਰ ਰਿਹਾ ਸੀ ਤਾਂ ਉਹ ਚੀਜ਼ ਨੂੰ ਕਿ ਹਾਂ ਬੜਾ ਉਹ ਚੀਜ਼ ਆਉਂਦੀ ਹੈ ਮੈਨੂੰ ਕਿ ਤਾਂ ਹੀ ਬੰਦਾ ਸਲਾਪੀ ਭਾਈ ਕਰ ਰਿਹਾ ਚੱਲਦੇ ਆ ਭਾਜੀ ਐਜੂਕੇਸ਼ਨ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਬੇਸਿਕ ਐਜੂਕੇਸ਼ਨ ਬਹੁਤ ਜ਼ਰੂਰੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬਹੁਤ ਜ਼ਰੂਰੀ ਆ ਮਹਾਰਾਜ ਬਹੁਤ ਜ਼ਰੂਰੀ ਉਸ ਤੋਂ ਬਾਅਦ ਮੈਂ ਇੱਥੇ ਸ਼ੁਕਰ ਕਰੂੰਗਾ ਆਪਣੇ ਫਾਦਰ ਸਾਹਿਬ ਦਾ ਉਹ ਮੈਨੂੰ ਭਾਜੀ ਧੱਕੇ ਨਾਲ ਉਹਨਾਂ ਨੇ ਪੜ੍ਹਾਇਆ ਕਹਿੰਦੇ ਤੂੰ ਗੇਮ ਕਰਨੀ ਆ ਕਰੀ ਚੱਲ ਕੋਈ ਪ੍ਰੋਬਲਮ ਨਹੀਂ ਪਰ ਪੜ੍ਹਾਈ ਨਹੀਂ ਛੱਡਣੀ ਪਾਸ ਤੇ ਆਪਾਂ ਰਿੜ ਰਿੜ ਕੇ ਹੋਏ ਆ ਪਰ ਉਹਨਾਂ ਨੇ ਕਿਹਾ ਪੜ੍ਹਾਈ ਛੱਡਣੀ ਨਹੀਂ ਪੜ੍ਹਾਈ ਸੈਕਰੀਫਾਈਸ ਨਹੀਂ ਕਰਨੀ ਅੱਜ ਉਹਨਾਂ ਦੀ ਬਦੌਲਤ ਉਹਨਾਂ ਦੇ ਉਹ ਮਿਹਨਤ ਮੇਰੇ 'ਤੇ ਜਿਹੜੀ ਕੀਤੀ ਉਹਨਾਂ ਨੇ ਜਿਹੜਾ ਮੇਰੇ 'ਤੇ ਟਾਈਮ ਲਾਇਆ ਅੱਜ ਉਹਦੀ ਬਦੌਲਤ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਉਹਨਾਂ ਨੇ ਮੈਨੂੰ ਐਸ ਮਤਲਬ ਇਹ ਚੀਜ਼ਾਂ ਉਹਨਾਂ ਨੇ ਉਸ ਟਾਈਮ 'ਤੇ ਮੈਨੂੰ ਕਹੀਆਂ ਅਤੇ ਅੱਜ ਮੈਨੂੰ ਕਿੰਨੀਆਂ ਕੰਮ ਆ ਰਹੀਆਂ ਜਦੋਂ ਮੈਂ ਅੱਜ ਦੀ ਡੇਟ 'ਚ ਕਿਸੇ ਨੂੰ ਕਹਿੰਦਾ ਆਈ ਐਮ ਐਨ IFBB ਪ੍ਰੋ ਪਲੱਸ ਐਨ MBA ਉਹ ਕਹਿੰਦੇ ਦੈਟਸ ਅ ਚੈਰੀ ਔਨ ਦਾ ਕੇਕ ਵੀ ਮਤਲਬ ਹਾਂ ਵੀ ਤੂੰ ਬੋਡੀ ਬਿਲਡਰ ਵੀ ਉੱਥੋਂ ਸਾਡੇ ਕੋਲ ਇਹ ਵੀ ਹੈ ਐਜੂਕੇਸ਼ਨ ਮਹਾਰਾਜ ਇੱਕ ਵੱਖਰਾ ਹੀ ਫਲੈਕਸ ਹੈ ਐਜੂਕੇਸ਼ਨ ਦਾ ਜਦੋਂ ਅਸੀਂ ਦੱਸਦੇ ਨਾ ਸਾਡੀ ਕੁਆਲੀਫਿਕੇਸ਼ਨ ਕੀ ਆ ਦੈਟਸ ਅ ਫਲੈਕਸ ਮੈਨੂੰ ਉਹ ਲੱਗਦੀ ਉਹ ਚੀਜ਼ ਅਚੀਵਮੈਂਟ ਆ ਤੁਹਾਡੀ ਟਾਈਟਲਸ ਦੇ ਨਾਲ ਦਾ ਵਟ ਵੇਜ਼ ਯੂ ਵਿਲ ਡੂ ਇਸ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਿਚੁਏਸ਼ਨ ਦੇਣੀ ਹੋਈ ਮੈਂ ਕੀ ਕਰਾਂਗਾ ਲਾਈਕ ਸਵੇਰੇ ਓਕੇ ਮੈਂ MBA ਹਾਂ ਮੇਰੇ ਕੋਲ ਨੌਲੇਜ ਹੈਗੀ ਆਈ ਹੈਵ ਬ੍ਰੇਨ ਆਫ ਐਨ MBA ਐਂਡ ਮੈਂ ਤੋਂ ਆਈ ਹੈਵ ਆਬਵੀਅਸਲੀ ਫਿਜ਼ਿਕਸ ਤਾਂ ਕਦੀ ਨਹੀਂ ਛੱਡੇਗੀ ਤੁਹਾਡੀ ਕਦੀ ਨਹੀਂ ਛੱਡੇਗੀ ਤੁਹਾਡੀ ਨੌਲੇਜ ਤਾਂ ਕਦੀ ਨਹੀਂ ਛੱਡੇਗੀ ਜੀ ਵਟ ਵੇਜ਼ ਯੂ ਵਿਲ ਚੂਜ਼ ਮੈਂ ਐਗਜ਼ਾਮਪਲ ਦੇ ਅੱਛਾ ਜੇ ਮੇਰੇ ਕੋਲ ਬ੍ਰਾਂਡ ਨਹੀਂ ਹੈ ਜੇ ਤੁਹਾਡੇ ਕੋਲ ਕੋਈ ਇੱਕ ਬੋਡੀ ਬਿਲਡਰ ਹੁੰਦਾ ਹੈ ਜੇ ਤੋਂ ਫਿਜ਼ਿਕਸ ਦਾ ਨੌਲੇਜ ਹੈ MBA ਸਭ ਕੁਝ ਹੈ ਤਾਂ ਸਪਾਂਸਰ ਨਹੀਂ ਹੈਗਾ ਹਾਊ ਹੀ ਵਿਲ ਹੀ ਵਿਲ ਭਾਜੀ ਅੱਜ ਦੀ ਡੇਟ ਦੇ ਵਿੱਚ ਪੈਸਾ ਬਣਾਉਣ ਦੇ ਇੰਨੇ ਕੁ ਜ਼ਿਆਦਾ ਓਪਰਚੁਨਿਟੀਜ਼ ਨੇ ਨਾ ਪਹਿਲੀ ਗੱਲ ਤਾਂ ਓਪਰਚੁਨਿਟੀ ਹੈ ਨਹੀਂ ਤਾਂ ਕ੍ਰੀਏਟ ਕਰ ਲਓ ਹਾਊ ਡੂ ਯੂ ਕ੍ਰੀਏਟ ਦ ਓਪਰਚੁਨਿਟੀ ਆਪਣੇ ਕੋਲੋਂ ਸੋਸ਼ਲ ਮੀਡੀਆ ਤੁਹਾਡੇ ਕੋਲੋਂ ਫਿਜ਼ੀਕ ਆ ਯੂਜ਼ ਯੂਅਰ ਬ੍ਰੇਨ ਵਧੀਆ ਪੋਸਟ ਪਾਓ ਆਪਣੇ ਆਪ ਨੂੰ ਦਿਖਾਓ ਉੱਥੇ ਲਿਖੋ ਵੀ ਆਈ ਪ੍ਰੋਵਾਈਡ ਔਨਲਾਈਨ ਟ੍ਰੇਨਿੰਗ ਔਨਲਾਈਨ ਟ੍ਰੇਨਿੰਗ ਬਹੁਤ ਵਧੀਆ ਬਿਜ਼ਨਸ ਆ ਇੱਥੋਂ ਤੁਸੀਂ ਪੈਸਾ ਕਮਾ ਸਕਦੇ ਹੋ ਠੀਕ ਆ ਅਦਰਵਾਈਜ਼ ਉਹਦੇ ਵਿੱਚ ਇਹ ਆ ਵੀ ਤੁਸੀਂ ਆਪਣੀ ਜਰਨੀ ਸ਼ੁਰੂ ਕਰੋ ਵੀ ਰਿਵਿਊਜ਼ ਦੇਣੇ ਸ਼ੁਰੂ ਕਰੋ ਸਪਲੀਮੈਂਟਸ 'ਤੇ ਉਹ ਤੁਹਾਨੂੰ ਬਾਅਦ 'ਚ ਉਹ ਚੀਜ਼ਾਂ ਵੀ ਤੁਹਾਨੂੰ ਪੈਸਾ ਦੇਣਗੀਆਂ ਤੁਸੀਂ ਕਿਸੇ ਚੰਗੇ ਜਿਮ ਦੇ ਵਿੱਚ ਟ੍ਰੇਨਰ ਲੱਗ ਸਕਦੇ ਹੋ ਠੀਕ ਹੈ ਜੀ ਉਹ ਚੀਜ਼ਾਂ ਤੁਹਾਨੂੰ ਪੈਸਾ ਦੇਣਗੀਆਂ ਤੁਸੀਂ ਹੋਮ ਟੂ ਹੋਮ ਪੀਟੀਜ਼ ਦੇ ਸਕਦੇ ਹੋ ਉਹ ਚੀਜ਼ ਪੈਸਾ ਦਿਓ ਗਰਾਊਂਡ 'ਚ ਵੜਨਾ ਪੈਣਾ ਬਿਲਕੁਲ ਉਸ ਤੋਂ ਬਾਅਦ ਤੁਸੀਂ ਆਪਣੇ ਦਿਨ ਨੂੰ ਭਾਜੀ ਪੂਰਾ ਸਿਸਟਮੈਟਿਕ ਵੇ ਦੇ ਨਾਲ ਪਲਾਨ ਕਰਨਾ ਜਦੋਂ ਲੋਕ ਕੋਈ ਬ੍ਰਾਂਡ ਨਹੀਂ ਆ ਮੇਰੇ ਦਿਨ ਦੇ ਮੈਂ ਸਵੇਰੇ 9 ਵਜੇ ਉੱਠਦਾ ਰਾਤੀ ਮੈਂ 12 ਵਜੇ ਸੌਂਦਾ ਤੁਹਾਡੇ ਕੋਲ ਕਿੰਨਾ ਟਾਈਮ ਆ ਠੀਕ ਹੈ ਜੀ 3-15 ਘੰਟੇ ਨੇ ਤੁਹਾਡੇ ਕੋਲ ਹੁਣ ਉਹ 15 ਘੰਟੇ ਦੇ ਵਿੱਚ ਮੈਂ 8-9 ਘੰਟੇ ਮੈਂ ਕੰਮ ਹੀ ਕਰਨਾ 3 ਘੰਟੇ ਮੈਂ ਇਹਨੂੰ ਦੇਣੇ 3 ਘੰਟੇ ਇਹਨੂੰ ਦੇਣੇ 3 ਘੰਟੇ ਇਹਨੂੰ ਦੇਣੇ ਮਤਲਬ ਮੈਂ 3 ਘੰਟੇ ਦੇ ਦਿੱਤੇ ਹੋਮ ਟੂ ਹੋਮ ਪੀਟੀ 3 ਘੰਟੇ ਮੈਂ ਜਿਮ ਦੇ ਵਿੱਚ ਪੀਟੀ ਦੇ ਦਿੱਤੀ 3 ਘੰਟੇ ਮੈਂ ਔਨਲਾਈਨ ਟ੍ਰੇਨਿੰਗ ਕਲਾਇੰਟ ਫੜ ਲਏ ਠੀਕ ਆ ਤਾਂ ਜੇਕਰ ਮਤਲਬ ਹੋਰ ਵੀ ਘਰਾਂ ਦੇ ਵੀ ਕੰਮ ਹੁੰਦੇ ਆ ਕਰਨ ਵਾਲੇ ਆਪਣੇ ਘਰੋਂ ਜੇ ਕਿਸੇ ਦਾ ਘਰ ਦਾ ਬਿਜ਼ਨਸ ਆ ਉਹ ਨਹੀਂ ਭਾਜੀ ਕੋਈ ਵੀ ਨਹੀਂ ਮਾਰਦਾ ਜੇ ਕਿਸੇ ਕੋਲੋਂ ਥੋੜਾ ਜਿਹਾ ਵੀ ਦਿਮਾਗ ਆ ਨਾ ਉਹ ਬੰਦਾ ਭੁੱਖਾ ਨਹੀਂ ਮਰ ਸਕਦਾ ਤੇ ਉਦਮੀ ਹੋਣਾ ਚਾਹੀਦਾ ਬਸ ਆਪਾਂ ਪੰਜਾਬੀ ਆਪਾਂ ਸਾਰੇ ਉਦਮੀ ਆ ਆਪਾਂ ਮਤਲਬ ਇਹ ਸਾਨੂੰ ਐਵੇਂ ਹੁਣ ਕਹਿ ਦਿੱਤਾ ਜਾਂਦਾ ਵੀ ਇਹ ਵਿਹਲੜ ਨੇ ਜੇ ਨੇ ਉਹ ਨੇ ਆਪਣੇ ਇੱਥੇ ਥੋੜ੍ਹਾ ਸਿਸਟਮ ਇਹੋ ਜਿਹਾ ਵੀ ਸਾਨੂੰ NRI ਟੱਚ ਜ਼ਿਆਦਾ ਆਪਣੇ ਕੋਲੋਂ ਸਾਨੂੰ ਜਿਹੜਾ ਸਾਡਾ ਲਾਈਫ ਸਟਾਈਲ ਆ ਸਾਡਾ ਲੈਵਿਸ਼ ਆ ਕੰਪੈਰੇਟਿਵਲੀ ਬਾਕੀ ਪੂਰੇ ਇੰਡੀਆ ਨਾਲੋਂ ਅਸੀਂ ਵਧੀਆ ਕੱਪੜੇ ਪਾਉਂਦੇ ਹਾਂ ਸਾਡੇ ਕੋਲ ਮਹਾਰਾਜ ਸਾਡਾ ਪੂਰਾ ਨਹੀਂ ਅਸੀਂ ਤਾਂ ਦੇਖ ਲਓ ਉੱਤੋਂ ਲੈ ਕੇ ਥੱਲੇ ਤੱਕ ਪੂਰੇ ਬ੍ਰਾਂਡ ਨਾਲ ਲੱਦੇ ਹੁੰਦੇ ਪੰਜਾਬੀ ਹੁਣ ਉਹ ਅਸੀਂ ਕਿਤੇ ਜਾਈਦਾ ਨਾ ਬਾਹਰ ਉੱਥੇ ਹੁਣ ਜਿੱਥੇ ਆਪਣੇ ਅਦਰ ਸਟੇਟਸ 'ਚ ਜਾਈਦਾ ਯਾਰ ਭਈਆ ਯਾਰ ਆਪ ਮਾਡਲ ਲੱਗਦੇ ਹੋ ਯਾਰ ਕਿਤਨੇ ਅੱਛੇ ਕੱਪੜੇ ਕਿਆ ਸੀ ਇਹ ਇੱਕ ਯਾਰ ਸਾਡਾ ਉੱਧਰ ਹੈ ਹੀ ਆ ਸਾਡਾ ਸਾਨੂੰ ਸਾਨੂੰ ਜੋ NRI ਟੱਚ ਮਿਲਦਾ ਸਾਡੇ ਬ੍ਰਾਂਡ ਕੋਈ ਬਾਅਦ 'ਚ ਹੁਣ ਇੱਥੇ ਸਾਡੇ ਖੇਤਾਂ 'ਚ ਪਾਏ ਉਹ ਰੁਲਦੇ ਫਿਰਦੇ ਬ੍ਰਾਂਡ ਉਹ ਪਾ ਕੇ ਕੱਛੇ ਉਹਦੇ ਜੋੜਨਾ ਦੇ ਉਹ ਪੱਠੇ ਵੱਢੀ ਜਾਂਦੇ ਆ ਝੋਨੇ ਨੂੰ ਪਾਣੀ ਲਾਈ ਜਾਂਦੇ ਆ ਆਹੀ ਕੰਮ ਹੋਈ ਜਾਂਦੇ ਸਾਡੇ ਇੱਥੇ ਉਹ ਬ੍ਰਾਂਡ ਬਾਕੀਆਂ ਤੱਕ ਬਾਅਦ 'ਚ ਪਹੁੰਚਦੇ ਨੇ ਉਹ ਸੋ ਇਹ ਚੀਜ਼ਾਂ ਨੇ ਇੱਕ ਵਰਡ ਬੋਲਦਾ ਭਾਜੀ ਦੈਟ ਵਾਸ ਮਾਈ ਨੈਕਸਟ ਕੁਐਸਚਨ ਤੇ ਹੁਣ ਆਪਿਤ ਭਾਜੀ ਤੋਂ ਇੱਕ ਨਾਮ ਆ ਜੀ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ
ਐਂਡ ਮੈਂ ਇਹ ਵਰਡ ਪਰਸਨਲੀ ਤੁਹਾਨੂੰ ਕਹਾਂਗਾ ਲੁੱਕਸ ਆ ਪਰਸਨੈਲਿਟੀ ਆ ਬਹੁਤ ਧੰਨਵਾਦ ਜੀ ਪ੍ਰੈਜ਼ੈਂਟ ਕਰਦੇ ਤੁਸੀਂ ਮਾਲਕ ਦਾ ਸ਼ੁਕਰ ਆ ਸੋਚਿਆ ਕਦੀ ਕੋਈ ਫਿਲਮ ਮਿਲ ਜੇ ਕੋਈ ਅਪਰੋਚ ਹੋਈ ਹੋਈ ਅਜੇ ਤੱਕ ਕੁਝ ਇਸ ਇੰਡਸਟਰੀ ਵਿੱਚ ਪੈਰ ਪਾਉਣ ਦੀ ਮੈਨੂੰ ਲੱਗਦਾ ਕਿ ਭਾਜੀ ਚੱਕਦੀ ਦਾ ਕੰਮ ਇਹ ਆ ਵੀ ਆਪਾਂ ਮੈਂ ਪਹਿਲਾਂ ਮੇਰਾ ਜਿਹੜਾ ਬੈਕਗਰਾਉਂਡ ਆ ਉਹ ਮਾਡਲਿੰਗ ਐਕਟਿੰਗ ਦੇ ਰਿਹਾ ਮੈਂ 2016 ਦੇ ਵਿੱਚ PTC ਪੰਜਾਬੀ ਤੇ ਸ਼ੋਅ ਹੁੰਦਾ ਕਿ ਮਿਸਟਰ ਪੰਜਾਬ ਮੈਂ ਉਹ ਕੀਤਾ ਉਹਦੇ ਵਿੱਚ ਮੈਂ ਟੌਪ 5 ਫਾਈਨਲਿਸਟ ਸੀਗਾ ਉਹ 'ਚ ਮੈਂ ਇੱਕ ਟਾਈਟਲ ਵੀ ਜਿੱਤਿਆ ਮਿਸਟਰ ਪੰਜਾਬ ਸ਼ਾਨਦਾਰ ਜੋਸਾ 2016 ਅਤੇ ਉਸ ਤੋਂ ਬਾਅਦ ਮੈਂ ਪੰਜਾਬੀ ਗਾਣੇ ਵੀ ਕੀਤੇ ਕਈ ਗਾਣੇ ਕੀਤੇ ਇੱਕ ਉਹਨਾਂ 'ਚੋਂ ਬਹੁਤ ਫੇਮਸ ਗਾਣਾ ਹੋਇਆ ਬਾਬੂ ਜੀ ਰਣਜੀਤ ਬਾਵੇ ਦਾ ਗਾਣਾ ਸੀਗਾ ਅਤੇ ਉਹ ਹੋਇਆ ਉਸ ਤੋਂ ਬਾਅਦ ਮੈਨੂੰ ਔਫਰਸ ਮਿਲੇ ਪਰ ਮੇਰਾ ਫਿਰ ਨਾ ਫਿਜ਼ੀਕ ਨਾਲ ਮੇਰਾ ਫਿਜ਼ੀਕ ਕੰਪਰੋਮਾਈਜ਼ ਹੋਣ ਲੱਗ ਪਿਆ ਸੀਗਾ ਅਤੇ ਆਪਾਂ ਨੂੰ ਇਹ ਆ ਵੀ ਮੈਨੂੰ ਮੇਰੀ ਬੋਡੀ ਤੋਂ ਉੱਤੇ ਕੋਈ ਚੀਜ਼ ਹੈ ਨਹੀਂ ਮੈਨੂੰ ਲੱਗਿਆ ਵੀ ਨਹੀਂ ਯਾਰ ਜੇ ਇਹ ਚੀਜ਼ ਮਤਲਬ ਇਸ ਚੀਜ਼ ਜੇ ਮੇਰੀ ਬੋਡੀ ਖਤਮ ਹੁੰਦੀ ਪਈ ਆ ਮੈਨੂੰ ਟਾਈਮ ਨਹੀਂ ਮਿਲ ਰਿਹਾ ਜਿੰਮ ਜਾਣ ਦਾ ਮੈਨੂੰ ਟਾਈਮ ਨਹੀਂ ਮਿਲ ਰਿਹਾ ਡਾਇਟ ਖਾਣ ਦਾ ਫਿਰ ਨਹੀਂ ਅਤੇ ਉੱਤੋਂ ਉਹਦਾ ਉੱਤੋਂ ਜੋ ਮੈਨੂੰ ਜਿੰਨੇ ਕਿ ਮੈਨੂੰ ਇਨਕਮ ਹੋ ਰਹੀ ਸੀ ਪੈਸਾ ਆ ਰਿਹਾ ਸੀ ਉਹ ਵੀ ਬਹੁਤ ਘੱਟ ਸੀਗਾ ਸੋ ਮੈਨੂੰ ਲੱਗਿਆ ਵੀ ਮੈਂ ਇਸ ਚੀਜ਼ ਨੂੰ ਹਜੇ ਪੋਸਟਪੋਨ ਕਰਦਾ ਸੋ ਮਾਡਲਿੰਗ ਐਕਟਿੰਗ ਨੂੰ ਉੱਥੇ ਬ੍ਰੇਕ ਲਾਤੀ ਪੌਜ਼ ਕੀਤਾ ਹੋਇਆ ਸੀਗਾ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਆਪਾਂ ਤੁਹਾਨੂੰ ਦੁਬਾਰਾ ਕੈਮਰੇ 'ਤੇ ਦਿਖੀਏ ਹੁਣ ਵੀ ਦੇਖ ਰਹੇ ਕੈਮਰੇ 'ਤੇ ਹੀ ਬਟ ਹਾਂ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਯਾ ਮੈਂ ਮਤਲਬ ਮੈਂ ਐਕਟਿੰਗ ਦੀਆਂ ਵਰਕਸ਼ਾਪਸ ਲਾਈਆਂ ਹੋਈਆਂ ਨੇ ਸਾਨੂੰ PTC ਪੰਜਾਬੀ ਵਾਲੇ ਸ਼ੋਅ 'ਤੇ ਦੱਸ ਸਾਡੀਆਂ ਪ੍ਰੋਪਰ ਵਰਕਸ਼ਾਪਸ ਹੁੰਦੀਆਂ ਹਾਊ ਟੂ ਸਪੀਕ ਕਿੱਦਾਂ ਤੁਸੀਂ ਬੋਲਣਾ ਗਰੂਮਿੰਗ ਸਾਰੀ ਉਹ ਸਾਡੀ ਕੀਤਾ ਹੋਇਆ ਉਹ ਕੰਮ ਉਦੋਂ ਬਾਅਦ ਝਾਕਾ ਖੋਲ੍ਹ ਗਿਆ ਕੈਮਰੇ 'ਤੇ ਬੋਲਣ ਦਾ ਸਟੇਜਾਂ 'ਤੇ ਬੋਲਣ ਦਾ ਸੋ ਇਹ ਚੀਜ਼ਾਂ ਹਾਂ ਹੈਗੀਆਂ ਨੇ ਕਰਾਂਗੇ ਜਲਦੀ ਕਹਿੰਦੇ ਆ ਨਾ ਕਿ ਤੁਹਾਨੂੰ ਵੱਡੇ ਜੰਗ ਜਿੱਤਣ ਲਈ ਛੋਟੀ ਛੋਟੀਆਂ ਲੜੀਆਂ ਹਾਰਨੀਆਂ ਪੈਂਦੀਆਂ ਸੋ ਤੁਹਾਡੀ ਜਿਹੜੀ ਵੱਡੀ ਜੰਗ ਆ ਤੁਸੀਂ ਆਪਣਾ ਬੋਡੀ ਬਿਲਡਿੰਗ ਨੂੰ ਦੱਸਿਆ ਸੋ ਭਾਈ ਕਦੋਂ ਦੇਖਾਂਗੇ ਤੁਹਾਨੂੰ ਉਸ ਸਟੇਜ ਦੇ ਉੱਤੇ ਜਿੱਥੇ ਆਪਾਂ ਸੀਬਮ ਨੂੰ ਦੇਖਦੇ ਹਾਂ ਜਿੱਥੇ ਜਾ ਕੇ ਹਰ ਇੱਕ ਬੰਦੇ ਦਾ ਇੱਕ ਸੁਪਨਾ ਹੁੰਦਾ ਸੋ ਉਹ ਕਦੋਂ ਤੱਕ ਦੇਖ ਸਕਦੇ ਆਪਾਂ ਤੁਹਾਨੂੰ ਮਹਾਰਾਜ ਰਹਿਣ ਅੰਗ ਸੰਗ ਸਹਾਈ ਅਤੇ ਅਗਲੇ ਸਾਲ ਵਾਹਿਗੁਰੂ ਹਾਂ ਬਸ ਸ਼ੀਤ ਸਿੰਘ ਚੜ੍ਹਦੀ ਕਲਾ ਬਖਸ਼ਣ ਕਿਰਪਾ ਕਰਨ ਜਿੱਦਾਂ ਚੱਲ ਰਿਹਾ ਮਾਲਕ ਦੀ ਬਹੁਤ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਬੜਾ ਸ਼ੁਕਰਾਨਾ ਸਭ ਕੁਝ ਠੀਕ ਚੱਲ ਰਿਹਾ ਅਤੇ ਜੇ ਐਸੇ ਪੇਸ ਨਾਲ ਐਸੇ ਗ੍ਰਾਫ ਮੇਰਾ ਇੱਦਾਂ ਹੀ ਚੱਲਦਾ ਰਿਹਾ ਅਗਲੇ ਸਾਲ ਆਪਾਂ ਤੁਹਾਨੂੰ ਭਾਅ ਜੀ ਓਲੰਪੀਆ ਮਿਲਾਂਗੇ ਅਮੈਰੀਕਾ ਜਦੋਂ ਵੀ ਸਟੇਜ 'ਤੇ ਚੜ੍ਹਦੇ ਹੋ ਸਟੈਪਿੰਗ ਕਰਦੇ ਹੋ ਤੁਸੀਂ ਆਪਣੀ ਬੜੀ ਟੌਕਸ 'ਚ ਗੱਲ ਕਹੀ ਆ ਮੈਂ ਜਦੋਂ ਤੁਹਾਡੇ ਕੋਲ ਬੈਠਾ ਹਾਂ ਮੈਂ ਬਹੁਤ ਵਧੀਆ ਬ੍ਰੇਨ 'ਚ ਮੇਰੇ ਇੱਕ ਵਰਡ ਬਣ ਗਿਆ ਸ਼ਹੀਦ ਸਿੰਘਾਂ ਨੂੰ ਮੰਨਦੇ ਕੀ ਇਮੇਜਸ ਆਉਂਦੀਆਂ ਨੇ ਤੁਹਾਡੇ ਬ੍ਰੇਨ ਦੇ ਵਿੱਚ ਤੁਸੀਂ ਕੀ ਵਿਜੂਅਲਾਈਜ਼ ਕਰਦੇ ਹੋ ਕੀ ਪਿਕਚਰ ਆਉਂਦੀ ਆ ਜਦੋਂ ਤੁਸੀਂ 5 ਸਾਲ ਕੰਪੀਟ ਕਰ ਰਹੇ ਸੀਗੇ ਐਂਡ ਦੈਟ ਵਾਸ ਨਾਟ ਬ੍ਰਿੰਗ ਗੁੱਡ ਆਈ ਕੈਨ ਸੀ ਦੈਟ ਦੋਸ ਗੂਜ਼ਬੰਪਸ ਐਂਡ ਕੀ ਆਉਂਦੀ ਆ ਉਹ ਕਿਉਂਕਿ ਮੈਂ ਹਜੇ ਤੱਕ ਉਹਨਾਂ ਗੱਲ ਨਹੀਂ ਕੀਤੀ ਬਟ ਮੈਨੂੰ ਵੀ ਵਾਈਬ ਆਉਣੀ ਸ਼ੁਰੂ ਹੋ ਗਈ ਆ ਇਹ ਆਪਾਂ ਮੈਨੂੰ ਨਾ ਇੱਕ ਸਾਡੇ ਬਹੁਤ ਪਿਆਰੇ ਨਿਹੰਗ ਸਿੰਘ ਨੇ ਬਾਬਾ ਦੇਵਾ ਸਿੰਘ ਜੀ ਖਾਲਸਾ ਸਾਡੇ ਅਨੰਦਪੁਰ ਸਾਹਿਬ ਸ਼ਹੀਦੀ ਬਾਗ ਤੋਂ ਉਹਨਾਂ ਦੀ ਉਮਰ ਤਾਂ ਮੇਰੇ ਜਿੰਨੀ ਆ ਪਰ ਬਹੁਤ ਪਹੁੰਚੀ ਹੋਈ ਰੂਹ ਆ ਨਿਤਨੇਮੀ ਨੇ ਪੱਕੇ ਨਿਹੰਗ ਸਿੰਘ ਨੇ ਉਹਨਾਂ ਨੇ ਗੱਲ ਕਹੀ ਲਵਪ੍ਰੀਤ ਸਿੰਘ ਵੀ ਸਿੱਖ ਕੌਮ ਦੀ ਜੜ੍ਹਾਂ 'ਚ ਨਾ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਪਿਆ ਹੋਇਆ ਇਹ ਕੌਮ ਨੂੰ ਕੋਈ ਜੰਮਿਆ ਨਹੀਂ ਪਿੱਠ ਲਵਾਉਣ ਵਾਲਾ ਮੈਨੂੰ ਗੱਲਾਂ ਕਹਿਣ 'ਚ ਕਈ ਵਾਰੀ ਬਹੁਤ ਝਿਜਕਤਾ ਆਉਂਦੀ ਆ ਵੀ ਮੈਂ ਆਪ ਮੇਰੇ ਕੇਸ ਨਹੀਂ ਆ ਮੇਰੀ ਦਾੜੀ ਨਹੀਂ ਆ ਮੈਂ ਕੇਸ ਨਹੀਂ ਰੱਖੇ ਪਰ ਸਾਡੇ ਰਗਾਂ 'ਚ ਖੂਨ ਗੁਰੂ ਗੋਬਿੰਦ ਸਿੰਘ ਜੀ ਦਾ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਸਾਡੇ ਇਹੋ ਜਿਹੇ ਸ਼ਹੀਦ ਆ ਸਾਡੇ ਵੀ ਜਿਨ੍ਹਾਂ ਨੇ ਸਿੱਖ ਕੌਮ ਦੀ ਜੜ੍ਹਾਂ 'ਚ ਖੂਨ ਪਾ ਕੇ ਸਾਨੂੰ ਜਿਉਂਦੇ ਰੱਖਿਆ ਅਤੇ ਜਦੋਂ ਕਦੀ ਵੀ ਮੈਂ ਸਟੇਜ 'ਤੇ ਚੜ੍ਹਦਾ ਤਾਂ ਮੈਂ ਮਹਾਰਾਜ ਮੂਹਰੇ ਅਰਦਾਸ ਬੇਨਤੀ ਕਰਕੇ ਇਹੀ ਓ ਚੜ੍ਹਦਾ ਵੀ ਸੇ ਸੱਚੇ ਪਾਤਸ਼ਾਹ ਵੀ ਤੁਸੀਂ 1.25 ਲੱਖ ਨਾਲ ਇੱਕ ਲੜਾਤਾ ਸੀ ਇਹ ਤਾਂ ਹੈ ਹੀ ਬੰਦੇ ਸਾਰੇ 500-600 ਨੇ ਇਹ ਤਾਂ ਇਹ ਹੁਣ ਆਪ ਕਿਰਪਾ ਕਰੋ ਆਪਣੇ ਸਿੰਘਾਂ 'ਤੇ ਅਤੇ ਮੋਰਚਾ ਫਤਿਹ ਕਰੀਏ ਚੜ੍ਹਦੀ ਕਲਾ ਹੋਵੇ ਫਿਰ ਨਹੀਂ ਭਾਅ ਜੀ ਮੈਂ ਫਿਰ ਮਤਲਬ ਮੈਂ ਐਵੇਂ ਤੁਹਾਨੂੰ ਕਹਾਂ ਇਸ ਜਿਹੜਾ ਮੈਂ ਹੁਣ ਪ੍ਰੋ ਕਾਰਡ ਜਿੱਤਿਆ ਨਾ ਆਹ ਜਿਹੜਾ 2022 ਇਹਦੇ 'ਚ ਇਹ 'ਚ ਮੇਰੇ 'ਚ ਆਹ ਟਰਾਂਸਫੋਰਮੇਸ਼ਨ ਇਸ ਸ਼ੋਅ 'ਚ ਆਈ ਇੱਥੇ ਮੈਨੂੰ ਉਹ ਚੀਜ਼ਾਂ ਪ੍ਰਤੱਖ ਹੋਈਆਂ ਨੇ ਮੈਂ ਤੁਹਾਨੂੰ ਦੱਸਦਾ ਇੱਕ ਇੰਸੀਡੈਂਟ ਸ਼ੇਅਰ ਕਰਦਾ ਵੀ ਉਹ ਤੋਂ ਬਾਅਦ ਫਿਰ ਮੈਂ ਬਿਲਕੁਲ ਟੈਨਸ਼ਨ ਛੱਡਤੀ ਮੈਂ ਕਿਹਾ ਨਾ ਹੁਣ ਤਾਂ ਜਦ ਮਹਾਰਾਜ ਆਪ ਸਹਾਈ ਹੋਏ ਆਪਾਂ ਅਰਦਾਸ ਹੀ ਕਰਤੀ
ਹੁਣ ਜੇ ਫਿਰ ਆਪਾਂ ਉਹ ਅਰਦਾਸ ਤੇ ਜੇ ਅਸੀਂ ਆਪਣੇ ਬਾਪੂ ਨੂੰ ਕਹਿ ਹੀ ਦਿੱਤਾ ਜੇ ਹੁਣ ਅਸੀਂ ਮੰਨੀ ਨਾ ਤੇ ਫਿਰ ਅਸੀਂ ਸਾਡੇ ਅਸੀਂ ਫਿਰ ਕਾਹਦੇ ਬੰਦੇ ਤੁਸੀਂ ਆਪਣਾ ਵੀ ਜ਼ੋਰ ਜ਼ੋਰ ਤੁਸੀਂ ਆਪਣਾ ਕਰੋ ਜੋ ਕਰਨਾ ਕੀ ਹੋਇਆ ਵੀ ਜਦੋਂ ਮੈਂ ਜਿੱਤ ਕੇ ਆਇਆ ਥੱਲੇ ਪਿੱਛੇ ਮੈਨੂੰ ਬਾਬਾ ਜੀ ਮੈਂ ਤਾਂ ਬਾਬਾ ਜੀ ਕਹੂੰਗਾ ਸਾਡੇ ਆਈ ਐਫ ਬੀ ਬੀ ਪ੍ਰੋ ਵਿੱਕੀ ਸਿੰਘ ਭਾਅ ਜੀ ਮੇਰੀ ਲਾਈਫ ਦੇ ਵਿੱਚ ਉਹਨਾਂ ਦਾ ਬਹੁਤ ਕੰਟਰੀਬਿਊਸ਼ਨ ਆ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਉਹਨਾਂ ਦਾ ਇੰਪੈਕਟ ਬਹੁਤ ਜ਼ਿਆਦਾ ਮੇਰੀ ਲਾਈਫ ਦੇ ਵਿੱਚ ਅਤੇ ਹੋਰਨਾਂ ਪੰਜਾਬੀਆਂ ਦੀ ਲਾਈਫ ਵਿੱਚ ਵੀ ਸਾਡੇ ਇੱਕ ਆਈਡਲ ਨੇ ਰੋਲ ਮਾਡਲ ਮੈਂ ਕਹੂੰਗਾ ਤਾਂ ਵਿੱਕੀ ਭਾਅ ਜੀ ਮੈਂ ਬੈਕ ਸਟੇਜ ਗਿਆ ਮੈਂ ਜਿੱਤ ਕੇ ਜਦੋਂ ਭਾਅ ਜੀ ਮੈਨੂੰ ਹੋਊਗਾ ਕਿੱਥੇ ਆ ਲਵਪ੍ਰੀਤ ਸਿੰਘ ਆ ਮਿਲਦਾ ਨਹੀਂ ਪਿਆ ਮੈਂ ਤੈਨੂੰ ਕਹਿੰਦਾ ਲੱਭ ਲੱਭ ਮੈਂ ਥੱਕ ਗਿਆ ਯਾਰ ਮੈਂ ਬੈਕ ਸਟੇਜ ਹਾਂ ਜਲਦੀ ਆ ਕੇ ਮਿਲ ਮੈਂ ਪਿੱਛੇ ਮਿਲਿਆ ਭਾਅ ਜੀ ਨੂੰ ਭਾਅ ਜੀ ਇੰਨੇ ਖੁਸ਼ ਮੈਂ ਹੁਣ ਕੀ ਆ ਦੋ ਤਿੰਨ ਦਿਨ ਦਾ ਡੀਹਾਈਡਰੇਟਡ ਸੀਗਾ ਮੈਂ ਮੇਰੀ ਆਵਾਜ਼ ਨਹੀਂ ਸੀ ਨਿਕਲਦੀ ਅਤੇ ਮੇਰਾ ਗਲਾ ਪੂਰਾ ਸੁੱਕਿਆ ਪਿਆ ਔਰ ਮੈਂ ਸਟੇਜ ਦੇ ਉੱਤੋਂ ਇੱਕ ਦਿਨ ਪਹਿਲਾਂ ਪ੍ਰੀ ਜਜਿੰਗ ਉਸ ਤੋਂ ਅਗਲੇ ਦਿਨ ਆਪਣੀ ਕੈਟਾਗਰੀ ਦੇ ਵਿੱਚ ਗੋਲਡ ਮੈਡਲ ਲਈ ਉਸ ਤੋਂ ਬਾਅਦ ਫਿਰ ਓਵਰਆਲ ਪ੍ਰੋ ਕਾਰਡ ਲਈ ਫਾਈਟ ਸੋ ਮੈਂ ਉਹਦੇ ਕਰਕੇ ਮੈਂ ਬੜਾ ਐਗਜ਼ੋਸਟਡ ਸੀਗਾ ਪਹਿਲਾਂ ਹੀ ਭਾਅ ਜੀ ਕਹਿੰਦੇ ਵੀ ਕਹਿੰਦੇ ਹੁਣ ਫਤਿਹ ਹੋਈ ਆ ਵੀ ਇੱਕ ਜਕਾਰਾ ਛੱਡਣਾ ਆਪਾਂ ਗ੍ਰੀਨ ਰੂਮ ਸੀਗਾ ਭਾਅ ਜੀ ਉਹ ਸਾਰੇ ਵਰਲਡ ਦੇ ਐਥਲੀਟ ਉੱਥੋਂ ਆਏ ਹੋਏ ਸਾਰੇ ਇੰਡੀਆ ਦੇ ਵੀ ਚੋਟੀ ਦੇ ਐਥਲੀਟ ਉੱਥੇ ਮੈਂ ਕਿਹਾ ਭਾਅ ਜੀ ਮੈਂ ਕਿਹਾ ਯਾਰ ਮੇਰੇ 'ਚ ਤਾਂ ਜਾਨ ਹੀ ਨਹੀਂ ਹੈਗੀ ਭਾਅ ਜੀ ਕਹਿੰਦੇ ਤੂੰ ਜਕਾਰਾ ਛੱਡ ਦੇਖੀ ਕੀ ਹੁੰਦਾ ਮੈਂ ਸੱਚੀ ਕਹਿੰਦਾ ਜਦੋਂ ਮੈਂ ਮਹਾਰਾਜ ਦਾ ਲੈ ਕੇ ਨਾ ਜਦੋਂ ਜਕਾਰਾ ਛੱਡਿਆ ਉਹ ਭਾਅ ਜੀ ਇੰਨੀ ਆਵਾਜ਼ ਮੈਂ ਕਹਿੰਦਾ ਕਿਸੇ ਮਾਈਕ ਦੀ ਨਹੀਂ ਹੋਣੀ ਉਹਨਾਂ ਦੀ ਜਿੰਨੀ ਆਵਾਜ਼ ਮਹਾਰਾਜ ਨੇ ਮੇਰੇ ਅੰਦਰੋਂ ਕਢਾਈ ਅਤੇ ਉਹ ਪੂਰਾ ਗ੍ਰੀਨ ਰੂਮ ਗੂੰਜਿਆ ਅਤੇ ਨਾਲ ਵਿੱਕੀ ਭਾਅ ਜੀ ਨੇ ਜਦੋਂ ਸਤਿ ਸ਼੍ਰੀ ਅਕਾਲ ਜਦੋਂ ਅਸੀਂ ਪੂਰਾ ਗੱਜ ਕੇ ਜਕਾਰਾ ਲਾਇਆ ਨਾ ਉਹ ਲੋਕਾਂ ਨਾਲ ਹੀ ਜੁਨੈਦ ਵੀ ਮੇਰਾ ਵੱਡਾ ਭਰਾ ਵਾ ਆਈ ਆਈ ਲਵ ਦੈਟ ਗਾਏ ਭਾਬੀ ਜੀ ਉਹਨਾਂ ਦੇ ਵਾਈਫ ਉਹ ਸੀ ਕਹਿੰਦੇ ਅਭੀ ਤੋ ਯੇ ਇਤਨੀ ਐਨਰਜੀ ਕਹਾਂ ਸੇ ਆਈ ਤੂੰ ਤਾਂ ਤੇਰੀ ਤੋਂ ਆਵਾਜ਼ ਨਹੀਂ ਨਿਕਲ ਰਹੀ ਮੈਂ ਕਿਹਾ ਸਾਡੀਆਂ ਐਨਰਜੀਆਂ ਨਹੀਂ ਹੈਗੀਆਂ ਇਹ ਉਹਨਾਂ ਦੀਆਂ ਐਨਰਜੀਆਂ ਨੇ ਇਹ ਉਹ ਬੋਲਦੇ ਆ ਸਾਡੇ 'ਚ ਇਹ ਉਹਨਾਂ ਦਾ ਖੂਨ ਆ ਭਾਜੀ ਸਾਡੇ 'ਚ ਇਹ ਅਸੀਂ ਕੁਛ ਨਹੀਂ ਹੁੰਦੇ ਸਾਡੇ ਕੋਲ ਕਰਾਉਣ ਵਾਲੇ ਜਦ ਅਸੀਂ ਅਰਦਾਸ ਬੇਨਤੀ ਕਰਤੀ ਨਾ ਉਹਨਾਂ ਨੇ ਆਪ ਸਹਾਈ ਹੋ ਜਾਣਾ ਫਿਰ ਸਾਡਾ ਕੰਮ ਖਤਮ ਫਿਰ ਉਹਨਾਂ ਦੀ ਗੇਮ ਸ਼ੁਰੂ ਇਹ ਚੀਜ਼ ਆਪਾਂ ਨਾਲ ਬਣ ਲਈ ਕਿ ਜੇ ਤੁਸੀਂ ਐਡੇ ਵੱਡੇ ਮੁਕਾਮ ਨੂੰ ਪਾਉਣ ਚੱਲੇ ਹੋ ਫਿਜ਼ੀਕਲ ਅਪੀਅਰੈਂਸ ਇਕੱਲੀ ਨਹੀਂ ਲੈ ਕੇ ਤੁਹਾਨੂੰ ਅੱਗੇ ਜਾ ਸਕਦੀ ਤੁਹਾਨੂੰ ਮੈਂਟਲੀ ਨਹੀਂ ਅੱਗੇ ਲੈ ਕੇ ਜਾ ਸਕਦੀ ਸਾਰੇ ਲੋਕ ਕਿਤਾਬਾਂ ਪੜ੍ਹਦੇ ਪਏ ਆ ਸਾਈਕੋਲੋਜਿਸਟ ਰੱਖੇ ਆ ਥੈਰੇਪੀਆਂ ਲੈਂਦੇ ਪਏ ਆ ਬਟ ਜਿਹੜਾ ਸਪਿਰਚੁਅਲ ਕਨੈਕਸ਼ਨ ਹੈ ਉਹ ਤੁਹਾਡਾ ਜਦੋਂ ਜਿੱਥੇ ਤੁਸੀਂ ਖੁਦ ਦੀ ਬਸ ਮੰਨ ਜਾਂਦੇ ਹੋ ਜੇ ਤੁਹਾਡਾ ਵਿਸ਼ਵਾਸ ਮੈਨੂੰ ਜੋ ਲੱਗਾ ਇੱਕ ਬਿਲੀਫ ਇੱਕ ਵਰਡ ਤੁਹਾਡੇ ਵਿੱਚ ਲਾਵਾਂਗਾ ਕਿ ਉਹ ਜਦੋਂ ਆ ਜਾਂਦਾ ਨਾ ਤਾਂ ਉਹ ਫਿਰ ਉਹ ਇੱਕ ਇਟਰਨਲ ਲਵ ਇੱਕ ਬਣਦਾ ਹੈ ਸੋ ਭਾਜੀ ਤੁਹਾਨੂੰ ਨਾ ਆਪਣੀਆਂ ਜੜ੍ਹਾਂ ਨਹੀਂ ਛੱਡਣੀਆਂ ਚਾਹੀਦੀਆਂ ਤੁਹਾਨੂੰ ਆਪਣੇ ਇਤਿਹਾਸ ਨਾਲ ਜਾਣੂ ਹੋਣਾ ਚਾਹੀਦਾ ਅਤੇ ਜੇ ਤਾਂ ਆਪਾਂ ਪੰਜਾਬੀ ਹਾਂ ਨੋ ਮੈਟਰ ਜੇ ਅਸੀਂ ਹਿੰਦੂ ਵੀ ਹਾਂ ਭਾਅ ਜੀ ਯਾਰ ਇਹ ਬਹੁਤ ਮਤਲਬ ਪਤਾ ਨਹੀਂ ਸੈਂਸਿਟਿਵ ਟੋਪਿਕ ਆ ਜਾਂ ਕੀ ਆ ਹਿੰਦੂ ਵੀਰ ਵੀ ਮੈਂ ਇੱਦਾਂ ਦੇ ਦੇਖੇ ਆ ਜਿਹਨਾਂ ਨੂੰ ਮਾਣ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਉੱਤੇ ਜਿਹੜੇ ਜੰਗਾਂ ਲੜਦੇ ਸ਼ਹੀਦ ਹੋਏ ਨੇ ਉਹਨਾਂ ਦੇ ਆਈਡਲ ਵੀ ਸ਼ਹੀਦ ਸਿੰਘ ਨੇ ਤੁਸੀਂ ਜੇ ਪੰਜਾਬੀ ਹੋ ਨਾ ਨੋ ਮੈਟਰ ਅਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਜੇ ਤੁਸੀਂ ਸਿੱਖ ਹੋ ਫਿਰ ਤਾਂ ਮਹਾਰਾਜ ਤੁਸੀਂ ਬਹੁਤ ਚੰਗੇ ਕੰਮ ਕੀਤੇ ਸਿੱਖ ਧਰਮ ਦੇ ਵਿੱਚ ਤੁਸੀਂ ਪੈਦਾ ਹੋਏ ਤੁਸੀਂ ਪੰਜਾਬੀ ਹੋ ਸਾਡਾ ਐਡਾ ਰਿਚ ਕਲਚਰ ਆ ਨਾ ਸਾਡੀਆਂ ਉਹ ਜੜ੍ਹਾਂ ਨੇ ਤੁਸੀਂ ਆਪਣੀਆਂ ਜੜ੍ਹਾਂ ਪਛਾਣ ਗਏ ਆਪਣੀ ਹੋਂਦ ਪਛਾਣ ਗਏ ਤੁਹਾਡੀ ਪਿੱਠ ਨਹੀਂ ਲੱਗ ਸਕਦੀ ਕਦੀ ਅਸੀਂ ਉਹ ਕੌਮ ਦੇ ਵਾਰਸ ਹਾਂ ਜਿੱਥੇ ਇੱਕ ਇੱਕ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਸਵਾ ਸਵਾ ਲੱਖ ਨਾਲ ਲੜਾਏ ਹੋਏ ਨੇ ਕਿੰਨੀਆਂ ਜੰਗਾਂ ਕਿੰਨੇ ਯੁੱਧ ਹੋਏ ਨੇ ਜਿੱਥੇ ਮੁੱਠੀ ਭਰ ਸਿੰਘ 21 ਸਿੰਘ 40 ਮੁਕਤਿਆਂ ਮੁਕਤੇ ਇਹੋ ਜਿਹੀਆਂ ਚੀਜ਼ਾਂ 'ਤੇ ਉੱਥੇ ਇਹ ਚੀਜ਼ਾਂ ਬਿਲਕੁਲ ਪ੍ਰਤੱਖ ਹੋਈਆਂ ਨੇ ਵੀ ਹਾਂ ਸਾਡੇ 'ਤੇ ਕਿੰਨੀ ਮਹਾਰਾਜ ਦੀ ਕਿਰਪਾ ਸਿਰਫ ਉਹਨੂੰ ਪਛਾਣਨ ਦੀ ਲੋੜ ਆ ਤੁਸੀਂ ਉਹਨੂੰ ਪਛਾਣ ਲਿਆ ਨਹੀਂ ਹਰਾ ਸਕਦਾ ਕੋਈ ਤੁਹਾਨੂੰ ਕੋਈ ਨਹੀਂ ਹਰਾ ਸਕਦਾ ਮਹਾਰਾਜ ਤੁਹਾਡੇ ਨਾਲ ਆ ਪੂਜਾ ਅਕਾਲ ਕੀ ਅਸੀਂ ਅਕਾਲ ਨੂੰ ਪੂਜਦੇ ਹਾਂ ਅਸੀਂ ਰੱਬ ਨੂੰ ਪੂਜਦੇ ਹਾਂ ਸਿੱਧਾ ਅਸੀਂ ਵਿੱਚ ਇੰਟਰਮੀਡੀਏਟ ਕੋਈ ਨਹੀਂ ਸਿੱਧੇ ਕਨੈਕਸ਼ਨ ਆ ਉਹ ਕਿਹਨੇ ਜੋੜੇ ਆ ਥਰੂ ਗੁਰੂ ਥਰੂ ਹੋਏ ਉਹਨਾਂ ਨੇ ਸਾਡੇ ਜੋੜੇ ਆ ਮੈਂ ਐਡਾ ਸਿਆਣਾ ਨਹੀਂ ਮੈਂ ਬੜਾ ਐਡਾ ਮੈਂ ਬਹੁਤ ਨਾ ਚੀਜ਼ ਪਾਪੀ ਬੰਦਾ ਹਾਂ ਪਾਪੀ ਰੂਹ ਹਾਂ ਪਰ ਮੇਰੇ 'ਤੇ ਮਹਾਰਾਜ ਦੀ ਕਿਰਪਾ ਬਹੁਤ ਆ ਮੈਂ ਉਹਨਾਂ ਦਾ ਸ਼ੁਕਰਾਨਾ ਕਰਦਾ ਵੀ ਉਹਨਾਂ ਦੀ ਬਹੁਤ ਕਿਰਪਾ ਮੇਰੇ 'ਤੇ ਉਹਨਾਂ ਕਰ ਮੈਂ
ਮੇਰਾ ਕੁਛ ਨਹੀਂ ਆ ਭਾਜੀ, ਲੋਕੀ ਬਹੁਤ ਕਹਿੰਦੇ ਨੇ ਵੀ ਤੁਸੀਂ ਭਾਜੀ ਬੜੀ ਮਿਹਨਤ ਕੀਤੀ ਆ, ਤੁਸੀਂ ਮਿਹਨਤ ਕਰਕੇ ਕਾਹਦੀ ਮਿਹਨਤ ਕੀਤੀ? ਮੈਂ ਕਹਿੰਦਾ ਹੁੰਦਾ ਯਾਰ ਕੰਮ ਕਰ ਰਹੇ ਹਾਂ ਬਸ, ਮਿਹਨਤ ਤਾਂ ਮਜ਼ਦੂਰ ਤੋਂ ਵੱਧ ਮਿਹਨਤ ਨਹੀਂ ਕਰ ਸਕਦੇ। ਮਜ਼ਦੂਰ ਜਿੰਨੀ ਮਿਹਨਤ ਕਰਦਾ ਅਸੀਂ ਓਨੀ ਮਿਹਨਤ ਨਹੀਂ ਕਰਦੇ, ਅਸੀਂ ਮਿਹਨਤ ਕਰਦੇ ਹਾਂ ਸ਼ੌਂਕ ਨੂੰ। ਅਸੀਂ ਡੇਢ ਘੰਟੇ ਜਿੰਮ ਲਾ ਲਿਆ, ਅੱਧਾ ਘੰਟਾ ਕਾਰਡੀਓ ਕਰ ਲਿਆ, ਵਧੀਆ ਡਾਇਟਾਂ ਬਣਾ ਕੇ ਖਾ ਲਈਆਂ, ਸੋਹਣੇ ਕੱਪੜੇ, ਇਹ ਮਿਹਨਤ। ਮਹਾਰਾਜ ਦਾ ਸ਼ੁਕਰ ਕਰੋ, ਸ਼ੁਕਰ ਕਰੋ ਮਹਾਰਾਜ ਦਾ। ਸੋ ਹਾਂਜੀ, ਬਸ ਇੰਨਾ ਹੀ ਆ ਭਾਅ ਜੀ। ਤੁਹਾਨੂੰ ਇੱਕ 20 ਸਾਲ ਦਾ, 15 ਸਾਲ ਦਾ, 16 ਸਾਲ ਦਾ ਬੱਚਾ ਸੁਣਦਾ ਪਿਆ, ਤੁਹਾਨੂੰ ਇੱਕ 40 ਸਾਲ ਦਾ ਸਿਆਣਾ ਸੁਣਦਾ ਪਿਆ, ਉਹਨਾਂ ਦਾ ਉਹਨਾਂ ਨੂੰ ਪਤਾ ਆ ਉਹ ਕਨੈਕਸ਼ਨ ਦੀ, ਉਸ ਅਕਾਲ ਨੂੰ ਪੂਜਣਾ ਜ਼ਰੂਰੀ ਆ ਜੀ, ਬਟ ਦੁਨੀਆ ਦੇ ਜਿਹਨੂੰ ਮਾਇਆ ਕਹਿ ਦਿੱਤਾ ਗਿਆ ਫਸੇ ਪਏ ਆ ਜੀ, ਤੁਸੀਂ ਵੀ ਗਲਤ ਆ, ਬਟ ਮੈਂ ਫਿਰ ਵੀ ਪੁੱਛਣਾ ਕਿਉਂਕਿ ਅੱਜ ਕੱਲ ਦੀ ਯੂਥ ਨਾ ਉਹ ਟਿਪ ਪੁਆਇੰਟ ਲੱਭਦੀ ਆ, ਪੁਆਇੰਟ ਕਾਪੀ ਟੂ ਐਕਸ਼ਨ, ਦੱਸੋ ਸਿਟੀ ਹੈਗੀ ਆ ਇਹਦਾ ਕਾਪੀ ਟੂ ਐਕਸ਼ਨ ਕੀ ਆ? ਸੋ ਬੋਡੀ ਬਿਲਡਿੰਗ ਓਕੇ, ਯੂ ਆਰ ਗੋਇੰਗ ਟੂ ਜਿਮ, ਮੈਂਟਲੀ ਓਕੇ ਠੀਕ ਆ, ਥੋੜ੍ਹੀਆਂ ਮੋਟੀਵੇਸ਼ਨ ਹੈਗੇ ਆ ਮਿਲ ਜਾਣਗੇ, ਸਪਿਰਿਚੁਅਲੀ ਤੁਹਾਨੂੰ ਇੱਕ ਪੰਜਾਬੀ ਇੱਕ ਸਿੱਖ ਸੁਣਦਾ ਪਿਆ, ਕਿੱਥੋਂ ਕਰੈਕਟ ਕਰੇ, ਕਿੱਥੋਂ ਇਹ ਸਟਾਰਟ ਕਰੇ ਜਰਨੀ, ਤੁਸੀਂ ਕਿੱਥੋਂ ਸਟਾਰਟ ਕੀਤੀ, ਕਿੱਥੋਂ ਇਹ ਇੱਕ ਹੁਣ ਤੁਸੀਂ ਦੱਸਤਾ ਉਹ ਕੀ ਦਿੱਤਾ ਉਹਨੇ, ਇਹ ਪੈਰਾਡਾਈਮ ਸ਼ਿਫਟ ਕਿੱਥੋਂ ਆਇਆ, ਉਹ ਕਿੱਦਾਂ ਹੋ ਸਕਦਾ? ਸਭ ਤੋਂ ਪਹਿਲਾਂ ਆਪਣੀ ਸੰਗਤ ਚੇਂਜ ਕਰੋ, ਮਹਾਂਪੁਰਖਾਂ ਦਾ ਸੰਗ ਕਰੋ, ਜਿੱਥੇ ਤੁਹਾਨੂੰ ਮਹਾਂਪੁਰਖ ਦਿਖਦੇ ਨੇ ਉਹਨਾਂ ਨੂੰ ਸੁਣੋ, ਆਪਣੇ ਇਤਿਹਾਸ ਤੋਂ ਜਾਣੂ ਹੋ, ਚੰਗੇ ਲੋਕਾਂ ਨਾਲ ਉੱਠੋ ਬੈਠੋ। ਮੇਰੀ ਲਾਈਫ ਦੇ ਵਿੱਚ ਇਹ ਵੱਡਾ ਚੇਂਜ ਆਇਆ ਵਿੱਕੀ ਭਾਅ ਜੀ ਕਰਕੇ, ਮੈਂ ਜਦੋਂ ਤੁਹਾਨੂੰ ਪਹਿਲਾਂ ਦੱਸਤਾ, ਮੈਨੂੰ ਉਹਨਾਂ ਨੇ ਇਹ ਚੀਜ਼ਾਂ ਦੱਸਣੀਆਂ ਸ਼ੁਰੂ ਕੀਤੀਆਂ। ਹੁਣ ਇਹ ਨਿੱਕੀ ਅੱਜ ਇਹ ਚੀਜ਼ ਅਜਮਾ ਲਿਓ, ਤੁਸੀਂ ਜਦੋਂ ਜੋ ਅਸੀਂ ਲਿਫਟਿੰਗ ਆ ਨਾ, ਇਹ ਜ਼ੋਰ ਵਾਲੇ ਕੰਮ ਤੋਂ ਜ਼ਿਆਦਾ ਇੱਕ ਮੈਡੀਟੇਸ਼ਨ ਆ, ਮੈਂ ਇਹਨੂੰ ਕਹਿੰਦਾ। ਕਿਵੇਂ ਆ ਮੈਡੀਟੇਸ਼ਨ? ਧਿਆਨ ਲਾਉਣਾ ਕਿੱਦਾਂ? ਜਦੋਂ ਤੁਸੀਂ ਡੰਬਲ ਨੂੰ ਹੱਥ ਪਾਉਣਾ, ਮੈਨੂੰ ਜਦੋਂ ਤੁਸੀਂ ਡੰਬਲ ਨੂੰ ਹੱਥ ਪਾਉਂਦੇ, ਤੁਸੀਂ 40-40 ਕਿਲੋ ਵਾਲਾ ਡੰਬਲ ਫੜਿਆ, ਤੁਸੀਂ ਸ਼ੋਲਡਰ ਪ੍ਰੈਸ ਲਾਉਣੇ ਨੇ, ਤੁਸੀਂ ਇਹ ਵਿਜੁਲਾਈਜ਼ ਕਰਨਾ ਵੀ ਬਾਬਾ ਦੀਪ ਸਿੰਘ ਜੀ ਨੇ 18 ਸਿਰ ਦਾ ਖੰਡਾ ਫੜਿਆ ਹੋਇਆ, ਅਤੇ ਬਾਬੇ ਨੇ ਕਿੱਦਾਂ ਸਿਰ ਲਾਏ ਹੋਣੇ ਆ ਮੁਗਲਾਂ ਦੇ, ਸ਼ਹੀਦ ਸਿੰਘਾਂ ਨੇ, ਅਤੇ ਬਾਬਾ ਮੈਨੂੰ ਉਹ ਤਾਕਤ ਬਖਸ਼ ਦੇ। ਅਤੇ ਉਹ ਤੋਂ ਬਾਅਦ ਤੁਸੀਂ ਇਹ ਵਿਜੁਲਾਈਜ਼ ਕਰਨਾ ਵੀ ਇਹ ਜਦੋਂ ਮੈਂ ਡੰਬਲ ਚੱਕੂੰਗਾ, ਮੇਰੀ ਬੋਡੀ ਕਿਹੋ ਜਿਹੀ ਬਣਨੀ ਆ, ਵੀ ਮੈਂ ਉਹ ਸਾਰਾ ਤੁਹਾਡੇ ਵਿਜੁਅਲਾਈਜੇਸ਼ਨ ਚੱਲ ਰਹੀ, ਉਹ ਜਿਹਨੂੰ ਅੱਜ ਕੱਲ੍ਹ ਬੜਾ ਇਹ ਮਾਡਰਨ ਟਰਮ ਦੇ ਵਿੱਚ ਆਪਾਂ ਮੈਨੀਫੈਸਟਿੰਗ ਕਹਿ ਦਿੰਦੇ ਹਾਂ, ਇਹ ਜੋ ਚੱਲਦੀ ਆ, ਇਹ ਜਿਹੜੇ ਤੁਸੀਂ ਬਹੁਤ ਘੱਟ ਚੈਂਪੀਅਨ ਦੇਖਦੇ ਹੋ ਨਾ, ਸਾਰੇ ਜਿੰਮ 'ਚ ਜਾਂਦੇ ਆ, ਮੈਂ ਤੁਹਾਨੂੰ ਮੈਨੂੰ ਗੋਲਡ ਜਿੰਮ ਜਾਂਦਿਆਂ ਮੇਰੇ ਹਿਸਾਬ ਨਾਲ 10 ਸਾਲ ਹੋ ਗਏ ਹੋਣੇ ਆ, ਉਹ ਬੰਦੇ 10 ਸਾਲ ਦੇ ਮੈਂ ਉੱਦਾਂ ਦੇ ਉੱਦਾਂ ਹੀ ਦੇਖਦਾ, ਅਤੇ ਕਈ ਪ੍ਰੋਫੈਸ਼ਨਲ ਆਏ ਜਿਹੜੇ ਬਹੁਤ ਵਧੀਆ ਹੋ ਗਏ ਥੋੜ੍ਹੇ ਚਿਰ 'ਚ ਹੀ ਆ ਕੇ। ਰੀਜ਼ਨ ਇਹ ਮੈਨੀਫੈਸਟਿੰਗ, ਇਹ ਵਿਜੁਅਲਾਈਜੇਸ਼ਨ ਬਹੁਤ ਸਟਰੋਂਗ ਆ ਉਹਨਾਂ ਦੀ। ਜਦੋਂ ਅਸੀਂ ਡੰਬਲ ਚੱਕਣੇ ਆ, ਅਸੀਂ ਮਹਾਰਾਜ ਦਾ ਨਾਂ ਲੈ ਕੇ ਜਦੋਂ ਚੱਕੇ, ਕਾਲਪੁਰਖ ਦਾ ਨਾਮ ਚੱਕ ਕੇ ਅੱਖਾਂ ਬੰਦ ਕਰਕੇ ਉਹਨੂੰ ਵਿਜੁਅਲਾਈਜ਼ ਕੀਤਾ, ਉਹਨੂੰ ਫੀਲ ਕੀਤਾ, ਮਸਲ ਮਾਇੰਡ ਕਨੈਕਸ਼ਨ ਜਿਹਨੂੰ ਕਹਿ ਦਿੰਦੇ ਆਪਾਂ, ਉਹ ਸਾਰੀਆਂ ਚੀਜ਼ਾਂ ਮੈਡੀਟੇਸ਼ਨ ਨੇ, ਮੈਂ ਇਹ ਕਹਿੰਦਾ। ਫਿਰ ਤੁਹਾਨੂੰ ਉਹ ਜਿਹੜਾ ਭਾਰ ਵਾ ਨਾ, ਉਹ ਨਹੀਂ ਫੁੱਲਾਂ ਵਰਗਾ ਲੱਗਦਾ। ਹਾਂ, ਇਹ ਚੀਜ਼ਾਂ ਨੇ, ਇਹ ਚੀਜ਼ ਤੁਸੀਂ ਇਹ ਅਜਮਾਓ। ਤੁਸੀਂ ਕੋਈ ਚੱਕਣ ਲੱਗੇ ਹੋ ਨਾ, ਤੁਸੀਂ ਇਹ ਸੋਚੋ ਮੈਂ ਇਹਦੇ ਨਾਲ ਬਣਨਾ ਕੀ ਆ, ਮੇਰਾ ਮੈਂ ਕਿੱਦਾਂ ਦਾ ਬਣਨ ਲੱਗਾ ਇਹਦੇ ਨਾਲ, ਬਸ ਫਿਰ ਖਿੱਚ ਦਿਓ ਕੰਮ ਸ਼ਹੀਦ ਸਿੰਘਾਂ ਨਾਂ ਲੈ ਕੇ। ਦਿਸ ਇਜ਼ ਆ ਪ੍ਰੋ, ਦਿਸ ਇਜ਼ ਨਾਟ ਟਿਪ, ਇਹ ਜ਼ਿੰਦਗੀ ਦੀ ਇੱਕ ਸੀਕ੍ਰੇਟ ਰਿਵੀਲ ਕੀਤਾ ਮੈਂ, ਸੀਕ੍ਰੇਟ ਰਿਵੀਲ ਆ ਐਗਜ਼ੈਕਟਲੀ। ਐਂਡ ਪਰ ਚੱਕਰ ਆ ਕੇ ਆਪਾਂ ਹੁਣ ਨਾਲ ਦੇ ਨਾਲ ਗੱਲਾਂ ਮਾਰਨੀਆਂ ਆ, ਉਹ ਵੀ ਟਾਈਮ ਹਨਾ, ਵੀ ਹੈਵ ਟੂ ਪਿਕ ਕਲਿੱਕ ਆਰ ਸਾਰ ਜੀ, ਜਦੋਂ ਤੁਹਾਡੀ ਉਹਦੇ ਨਾਲ ਜੁੜ ਗਈ ਨਾ, ਮਤਲਬ ਭਾਜੀ ਮੈਂ ਵੀ ਜਿੰਮ 'ਚ ਮੈਂ ਬਿਲਕੁਲ, ਮੈਂ ਫਿਰ ਮਾਫ਼ੀ ਚਾਹੁੰਦਾ ਵੀ ਮੈਂ ਕੋਈ ਮੇਰੇ 'ਚ ਨਾ ਮਾੜਾ ਬੰਦਾ, ਪਰ ਨਾ ਜਦੋਂ ਮੈਂ ਐਵੇਂ ਜਿੰਮ 'ਚ ਹੁੰਦਾ, ਮੇਰਾ ਮਨ ਸ਼ਹੀਦੀ ਸਿੰਘ ਆ, ਮੈਂ ਵਾਰਾਂ ਸੁਣਦਾ ਪਿਆ, ਉਹ ਇੱਕਦਮ ਮੇਰੇ ਮੂੰਹ 'ਚ ਲੁਕਦਾ ਅਕਾਲ, ਮੈਂ ਦੇਖਦਾ ਵੀ ਆਲੇ ਦੁਆਲੇ ਲੋਕ ਕੀ ਨੇ, ਮੈਨੂੰ ਉਦੋਂ ਨਹੀਂ ਪਤਾ ਲੱਗਦਾ ਵੀ ਅੰਦਰੋਂ ਜਦੋਂ ਤੁਹਾਨੂੰ ਆਵਾਜ਼ ਪੈਂਦੀ ਨਾ, ਉਹ ਤੁਸੀਂ ਫਿਰ ਅਕਾਲ ਦਾ ਨਾਂ ਲੈ ਕੇ ਅਤੇ ਚੱਕ ਦਿੰਦੇ ਕੰਮ, ਸਤਿ ਸ਼੍ਰੀ ਅਕਾਲ, ਇਹ ਕਰਕੇ ਜਦੋਂ ਫਿਰ ਡੰਬਲਾਂ ਨੂੰ ਹੱਥ ਪੈਂਦਾ ਨਾ, ਫਿਰ ਜਦੋਂ ਫੇਕਦੇ ਨਾਲ ਡੰਬਲ ਨਹੀਂ ਜਾਣੀ, ਬਸ ਚੱਕ ਲਓ ਹੀ ਆ ਫਿਰ ਕੰਮ। ਇਹ ਬਹੁਤ ਮੈਟਰ ਕਰਦੀਆਂ ਚੀਜ਼ਾਂ, ਜਿਨ੍ਹਾਂ ਲਈ ਕਰਦੀਆਂ ਉਹਨਾਂ ਲਈ ਕਰਦੀਆਂ, ਨਹੀਂ ਕਰਦੀਆਂ ਉਹਨਾਂ ਨਹੀਂ ਕਰਦੀਆਂ, ਬਟ ਇਹ ਆ ਵੀ ਜੁੜੋ, ਜਿੰਨਾ ਜੁੜ ਸਕਦੇ ਆ ਜੁੜੋ।
ਸਾਨੂੰ ਸਾਰੀ ਪਾਵਰ ਉਸ ਇੱਕ ਅਕਾਲ ਪੁਰਖ ਤੋਂ ਗੋਡ ਵਾਹਿਗੁਰੂ ਅੱਲਾ ਰਾਮ ਉਹਦੇ ਬਹੁਤ ਨਾਮ ਨੇ ਉਹ ਹੈ ਯੂਨੀਵਰਸ ਨੇਚਰ ਉਹ ਇੱਕ ਕੀ ਆ ਉਹ ਸਾਨੂੰ ਬਹੁਤ ਸਟਰੈਂਥ ਦਿੰਦੀ ਆ ਬਹੁਤ ਪਾਵਰ ਦਿੰਦੀ ਆ ਉਹ ਸਾਰੀ ਐਨਰਜੀ ਜੋੜ ਕੇ ਆਪਾਂ ਇੱਕ ਕੰਮ ਵੱਲ ਲਾਉਣਾ ਤਾਂ ਤੁਸੀਂ ਉਹ ਕੰਮ ਦੇ ਜਿਹੜੇ ਆ ਚੋਟੀ ਦੇ ਉਹਦੇ ਮਾਹਰ ਤੁਸੀਂ ਫਿਰ ਬਣ ਸਕਦੇ ਸਭ ਰਿਕਾਰਡ ਹੋਇਆ ਨਾ ਸੱਚੀ ਗੱਲ ਦੱਸਾਂ ਮੈਨੂੰ ਜਿੰਨਾ ਦਿੱਤਾ ਇਹ ਮੈਂ ਤੁਸੀਂ ਭਲਾ ਰਿਕਾਰਡ ਕਰ ਰਹੇ ਹੋ ਨਹੀਂ ਕਰ ਰਹੇ ਉਹਨੂੰ ਪਰ ਤੁਸੀਂ ਮੈਨੂੰ ਜਿੰਨਾ ਮਿਲਿਆ ਨਾ ਮੇਰੀ ਲੋੜੋਂ ਵੱਧ ਅਤੇ ਮੇਰੀ ਔਕਾਤ ਤੋਂ ਵੱਧ ਮਿਲਿਆ ਮੈਨੂੰ ਚੱਲ ਰਿਹਾ ਰਿਕਾਰਡ ਚੱਲ ਰਿਹਾ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਾ ਮੈਂ ਵਨ ਸਾਇੰਸ ਦਾ ਸਪੋਂਸਰਡ ਐਥਲੀਟ ਹਾਂ ਇਹ ਮੈਨੂੰ ਇੰਨਾ ਵਧੀਆ ਅਮਾਊਂਟ ਪੇ ਕਰ ਰਹੇ ਆ ਨਾ ਮਤਲਬ ਇੱਕ ਟਾਈਮ ਸੀਗਾ ਵੀ ਜਦੋਂ ਮੈਂ ਪ੍ਰੋਟੀਨ ਲੈਣ ਜਾਂਦਾ ਸੀਗਾ ਅਤੇ ਮੈਨੂੰ ਪੈਸੇ ਦੇਣੇ ਪੈਂਦੇ ਸੀਗੇ ਵੀ ਪੈਸੇ ਦੇ ਕੇ ਪ੍ਰੋਟੀਨ ਲੈਂਦੇ ਸੀ ਮਾਲਕ ਦੀ ਇੰਨੀ ਕਿਰਪਾ ਹੋਈ ਉਹਨੇ ਮੇਰੇ 'ਤੇ ਇੰਨਾ ਰਹਿਮ ਖਾਧਾ ਉਸ ਅਕਾਲ ਪੁਰਖ ਨੇ ਵਾਹਿਗੁਰੂ ਨੇ ਅੱਜ ਦੀ ਡੇਟ ਦੇ ਵਿੱਚ ਮੈਨੂੰ ਬ੍ਰਾਂਡ ਪੈਸੇ ਦਿੰਦਾ ਵੀ ਯਾਰ ਸਾਡੀ ਪ੍ਰੋਟੀਨ ਪੀ ਲਾ ਪੀਣ ਦੇ ਪੈਸੇ ਦੇ ਰਿਹਾ ਮੈਨੂੰ ਇਹ ਤਾਂ ਮੇਰੀ ਮੈਂ ਪੈਸੇ ਦੇ ਕੇ ਪ੍ਰੋਟੀਨ ਲੈਣੀ ਸੀ ਉਹਨੂੰ ਪੈਸੇ ਦੇ ਕੇ ਪ੍ਰੋਟੀਨ ਪਿਲਾ ਰਹੇ ਨੇ ਕਿੰਨਾ ਦਇਆਵਾਨ ਆ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਸਾਨੂੰ ਤਾਂ ਫਰੀ ਦੇ ਲੱਗੇ ਆ ਯਾਰ ਫਰੀ ਦੇ ਲੱਗੇ ਸਾਨੂੰ ਅਸੀਂ ਕੀ ਮਿਹਨਤ ਕਰਦੇ ਹਾਂ ਜਿੰਮ ਜਾ ਕੇ ਐਕਸਰਸਾਈਜ਼ ਲਾ ਲਈ ਉਹ ਤੁਸੀਂ ਆਪਾਂ ਕੁਛ ਨਹੀਂ ਕਰਦੇ ਯਾਰ ਅਸੀਂ ਕੁਛ ਕਰ ਹੀ ਨਹੀਂ ਸਕਦੇ ਸਾਨੂੰ ਜੋ ਕਰਦਾ ਉਹ ਅਕਾਲ ਪੁਰਖ ਸਾਨੂੰ ਬਹੁਤ ਦਿੰਦਾ ਜਿੱਦਣ ਤੁਸੀਂ ਮੇਰੇ ਉਸਤਾਦ ਜੀ ਕੋਚ ਸਾਹਿਬ ਮੇਰੇ ਹੈਰੀ ਸੰਧੂ ਜੀ ਉਹਨਾਂ ਮੈਨੂੰ ਇੱਕ ਗੱਲ ਮੈਂ ਉਹਨਾਂ ਦੀ ਲੜ ਬੰਨੀ ਹੋਈ ਹੈ ਕਹਿੰਦੇ ਲਵਪ੍ਰੀਤ ਸਿੰਘ ਮਾਲਕ ਦਾ ਨਾਂ ਲੈ ਕੇ ਨਾ ਭਾਅ ਜੀ ਵੀ ਬਹੁਤ ਸਪਿਰਚੁਅਲ ਬੰਦਾ ਮੈਂ ਉਹਨੂੰ ਜਾਣਦਾ ਕਹਿੰਦੇ ਮਹਾਰਾਜ ਦਾ ਨਾਂ ਲੈ ਕੇ ਨਾ ਕਹਿੰਦੇ ਐਫਰਟ ਕਰਨੇ ਆ ਜਿੰਨੇ ਕਰ ਸਕਦੇ ਹਾਂ ਕੁਛ ਆਪਾਂ ਚੀਜ਼ ਕਰਨ ਲੱਗੇ ਹਾਂ ਨਾ ਕੋਈ ਪ੍ਰੋਜੈਕਟ ਸ਼ੁਰੂ ਐਫਰਟ ਕਰਨੇ ਆ ਅਤੇ ਬਾਕੀ ਜੋ ਵੀ ਮਿਲਿਆ ਉਹ ਐਫਰਟ ਤੋਂ ਉਹ ਬੋਨਸ ਨਹੀਂ ਮਿਲਦਾ ਉਹ ਨਹੀਂ ਮਿਲਣਾ ਮਿਲ ਗਿਆ ਫਸਟ ਮਿਲੀ ਸੈਕਿੰਡ ਮਿਲੀ ਥਰਡ ਮਿਲੀ ਉਹ ਤੁਹਾਡਾ ਬੋਨਸ ਆ ਚੱਕੋ ਹੋ ਵੀ ਸਕਦਾ ਰੱਬ ਨਾ ਦੇਵੇ ਜੇ ਰੱਬ ਨਹੀਂ ਦਊਗਾ ਕੀ ਕਰੂੰਗੇ ਮੈਂ ਇੰਨੇ ਸਾਲ ਕੰਪੀਟ ਕਰਦਾ ਰਿਹਾ ਮੈਨੂੰ ਪ੍ਰੋ ਮੈਨੂੰ ਮਿਲਿਆ ਪ੍ਰੋ ਕਾਰਡ ਜਦੋਂ ਮਿਲਿਆ ਸਿੱਧਾ ਓਵਰਆਲ ਮਿਲਿਆ ਅਸੀਂ ਕੀ ਮੈਂ ਹੁਣ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਦੱਸਦਾ ਤੁਹਾਨੂੰ ਮੈਂ ਨਾ ਇੱਕ ਸ਼ੂਟ ਕੀਤਾ ਮੈਂ ਦਿਮਾਗ 'ਚ ਸੋਚਿਆ ਵੀ ਬਹੁਤ ਬਹੁਤ ਵੱਡਾ ਬ੍ਰਾਂਡ ਸੀਗਾ ਉਹਨਾਂ ਦਾ ਮੈਂ ਨਾਮ ਨਹੀਂ ਲੈਣਾ ਉਹਨਾਂ ਨੇ ਮੈਂ ਸ਼ੂਟ ਕੀਤਾ ਅਤੇ ਮੈਂ ਦਿਮਾਗ 'ਚ ਸੋਚਿਆ ਮੈਂ ਨਾ ਕੋਈ ਕਿੰਨੇ ਪੈਸੇ ਮੰਗੂੰਗਾ ਮੈਂ ਆਪਣੇ ਦਿਮਾਗ ਦੇ ਵਿੱਚ ਛੋਟਾ ਅਮਾਊਂਟ ਸੋਚਿਆ ਜਦੋਂ ਮੈਂ ਉੱਥੇ ਗਿਆ ਵਾਂ ਉਹਨਾਂ ਨੇ ਮੈਨੂੰ ਤਾਂ ਚਾਰ ਗੁਣਾ ਜ਼ਿਆਦਾ ਪੈਸੇ ਦਿੱਤੇ ਮੇਰਾ ਅੱਜ ਤੱਕ ਦਾ ਹਾਈਲੀ ਪੇਡ ਸ਼ੂਟ ਆ ਉਹ ਚਾਰ ਗੁਣਾ ਜ਼ਿਆਦਾ ਪੈਸੇ ਵੀ ਘੱਟੋ ਘੱਟ 30-40 ਹਜ਼ਾਰ ਹੀ ਜੇ ਆਪਾਂ ਲਾ ਕੇ ਚੱਲੀਏ ਲੈਂਦੇ ਹਾਂ ਅਸੀਂ ਇੱਕ ਸ਼ੂਟ ਦੇ ਤਾਂ ਕਿੱਥੇ ਪਹੁੰਚਦੀ ਰਕਮ ਮੈਂ ਆਪਣੇ ਲਈ ਇੰਨਾ ਕੁ ਸੋਚਿਆ ਉਹ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਕਿਹਨੇ ਪਾਇਆ ਉਹਨੇ ਪਾਇਆ ਮੈਂ ਤਾਂ ਨਹੀਂ ਕਿਹਾ ਉਹਨਾਂ ਨੂੰ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਗ੍ਰੈਟੀਟਿਊਡ ਇਹਨੂੰ ਕਹਿੰਦੇ ਆ ਗ੍ਰੇਟਫੁਲ ਹੋਣਾ ਇਹਨੂੰ ਕਹਿੰਦੇ ਆ ਵੀ ਯਾਰ ਕਰਨਾ ਕੀ ਆ ਤੁਸੀਂ ਫੋਟੋ ਪਾਉਣੀ ਇੱਕ ਤੁਸੀਂ ਆਪਣੀ ਐਕਸਰਸਾਈਜ਼ ਲਾ ਰਹੇ ਹੋ ਆ ਕਿਉਂ ਨਾ ਹੀ ਮਾਲਕ ਦਾ ਸ਼ੁਕਰ ਜੇ ਤੁਸੀਂ ਫੇਵਰ ਨਹੀਂ ਕਰਦੇ ਫਿਰ ਭਾਈ ਕੀ ਕਹਿ ਸਕਦੇ ਆ ਵੈਸੇ ਭਾਈ ਹੁਣ ਈਜ਼ੀ ਹੋ ਗਿਆ ਜਿਮ ਤੋਂ ਆਏ ਕੋਈ ਯਾਰ ਮੈਂ ਸੱਚੀ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਨੂੰ ਅੱਗੇ ਕਹਿੰਦਾ ਹੁੰਦਾ ਵੀ ਭਾਅ ਜੀ ਮੇਰਾ ਇੱਕ ਟਾਈਮ ਸੀਗਾ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਜਦੋਂ ਮੈਂ ਫਸਟ ਈਅਰ ਦੇ ਐਗਜ਼ਾਮ ਦਿੱਤੇ ਅਤੇ ਮੈਂ ਮੇਰੇ ਕੋਲੋਂ ਨਾ ਖਾਣ ਨੂੰ ਚਿਕਨ ਖਾਣ ਲਈ ਮੇਰੇ ਕੋਲ ਮੇਰਾ ਬਜਟ ਨਹੀਂ ਸੀ ਹੁੰਦਾ ਅਤੇ ਮੈਂ ਪ੍ਰੋਟੀਨ ਪੂਰਾ ਕਰਨਾ ਹੁੰਦਾ ਸੀਗਾ ਮੈਂ ਉਦੋਂ KFC 'ਚ ਜੋਬ ਕੀਤੀ ਸੀ ਵੀ ਮੈਨੂੰ ਚਿਕਨ ਖਾਣ ਨੂੰ ਮਿਲੂਗਾ ਤਾਂ ਮੇਰੇ ਦਿਨ ਦੀ ਪ੍ਰੋਟੀਨ ਦੀ ਰਿਕੁਆਇਰਮੈਂਟ ਪੂਰੀ ਹੋਊਗੀ ਅੱਜ ਦੀ ਡੇਟ ਦੇ ਵਿੱਚ ਵਿਹਲੇ ਆ ਯਾਰ ਇੱਥੇ ਆਉਂਦੇ ਆ ਸਵੇਰੇ ਆ ਜਾਂਦਾ ਮੀਲ ਮਿਲਦੇ ਆ 2 ਮੀਲ ਖਾਈ ਦੇ ਦਿਨ ਦੇ ਦਿਹਾੜੀ ਦੇ 5 ਮੀਲ ਟੋਰ ਨਾਲ ਖਾਈ ਦੇ ਆ ਉਹ ਦਿਨ ਸੀ ਆਹ ਦਿਨ ਆ ਕਿਉਂ ਅਸੀਂ ਫਿਰ ਮੈਂ ਕਿਉਂ ਭੁੱਲਾਂ ਵੀ ਉਹ ਜਿੱਦਣ ਮੈਂ ਕੰਮ 'ਤੇ ਲੱਗਿਆ ਸੀਗਾ ਇਹ ਦਿੱਤੀਆਂ ਦਾਤਾਂ ਮਹਾਰਾਜ ਦੀਆਂ ਇਹਨੂੰ ਸ਼ੁਕਰ ਮਨਾਓ ਜਿੰਨਾ ਮਨਾ ਸਕਦੇ ਹੋ ਬਾਕੀ ਠੀਕ ਆ ਭਾਅ ਜੀ ਚੱਲ ਦੁਨੀਆ ਖੇਡ ਤਮਾਸ਼ਾ ਅਸੀਂ ਥੋੜ੍ਹੇ ਚਿਰ ਲਈ ਹਾਂ ਇੱਥੇ
ਤੇ ਸਰੀਰ ਵਾਕਈ ਵਾਕਈ ਸਰੀਰ ਮਿੱਟੀ ਆ, ਸਰੀਰ ਵਾਕਈ ਮਿੱਟੀ ਦਾ ਵਾ। ਸਾਡੀ ਇੱਥੇ ਡਿਊਟੀ ਲੱਗੀ ਆ, ਹਰੇਕ ਬੰਦੇ ਦੀ ਡਿਊਟੀ ਲੱਗੀ। ਤੁਹਾਡੀ ਡਿਊਟੀ ਲੱਗੀ, ਤੁਸੀਂ ਆਹ ਕੰਮ ਕਰਨਾ, ਤੁਹਾਡੀ ਇਹ ਡਿਊਟੀ ਲੱਗੀ ਆ। ਸਾਡੀ ਡਿਊਟੀ ਇਸ ਸਰੀਰ ਦੇ ਵਿੱਚ ਤੁਹਾਡੀ ਇਹ ਡਿਊਟੀ ਲੱਗੀ ਆ। ਮੇਰੀ ਇਸ ਸਰੀਰ ਦੇ ਵਿੱਚ ਡਿਊਟੀ ਲੱਗੀ ਆ ਵੀ ਮੈਂ ਬੋਡੀ ਬਿਲਡਿੰਗ ਕਰਨੀ ਆ। ਬਣਨਾ ਭਾਜੀ, ਮਾਲਕ ਤੁਹਾਨੂੰ ਲੰਬੀ ਉਮਰ ਬਖਸ਼ੇ, ਬਣਨਾ ਤੁਸੀਂ ਵੀ ਮਿੱਟੀ, ਬਣਨਾ ਮੈਂ ਵੀ ਮਿੱਟੀ। ਇਸ ਚੀਜ਼ ਦਾ ਹੰਕਾਰ, ਕਾਹਦਾ ਹੰਕਾਰ? ਤੇ ਮੈਨੂੰ ਬਹੁਤ ਹਾਸਾ ਆਉਂਦਾ ਉਹਨਾਂ ਬੰਦਿਆਂ ਦੇ ਵੀ ਯਾਰ, ਤੁਹਾਨੂੰ ਜੇ ਤੁਹਾਨੂੰ ਨਾ ਲੋਕ ਤੁਹਾਡੇ ਕੋਲ ਆਉਂਦੇ, ਤੁਹਾਨੂੰ ਤੁਹਾਡੀ ਫੋਟੋ, ਤੁਹਾਨੂੰ ਫੋਟੋ ਤੁਹਾਡੇ ਨਾਲ ਫੋਟੋ ਖਿਚਾਉਣ, ਮੈਂ ਮੇਰੇ ਮੇਰੇ ਵੱਸ ਨਹੀਂ ਚੱਲਦਾ। ਮੈਂ ਮੇਰਾ ਜੀ ਕਰਦਾ ਉਹਨਾਂ ਦੇ ਪੈਰੀ ਹੱਥ ਹੀ ਲਾ ਦਾਂ ਵੀ ਯਾਰ ਵੀ ਮੈਂ ਵੀ ਤੁਸੀਂ ਮੇਰੇ ਨਾਲ ਫੋਟੋ ਖਿਚਾਉਣੇ। ਬਹੁਤ ਧੰਨਵਾਦ ਤੁਹਾਡਾ। ਜੇ ਮੈਂ ਉਹ ਕਹਿੰਦਾ ਦੁਨੀਆ 'ਤੇ ਕਾਹਦੇ ਮੈਂ ਕਾਹਦਾ ਸਟਾਰ, ਮੈਂ ਕਿੱਦਾਂ ਮੰਨਾਂ ਆਪਣੇ ਆਪ ਨੂੰ ਸਟਾਰ? ਮੈਨੂੰ ਪਤਾ ਨਹੀਂ ਆ ਵਰਲਡ ਦੀ ਪਾਪੂਲੇਸ਼ਨ ਕਿੰਨੀ ਆ, ਬਟ ਇਟ ਮਸਟ ਬੀ ਇਨ ਬਿਲੀਅਨ, ਹੰਡਰਡ ਆਫ ਬਿਲੀਅਨਸ, ਹੰਡਰਡ ਆਫ ਬਿਲੀਅਨਸ 'ਚ ਕਿੰਨੀਆਂ ਜੀਰੋਆਂ ਲੱਗਦੀਆਂ। ਅਤੇ ਮੈਨੂੰ ਉਹਨਾਂ ਵਿੱਚੋਂ ਸਿਰਫ 1,15,000 ਲੋਕ ਜਾਣਦੇ ਨੇ, ਬਾਕੀ ਕਿੱਡੀ ਦੁਨੀਆ ਪਈ ਆ। ਤਾਂ ਮੈਂ ਇਹਨਾਂ ਦਾ ਮਾਣ ਕਰੀ ਜਾਵਾਂ ਯਾਰ, ਜਿੱਦਣ ਮੈਂ ਉਹ ਕਵਰ ਕਰੂੰਗਾ। ਇਸੇ ਕਰਕੇ ਮੈਂ ਰੋਕਦਾ ਹੁੰਦਾ ਕਿਸੇ ਨੂੰ ਵੀ ਯਾਰ ਮੈਨੂੰ ਐਂ ਨਾ ਕਹਿ ਕਰੋ ਅਸੀਂ ਭਾਅ ਜੀ ਤੁਹਾਡੇ ਫੈਨ ਹਾਂ, ਬਾਈ ਅਸੀਂ ਤੁਹਾਡੇ ਫੈਨ ਹਾਂ। ਮੈਂ ਫੈਨ ਵਾਲਾ ਕੋਈ ਨਹੀਂ ਯਾਰ, ਅਸੀਂ ਹਜੇ ਫੋਲੋਅਰਾਂ ਪਿੱਛੇ ਕਈ ਲੱਗਿਆ, ਐਮ ਨਹੀਂ ਲੱਗਿਆ। ਜਿੱਦਣ ਉਹ ਲੱਗੂਗਾ ਉੱਦਣ ਆਪਾਂ ਉੱਦਣ ਦੇਖਾਂਗੇ ਵੀ, ਉੱਦਣ ਵੀ ਮੇਰੇ ਫੈਨ ਨਹੀਂ ਹੋਣਗੇ ਭਰਾਵਾ। ਮਹਾਰਾਜ ਸਾਡੇ ਗਲ 'ਚ ਪੱਟਾ ਪਾ ਕੇ ਹੀ ਰੱਖੇ, ਉਹ ਪੱਟਾ ਨਾ ਲਾਵੇ ਸਾਡੇ। ਮੈਂ ਕਹਿੰਦਾ ਆਵੇ ਹੀ ਨਾ ਕਿਤੇ, ਉਹ ਨਾ ਆਉਣ। ਆਉਣੇ ਵੀ ਤਾਂ ਮੇਰੇ ਖਿਆਲ 'ਚ ਭਾਜੀ ਭਾਜੀ ਆਪਣੇ ਆਪਣੇ ਨਾ ਬੜੇ ਅਸੀਂ ਆਪਣੇ ਲੋਕਾਂ ਨੂੰ ਪਤਾ ਨਹੀਂ ਕਿਉਂ ਨਹੀਂ ਇਸ ਤਰੀਕੇ ਨਾਲ ਪ੍ਰਮੋਟ ਕਰਦੇ ਹਾਂ, ਦੇਖਦੇ ਹਾਂ ਚੱਲ ਰਿਹਾ ਸਭ। ਅਤੇ ਸਾਡੇ ਵਿੱਚ ਬਹੁਤ ਇੰਸਪੀਰੇਸ਼ਨਸ ਨੇ ਇੱਦਾਂ ਦੀਆਂ ਜੀਂਦੀਆਂ ਜਾਗਦੀਆਂ। ਦਲਜੀਤ ਦੋਸਾਂਝ ਦੇਖ ਲਓ, ਉਹ ਬੰਦਾ ਕਿਸ ਲੈਵਲ ਦੀ ਸਪਿਰਚੁਅਲਿਟੀ ਨੂੰ ਹਿੱਟ ਕਰ ਚੁੱਕਿਆ। ਮੂਸੇ ਵਾਲਾ ਦੇਖ ਲਓ, ਮੂਸੇ ਵਾਲਾ ਯਾਰ ਤੁਸੀਂ ਯਾਰ ਜਿਸ ਬੰਦੇ ਨੇ ਆਪਣੇ ਮਾਂ ਪਿਓ ਨੂੰ ਇਸ ਲੈਵਲ ਤੱਕ ਲੈ ਗਿਆ, ਇਹ ਤੋਂ ਵੱਡੀ ਸਪਿਰਚੁਅਲਿਟੀ ਰਿਲੀਜੀਅਨ ਕੀ ਹੈ? ਮਤਲਬ ਨਾ ਆਪਾਂ ਸਾਧ ਬਣ ਕੇ ਇਦਾਂ ਬਹਿ ਕੇ ਉਹ ਚੀਜ਼ ਦਿਮਾਗ 'ਚ ਬਿਠਾਈ ਆ ਉਹ ਤੇ ਨਹੀਂ ਅਸੀਂ ਸਾਨੂੰ ਪਤਾ ਕੀ ਅਸੀਂ ਸਾਡੇ ਵਰਗਾ ਹੁਣ ਮੇਰੇ ਵਰਗਾ ਕੀ ਸੋਚਦਾ? ਮੇਰੇ ਵਰਗਾ ਸੋਚਦਾ ਯਾਰ ਮੂਸੇ ਵਾਲਾ ਯਾਰ ਸਿੰਗਰ ਸੀਗਾ ਯਾਰ, ਉਹਦੇ ਇੰਨੇ ਤਾਂ ਫੋਲੋਅਰ ਸੀਗੇ ਵੀ ਯਾਰ ਮੇਰੇ ਤਾਂ ਮੈਂ ਤਾਂ ਆਹ ਕੰਮ ਕਰਦਾ। ਨਹੀਂ ਬਾਈ ਜੀ, ਤੁਸੀਂ ਜਿਹੜੀ ਫੀਲਡ 'ਚੋਂ ਉਹਦੇ ਮੂਸੇ ਵਾਲੇ ਬਣੋ। ਮੈਂ ਬੋਡੀ ਬਿਲਡਿੰਗ ਦਾ ਮੂਸੇ ਵਾਲਾ ਬਣਨਾ, ਬਸ ਇਹ ਗੋਲ ਆ ਆਪਣਾ। ਤੁਹਾਨੂੰ ਇੱਕ ਯਾਰ ਉਹਨੇ ਪਿੰਡ ਰਹਿਣਾ ਹੋ ਸਕਦਾ, ਪਰ ਸਾਨੂੰ ਪਿੰਡ ਛੱਡਿਆ 20 ਸਾਲ ਹੋ ਗਏ ਵੀ। ਹਾਂ ਸਾਡਾ ਪਿੰਡ ਮੇਰਾ, ਮੈਂ ਪੰਜਾਬ ਨਹੀਂ ਛੱਡਣਾ ਚਾਹੁੰਦਾ ਯਾਰ। ਜੇ ਮੈਂ ਕਿਤੇ ਬਾਹਰ ਜਾਵਾਂ ਵੀ ਨਾ, ਕਿਤੇ ਬਹੁਤ ਮਜਬੂਰੀ 'ਚ ਕਿਤੇ ਮੈਨੂੰ ਜੇ ਜਾਣਾ ਪੈ ਗਿਆ ਤਾਂ ਮੈਂ ਜਾਊਂਗਾ, ਅਦਰਵਾਈਜ਼ ਮੈਂ ਪੰਜਾਬ ਨਹੀਂ ਛੱਡਣਾ ਚਾਹੁੰਦਾ। ਹਾਂ ਮੈਂ ਜੇ ਗਿਆ ਤਾਂ ਮੈਂ ਸ਼ੋਅ ਖੇਡਣ ਤਾਂ ਡੈਫੀਨੇਟਲੀ ਬਾਹਰ ਜਾਣਾ ਹੀ ਜਾਣਾ। ਹਾਂ ਮੈਂ ਜਾਣਾ ਚਾਹੁੰਦਾ ਟ੍ਰੇਨਿੰਗ ਲਈ, 3-6 ਮਹੀਨੇ ਲਈ ਮੇਰੀ ਟ੍ਰੇਨਿੰਗ ਹੋਵੇ ਉੱਥੇ ਕਿਸੇ ਵਧੀਆ ਕੋਚ ਦੇ ਅੰਡਰ, ਉਹ ਮੈਂ ਉੱਥੇ ਟ੍ਰੇਨਿੰਗ ਕਰਾਂ, ਉੱਥੇ ਮੀਲ ਖਾਵਾਂ। ਪਰ ਰਹਿਣਾ ਮੈਂ ਆਪਣੇ ਦੇਸ਼ ਪੰਜਾਬ 'ਚ ਹੀ ਆ, ਮੈਂ ਨਹੀਂ ਛੱਡ ਸਕਦਾ ਇਹਨੂੰ ਨਾ। ਮੈਂ ਆਪਣੇ ਮਾਂ ਪਿਓ ਨਹੀਂ ਛੱਡ ਸਕਦਾ, ਮੈਂ ਆਪਣਾ ਦੇਸ਼ ਪੰਜਾਬ ਨਹੀਂ ਛੱਡ ਸਕਦਾ, ਮੈਨੂੰ ਮੈਂ ਗੁਰੂ ਘਰ ਨਹੀਂ ਛੱਡ ਸਕਦਾ, ਮੈਂ ਇਹ ਚੀਜ਼ਾਂ ਨਹੀਂ ਛੱਡ ਸਕਦਾ, ਮੇਰੇ ਤੋਂ ਬਾਹਰ ਨੇ ਇਹ ਚੀਜ਼ਾਂ। ਥੈਂਕ ਯੂ ਭਾਅ ਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਡਾਇਟ ਆਫ ਚੈਂਪੀਅਨ। ਸੋ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਸਲਾਹ ਦੇਣਾ, ਮੈਂ ਇਹਨਾਂ ਨੂੰ ਪੁੱਛਦਾ ਜੀ ਵੀਰ ਉਹਨਾਂ ਨੂੰ ਵੀ ਭਾਅ ਜੀ ਵੀ ਆਹ ਸੈਟਅਪ ਦਾ ਕੀ ਸਿਸਟਮ ਆ, ਕਿਨੇ ਇਹਨਾਂ ਨੇ ਇੰਨਾ ਯਾਰ ਪੈਸਾ ਖਰਚਿਆ ਇਹ ਪੂਰਾ, ਜੇ ਤੁਹਾਨੂੰ ਮੈਂ ਦਿਖਾਵਾਂ ਸੈਟਅਪ, ਦੇ ਇਨਵੈਸਟਡ ਅ ਗੁੱਡ ਅਮਾਊਂਟ ਆਫ ਮਨੀ। ਅਤੇ ਜੇ ਤੁਹਾਡੇ ਤੱਕ ਕੋਈ ਚੀਜ਼ ਲੈ ਕੇ ਆ ਰਹੇ ਹਾਂ ਨਾ, ਅਸੀਂ ਇੱਥੇ ਰਾਤ ਨੂੰ ਬੈਠੇ ਹਾਂ, 1:00 12:58 ਹੋਏ ਨੇ, 12:58 ਹੋ ਗਏ ਨੇ, ਹੁਣ ਕਹਿੰਦਾ ਝੂਠ ਬੋਲਦਾ, 1 ਕਿੱਦਾਂ ਕਹਿਤਾ ਹੋਣੀ ਵਾਲੇ 2 ਮਿੰਟਾਂ 'ਚ। ਲੋਕ ਇੰਨੀ ਮਿਹਨਤ ਕਰਦੇ ਨੇ, ਸਾਡਾ ਫਰਜ਼ ਬਣਦਾ ਯਾਰ, ਦੇਖੋ ਕਿੱਥੋਂ ਉੱਠ ਕੇ ਆਏ ਨੇ ਵਿਚਾਰੇ, ਮਤਲਬ ਨਹੀਂ ਵਿਚਾਰਦੇ ਨਹੀਂ ਕਹਿਣਾ ਚਾਹੀਦਾ, ਪਰ ਚਲੋ ਮਿਹਨਤ ਕਰਦੇ ਨੇ ਯਾਰ, ਸਾਡਾ ਫਰਜ਼ ਬਣਦਾ ਵੀ ਜੇ ਬੰਦਾ ਇੰਨੀ ਮਿਹਨਤ ਕਰਦਾ ਪਿਆ, ਅਸੀਂ ਉਹਦੇ ਕੰਟੈਂਟ ਨੂੰ ਸ਼ੇਅਰ ਕਰੀਏ, ਜਾਂ ਇਹ ਇਸ ਕਨਵਰਸੇਸ਼ਨ 'ਚ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ। ਮੈਨੂੰ ਪਰਸਨਲੀ ਲੱਗਿਆ ਵੀ ਇਹ ਵਾਕਈ ਇੱਕ ਫਰੂਟਫੁੱਲ
ਕੰਟੈਂਟ ਆਪਾਂ ਅੱਜ ਸ਼ੂਟ ਕੀਤਾ ਚਾਹੇ ਇਹਨੂੰ ਮਹਾਰਾਜ ਕਰੇ ਇਹ ਮਿਲੀਅਨਸ 'ਚ ਜਾਵੇ ਇਹਦੇ ਵਿਊਜ਼ ਤੁਹਾਡੇ ਸਬਸਕ੍ਰਾਈਬਰ ਮਿਲੀਅਨਸ 'ਚ ਜਾਣ ਜਿੰਨੇ ਵੀ ਲੋਕ ਇਹਨੂੰ ਦੇਖਣਗੇ ਨਾ ਉਹਨਾਂ 'ਚੋਂ ਦੋ ਬੰਦਿਆਂ 'ਤੇ ਵੀ ਇਫੈਕਟ ਪੈ ਗਿਆ ਤਾਂ ਤੁਹਾਡਾ ਕੰਮ ਇੱਕ ਵਜੇ ਬਹਿਣਾ ਸਫਲ ਹੋ ਗਿਆ ਬਸ ਤੁਹਾਡਾ ਕੰਮ ਸਫਲ ਆ ਤੁਹਾਡੀ ਮਿਹਨਤ ਸਫਲੀ ਆ ਬਾਕੀ ਜੋ ਮਨ ਲੱਗਦਾ ਭਾਈ ਆਪਾਂ ਬਹੁਤ ਵਾਰੀ ਮਿਲਾਂਗੇ ਹਾਂ 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 ਫੋਰ ਸ਼ੋਰ ਕਨੈਕਸ਼ਨ ਵੀ ਹੋ ਰਿਹਾ ਬਣਾਗਾ ਬਣਾਗਾ ਜੀ ਮੈਂ ਮਿਲਣਾ ਚਾਹਾਂਗਾ ਹਾਂ ਜੀ ਹਾਂ ਜੀ ਭਾਈ ਐਨੀ ਟਾਈਮ ਮਿਲਾਂਗਾ ਤੁਹਾਨੂੰ ਇੱਕ ਵੱਡੀ ਉਪਲਬਧੀ ਦੁਬਾਰਾ ਦੈਨ ਵੀ ਟਾਕ ਅਬਾਊਟ ਦੈਟ ਵਿਜ਼ੂਅਲਾਈਜ਼ੇਸ਼ਨ ਵੱਡੀ ਉਪਲਬਧੀ ਜਦੋਂ ਭਾਈ ਹੁਣਾਂ ਦੇ 1 ਮਿਲੀਅਨ ਸਬਸਕ੍ਰਾਈਬਰ ਕ੍ਰਾਸ ਕਰ ਜਾਣਗੇ ਦੇ ਹੀ ਇਸ ਟਾਕਿੰਗ ਅਬਾਊਟ ਹਿਸ ਉਪਲਬਧੀ ਯੈਸ ਐਂਡ ਵੀ ਆਲ ਨੋ ਐਂਡ ਮੈਂ ਫਿਰ ਇੱਕ ਫਿਰ ਪੰਜਾਬੀ ਚ ਪੋਡਕਾਸਟ ਸ਼ੂਟ ਕਰਾਂਗਾ ਆਫ ਐ ਹਾਂ ਪਤਾ ਆਪਾਂ ਕਿਹੜੇ ਗੋਲ ਚ ਆ ਐਂਡ ਮੈਂ ਵੀ ਮੈਨੀਫੈਸਟੇਸ਼ਨ ਤੇ ਬਹੁਤ ਬਲੀਵ ਕਰਦਾ ਇਹ ਚੀਜ਼ਾਂ ਸੱਚੀਆਂ ਨੇ ਰੋਲਾ ਪਾਉਣਾ ਹੈ ਆਪਾਂ ਠੋਕੇ ਪਾਉਣਾ ਹੈ ਯੂਨੀਵਰਸ ਨੂੰ ਦੱਸਣਾ ਹੈ ਦੈਟ ਵੀ ਆਰ ਹੇਅਰ ਆਪਾਂ ਆਏ ਆ ਕਰਨ ਜੰਮੇ ਆ ਇੱਥੇ ਜਲੰਧਰ ਜੰਮੇ ਆ ਇੱਥੇ ਕੁੱਲਰ ਵੀਜ਼ਾ ਇੱਥੇ ਲਵਪ੍ਰੀਤ ਠੀਕ ਹੈ ਲਵਪ੍ਰੀਤ ਜਦੋਂ ਨਾਮ ਦੇ ਨਾਲ ਐਥਲੀਟ ਲੱਗ ਗਿਆ ਤੇ ਫਿਰ ਐਥਲੀਟ ਨੂੰ ਲੱਗਾ ਬੰਦੇ ਇਹ ਮੈਂ ਆਪ ਹੀ ਲਾਇਆ ਕਿਸੇ ਨੇ ਨਹੀਂ ਲਾਇਆ ਲਾਇਆ ਮੈਂ ਤਾਂ ਸੀਗਾ ਵੀ ਐਥਲੀਟ ਮੀਨਸ ਆ ਸਪੋਰਟਸਮੈਨ ਕਿਸੇ ਵੀ ਫੀਲਡ ਦਾ ਸਪੋਰਟਸਮੈਨ ਅਤੇ ਮੈਂ ਇਹਨੂੰ ਕਰਤਾ ਵੀ ਨਾ ਲਵਪ੍ਰੀਤ ਉਦੋਂ ਮੈਂ ਆਈ ਐਫ ਬੀ ਬੀ ਪ੍ਰੋ ਨਹੀਂ ਸੀਗਾ ਸੋ ਉਹ ਤਾਂ ਹੁਣ ਬਣਿਆ ਹਜੇ ਵੀ ਮੈਂ ਆਪਣਾ ਯੂਜ਼ਰ ਨੇਮ ਚੇਂਜ ਨਹੀਂ ਕੀਤਾ ਬੜਿਆਂ ਨੇ ਕਿਹਾ ਵੀ ਯੂਜ਼ਰ ਨੇਮ ਚੇਂਜ ਕਰ ਲੈਣਾ ਮੈਂ ਨਹੀਂ ਇਹ ਚੱਲਦਾ ਰਿਹਾ ਇਹ ਚੱਲੂਗਾ ਲਵਪ੍ਰੀਤ ਦਾ 3D ਚੱਲਦਾ ਰਿਹਾ ਹਾਂ ਮੇਰੇ ਮੇਰੇ ਦੋ ਟੈਟੂ ਨੇ ਇੱਕ ਆਹ ਕੀਪ ਏਮਿੰਗ ਲਿਖਿਆ ਹੋਇਆ ਇੱਥੇ ਸਪਾਰਟਨ ਵੈਸੇ ਤਾਂ ਸਾਡੇ ਸ਼ਹੀਦ ਸਿੰਘ ਸਿੰਘਾਂ ਦੇ ਉੱਤੇ ਕੋਈ ਤਕੜਾ ਵਾਰੀਅਰ ਰਿਹਾ ਨੀ ਗਾ ਬਟ ਮੈਂ ਬਣਾਊਂਗਾ ਉਹ ਵੀ ਕਿਰਪਾ ਮੇਰੇ ਤੇ ਬਾਅਦ ਚੋਂ ਹੋਈ ਹੈ ਇਹ ਟੈਟੂ ਬਣਾਉਣ ਤੋਂ ਬਾਅਦ ਹੁਣ ਮੈਨੂੰ ਲੱਗਦਾ ਵੀ ਮੈਨੂੰ ਮੈਂ ਕੁਛ ਕਹਿ ਦਊਂਗਾ ਮੈਂ ਗਲਤ ਕਹਿ ਦਊਂਗਾ ਆਲੂ ਜੋੜਦਾ ਹਾਂ ਇਹ ਮੈਂ 2021 ਚ ਬਣਾਇਆ ਸੀਗਾ ਬੰਦ ਹੋ ਗਿਆ ਓਕੇ ਭਾਈ ਤੁਸੀਂ ਆਪਣੇ ਕੈਮਰੇ 'ਚ ਬੋਲੋ ਇਹ ਮੈਂ 2021 ਚ ਬਣਾਇਆ ਸੀ ਟੈਟੂ ਸੋ ਹਾਂ ਇਹਦਾ ਵੀ ਮਤਲਬ ਇਹ ਸੀਗਾ ਵੀ ਗਿਵ ਅਪ ਨਹੀਂ ਕਰਨਾ ਆਪਾਂ ਵੀ ਲੜਦੇ ਰਹੋ ਕਰਦੇ ਰਹੋ ਫਿਰ 2022 ਦੇ ਵਿੱਚ ਮਹਾਰਾਜ ਨੇ ਮੇਰੀ ਬਾਂਹ ਫੜੀ ਅਤੇ ਆਪਾਂ ਚੱਲ ਸੋ ਚੱਲ ਅੱਜ ਕਿਤੇ ਕੱਲ੍ਹ ਕਿਤੇ ਜਿੱਥੇ ਉਹ ਰੱਖੂ ਵਧੀਆ ਰੱਖੂ ਯਾਰ ਆਪਾਂ ਕੰਪਲੇਨ ਨਹੀਂ ਕਰ ਸਕਦੇ ਆਪਾਂ ਕੰਪਲੇਨ ਕਰਨ ਵਾਲੇ ਬੰਦੇ ਨਹੀਂ ਗੇ ਤੁਸੀਂ ਗੱਲ ਕਰਦੇ ਪਏ ਸੀ ਤੁਸੀਂ KFC ਦੇ ਵਿੱਚ ਚਿਕਨ ਖਾਂਦੇ ਪਏ ਸੀ ਉਸ ਚਿਕਨ ਦੇ ਵਿੱਚ ਤੇ ਆਹ ਹੁਣ ਚਿਕਨ ਖਾਂਦੇ ਵਿੱਚ ਉਹ ਤਾਂ ਚਲੋ ਮੈਂ ਕਿਤੇ ਮਜਬੂਰੀ ਵਾਸਤੇ ਮੈਨੂੰ ਖਾਣੇ ਪੈ ਗਏ ਉਹਦੇ ਮੇਰੀ ਤਨਖਾਹ ਵੀ ਜਿਹੜੀ ਮਿਲਦੀ ਸਾਰੀ ਉਹਦੇ ਬਰਗਰਾਂ ਚ ਹੀ ਲਾਤੀ ਇੱਥੇ ਭਾਜੀ ਇਹ ਆ ਅੱਜ ਦੀ ਡੇਟ ਦੇ ਵਿੱਚ ਇੰਨਾ ਸੌਖਾ ਹੋ ਗਿਆ ਮੈਂ ਪਰਸਨਲੀ ਮਸਲ ਹੋਲਿਕਸ ਨੂੰ ਬਹੁਤ ਬਹੁਤ ਟਾਈਮ ਦਾ ਮੈਂ ਜਾਣਦਾ ਆ ਰਿਹਾ ਇਹਨਾਂ ਦੇ ਫੂਡ ਦੀ ਕੁਆਲਿਟੀ ਇਹ ਜਿਹੜੇ ਹੁਣ ਇੱਕ ਸ਼ਿਮਲਾ ਮਿਰਚ 20 ਰੁਪਏ ਕਿਲੋ ਆਉਂਦੀ ਹੈ ਇੱਕ ਸ਼ਿਮਲਾ ਮਿਰਚ 80 ਰੁਪਏ ਕਿਲੋ ਆਉਂਦੀ ਹੈ ਇਹ ਉਹ ਵਾਲੀ ਵਰਤਦੇ 80 ਵਾਲੀ ਜਿਹੜੀ ਤੁਹਾਡਾ ਨਾਲ ਢਿੱਡ ਖਰਾਬ ਕਰਦੀ ਆ ਜਿੱਥੇ ਇੰਨੇ ਪੈਸਟੀਸਾਈਡਸ ਨਹੀਂ ਯੂਜ਼ ਕੀਤੇ ਹੈ ਨਾ ਉਹ ਸਾਰੀਆਂ ਚੀਜ਼ਾਂ ਦਾ ਬਹੁਤ ਖਿਆਲ ਰੱਖਦੇ ਨੇ ਤੁਸੀਂ ਇੱਥੇ ਜਦੋਂ ਆਓਗੇ ਤੁਸੀਂ ਕਿਸੇ ਨਾ ਕਿਸੇ ਐਥਲੀਟ ਨੂੰ ਬੈਠੇ ਦੇਖੋਗੇ ਮੈਂ ਇੱਥੇ ਡੋਲੇ ਵਾਲੇ ਦੇਖੋ ਡੋਲੇ ਵਾਲੇ ਦੇਖੋ ਤੁਹਾਡੇ ਉੱਤੇ ਵਾਲਾ ਲੱਭ ਜੂ ਇਹ ਬਹੁਤ ਐਥਲੀਟਸ ਹੁੰਦੇ ਨੇ ਇੱਥੇ ਉਸ ਤੋਂ ਬਾਅਦ ਮੈਨੂੰ ਹੋਰ ਖੁਸ਼ੀ ਉਦੋਂ ਹੁੰਦੀ ਆ ਜਦੋਂ ਨਾਰਮਲ ਲੋਕ ਇੱਥੇ ਆਉਂਦੇ ਨੇ ਡਾਇਟ ਖਾਣ ਭਾਜੀ ਤੁਹਾਡੇ ਤੇ ਆ ਇਹ ਕਪਲਸ ਹੁੰਦੇ ਆ ਕਪਲ ਭਾਜੀ ਬਹੁਤ ਵਧੀਆ ਗੱਲ ਆ ਬਿਲਕੁਲ ਤੁਹਾਡੇ ਕੋਲ ਚੋਇਸ ਆ ਵੀ ਤੁਸੀਂ ਇੱਥੇ ਭਾਜੀ ਤੁਹਾਨੂੰ ਫੂਡ ਵੀ ਸਸਤਾ ਮਿਲਣਾ ਹਾਈ ਕੁਆਲਿਟੀ ਹਾਈ ਨਿਊਟ੍ਰੀਸ਼ਨਿਸਟ ਫੂਡ ਮਿਲਣਾ ਕੰਪੈਰੇਟਿਵਲੀ ਤੁਸੀਂ ਪੀਜ਼ੇ ਖਾ ਰਹੇ ਹੋ ਬਰਗਰ ਖਾ ਰਹੇ ਹੋ ਜੰਕ ਖਾ ਰਹੇ ਹੋ ਸਾਰਾ ਦਾ ਸਾਰਾ ਪੈਸੇ ਵੀ ਜ਼ਿਆਦਾ ਲੱਗਣੇ ਹੈਲਥ ਨਾਲ ਕੰਪਰੋਮਾਈਜ਼ ਆਪਣਾ ਇੱਥੇ ਆਓ ਆਪਣਾ ਵਧੀਆ ਤਰੀਕੇ ਨਾਲ ਯਾਰ ਗਿਵ ਦਿਸ ਗਿਫਟ ਟੂ ਯੋਰ ਹੈਲਥ ਤੁਸੀਂ ਆਪਣੀ ਗਰਲਫ੍ਰੈਂਡ ਨਾਲ ਆਓ ਤੁਸੀਂ ਆਪਣੇ ਘਰਦਿਆਂ ਨਾਲ ਆਓ ਇੱਥੇ ਬੈਠੋ ਵਧੀਆ ਐਡਾ ਸੋਹਣਾ ਮਤਲਬ ਡਾਇਨਿੰਗ ਆ ਇਹਨਾਂ ਦਾ ਐਡੀ ਵਾਈਬ ਆ ਇੱਥੇ ਉਸ ਤੋਂ ਬਾਅਦ ਜੋ ਇਹ ਖਾਣਾ ਬਣਾਉਂਦੇ ਨੇ ਯਾਰ ਮੈਂ ਸੱਚੀ ਕਹਿੰਦਾ ਤੁਸੀਂ ਇੱਕ ਵਾਰੀ ਆ ਕੇ ਇਹਨਾਂ ਦਾ ਮੀਲ ਟਰਾਈ ਕਰਕੇ ਦੇਖੋ ਤਾਂ ਮੈਨੂੰ ਵੀ ਬਹੁਤ ਵੱਡਾ ਸਾਰੇ ਮੀਲ ਆਇਆਂ ਨੂੰ
ਤੁਸੀਂ ਜੋ ਵੀ ਲਿਖਾ ਮੈਂ ਮੈਂ ਤੋਂ ਬਾਅਦ ਮੈਂ ਤਾਂ ਨਹੀਂ ਘਰੇ ਚਿਕਨ ਬਣਾਇਆ ਮੈਂ ਕੋ ਨਹੀਂ ਖਾਦਾ ਜਾਂਦਾ ਹੁਣ ਨਾ 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 ਸੱਚੀ ਗੱਲ ਆ ਭਾਈ ਮੈਂ ਕੋ ਖਾਦਾ ਨਹੀਂ ਜਾਂਦਾ ਮੈਂ ਕਿਹਾ ਨਾ ਹੁਣ ਨਹੀਂ ਬਣਦਾ ਹੁਣ ਤਾਂ ਇੱਥੋਂ ਚੱਲੂਗਾ ਤਰਾਹੀ ਕਿੰਨੀ ਆ ਪੀਪੀਆਰ ਮਾਲ ਏਡਾ ਵੱਡਾ ਭਾਜੀ ਤਾਂ ਮੈਂ ਦੇਖਿਆ ਕਿ ਚੰਗੀ ਚੀਜ਼ ਹਮੇਸ਼ਾ ਹੀ ਘੱਟ ਹੋਏਗੀ ਚੰਗੀ ਚੀਜ਼ ਨੂੰ ਹਲਾਰਾ ਹੰਗਾਰਾ ਹਮੇਸ਼ਾ ਘੱਟ ਮਿਲੇਗਾ ਸੋ ਸੇਮ ਬੋਡੀ ਬਿਲਡਿੰਗ ਵੀ ਵਰ ਟਾਕਿੰਗ ਅਬਾਊਟ ਕਿ ਬੋਡੀ ਬਿਲਡਿੰਗ ਇੱਕ ਬਹੁਤ ਵੱਡੀ ਚੀਜ਼ ਆ ਬਹੁਤ ਵੱਡੀ ਚੀਜ਼ ਆ ਜਿੰਨੀਆਂ ਸਾਡੀਆਂ ਬਾਕੀ ਖੇਡਾਂ ਹੈਗੀਆਂ ਨੇ ਜਿੰਨਾ ਹੰਗਾਰਾ ਉਹਨੂੰ ਪੰਜਾਬੀ ਦਿੰਦੇ ਆ ਜਿੱਦਾਂ ਸਾਡੇ ਕਬੱਡੀ ਦੇ ਭਰਾਵਾਂ ਨੂੰ ਸਨਮਾਨਿਤ ਕਰਦੇ ਵੀ ਕਬੱਡੀ ਦਾ ਫਲਾਣਾ ਸਟਾਰ ਪਲੇਅਰ ਐਡੀ ਇਹ ਮੈਚ ਖੇਡ ਕੇ ਆਇਆ ਬੈਸਟ ਨਿਕਲਿਆ ਅਸੀਂ ਵੀ ਆਪਣੇ ਪੰਜਾਬ ਲਈ ਬਹੁਤ ਵੱਡੇ ਵੱਡੇ ਟਾਈਟਲ ਜਿੱਤੇ ਆ ਓਵਰਆਲ ਉਹ ਵੀ ਇੰਟਰਨੈਸ਼ਨਲ ਗੇਮਾਂ ਦੇ ਵਿੱਚ ਮੈਂ ਉਮੀਦ ਕਰਦਾ ਵੀ ਸਾਡੇ ਪੰਜਾਬੀ ਭਰਾ ਸਾਡੇ ਵੱਲ ਧਿਆਨ ਦੇਣਗੇ ਅਤੇ ਅਸੀਂ ਸਾਡੇ ਵੀ ਸਾਨੂੰ ਵੀ ਸਨਮਾਨਿਤ ਕਰਨਗੇ ਐਟ ਦ ਐਂਡ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਵੀ ਸਪਲੀਮੈਂਟਸ ਦੀ ਆਪਾਂ ਗੱਲ ਕਰ ਰਹੇ ਸੀਗੇ ਸੋ ਸਪਲੀਮੈਂਟਸ ਦੇ ਵਿੱਚ ਹੁਣ ਵਨ ਸਾਇੰਸ ਨਿਊਟ੍ਰੀਸ਼ਨ ਜਿੱਦਾਂ ਤੁਸੀਂ ਦੇਖਦੇ ਹੋ ਮੈਂ ਇਹਨਾਂ ਦਾ ਬ੍ਰਾਂਡ ਐਥਲੀਟ ਹਾਂ ਮੈਂ ਸੱਚੀ ਨਾ ਮੈਂ ਤਾਂ ਨਹੀਂ ਇਹ ਕਹੂੰਗਾ ਵੀ ਮੈਂ ਇਹਨਾਂ ਦਾ ਐਥਲੀਟ ਹਾਂ ਵੀ ਤਾਂ ਇਹਨੂੰ ਪ੍ਰਮੋਟ ਕਰਦਾ ਇਹ ਵੀ ਇੱਕ ਰੀਜ਼ਨ ਆ ਬਟ ਮੈਂ ਇਹਨਾਂ ਦੇ ਜਿਹੜੇ ਸਟੈਂਡਰਡਸ ਨੇ ਯੂਰੋਪੀਅਨ ਬੇਸਡ ਜਿਹੜਾ ਇਹਨਾਂ ਦਾ ਪਲਾਂਟ ਆ ਉਹਦੇ ਉੱਥੋਂ ਸਪਲੀਮੈਂਟ ਬਣਦੇ ਆ ਉੱਥੋਂ ਇੱਥੇ ਇੰਪੋਰਟ ਕਰਦੇ ਆ ਗ੍ਰਾਸ ਫੈਡ ਪ੍ਰੋਟੀਨ ਆ ਭਾਜੀ ਤੁਸੀਂ ਇੱਕ ਵਾਰੀ ਇਹਦੇ ਪ੍ਰੋਡਕਟ ਯੂਜ਼ ਕਰਕੇ ਦੇਖੇ ਨਾ ਸੁਪਰੀਮ ਕੁਆਲਿਟੀ ਪ੍ਰੋਡਕਟਸ ਅਤੇ ਮੈਂ ਇਹ ਤਾਂ ਨਹੀਂ ਮੈਂ ਇਸ ਬ੍ਰਾਂਡ ਨਾਲ ਸੱਚੀ ਮੈਂ ਇਹਨੂੰ ਪਿਆਰ ਕਰਦਾ ਇਸ ਬ੍ਰਾਂਡ ਨੂੰ ਵਨ ਸਾਇੰਸ ਨਿਊਟ੍ਰੀਸ਼ਨ ਨੂੰ ਮੈਨੂੰ ਕੋਲਾਈਟਸ ਸੀਗਾ ਅਲਸਰੇਟਿਵ ਕੋਲਾਈਟਸ ਇੱਕ ਕੋਲਨ ਦੀ ਡਿਜ਼ੀਜ਼ ਆ ਡਾਈਜੈਸ਼ਨ ਦੀ ਆ ਵੀ ਮੈਂ ਜੇ ਕੁਛ ਵੀ ਮੈਂ ਲੋਅ ਕੁਆਲਿਟੀ ਦਾ ਖਾਵਾਂ ਨਾ ਮੇਰਾ ਡਾਈਜੈਸ਼ਨ ਇੱਦਾਂ ਜਾਂਦਾ ਇਹ ਇਹਨਾਂ ਦੇ ਪ੍ਰੋਟੀਨਸ ਇਹਨਾਂ ਦੇ ਸਪਲੀਮੈਂਟ ਇੰਨੇ ਕੁਆਲਿਟੀ ਇਨਗਰੀਡੀਅੰਟ ਯੂਜ਼ ਕਰਦੇ ਆ ਇਹ ਵੀ ਤੁਸੀਂ ਛੱਡ ਗੱਲਾਂ ਦਿਉ ਸੋ ਜੇ ਤੁਸੀਂ ਚੂਜ਼ ਕਰਨੇ ਸਪਲੀਮੈਂਟੇਸ਼ਨ ਆਪਣਾ ਥੋੜ੍ਹਾ ਜਿਹਾ ਤਰੀਕੇ ਦੇ ਨਾਲ ਬਜਟ ਬਣਾਓ ਉਹਨਾਂ ਵਿੱਚ ਤੁਸੀਂ ਵਨ ਸਾਇੰਸ ਨਿਊਟ੍ਰੀਸ਼ਨ ਦੇ ਬਹੁਤ ਅੱਛੀਆਂ ਚੀਜ਼ਾਂ ਆਉਂਦੀਆਂ ਨੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਚੂਜ਼ ਵਾਈਸਲੀ ਐਗਜੈਕਟਲੀ ਚੂਜ਼ ਯੂਅਰ ਫੂਡ ਵਾਈਸਲੀ ਚੂਜ਼ ਵਾਈਸਲੀ ਵਟ ਯੂਅਰ ਫੀਡਿੰਗ ਟੂ ਯੂਅਰ ਬਾਡੀ ਯੈਸ ਚੂਜ਼ ਵਾਈਸਲੀ ਵਟ ਯੂਅਰ ਫੀਡਿੰਗ ਟੂ ਯੂਅਰ ਬ੍ਰੇਨ ਚੂਜ਼ ਵਾਈਸਲੀ ਤੁਹਾਡੀ ਆਸੇ ਪਾਸੇ ਦੀ ਐਸੋਸੀਏਸ਼ਨ ਦੈਟ ਦੀਸ ਆਰ ਮਾਈ ਟੇਕਸ ਫਰੋਮ ਦਿਸ ਚੂਜ਼ ਵਾਈਸਲੀ ਵਟ ਯੂ ਆਰ ਟਾਕਿੰਗ ਟੂ ਯੋਰ ਸੈਲਫ ਐਵਰੀ ਟਾਈਮ ਵੈਦਰ ਇਟ ਇਜ਼ ਇਨ ਜਿਮ ਵੈਦਰ ਇਟ ਇਜ਼ ਐਨੀਵੇਅਰ ਤਾਂ ਜੇ ਤੁਸੀਂ ਇਹਨਾਂ ਦੇ ਉੱਤੇ ਥੋੜ੍ਹਾ ਧਿਆਨ ਦਿਓ ਤੇ ਤੁਹਾਡੀ ਸਿਹਤ ਚੜ੍ਹਦੀ ਕਲਾ ਚ ਹੋ ਸਕਦੀ ਹੈ ਜ਼ਿੰਦਗੀ ਚੜ੍ਹਦੀ ਕਲਾ ਚ ਹੋ ਸਕਦੀ ਹੈ ਦੋਨਾਂ ਦੇ ਨਾਲ ਇੱਕ ਐਨਰਜੀ ਮੈਂ ਫੀਲ ਕੀਤੀ ਐਂਡ ਆਈ ਨੋ ਯੂ ਨੋ ਕਿ ਕੀ ਐਨਰਜੀ ਸੀਗੀ ਉਹ ਐਂਡ ਉਹ ਐਨਰਜੀ ਨਾਲ ਆਪਾਂ ਕਨੈਕਟਡ ਆ ਐਂਡ ਉਹ ਐਨਰਜੀ ਆਪਾਂ ਚਾਹੁੰਦੇ ਸਾਡੇ ਸਾਰੇ ਪੰਜਾਬੀ ਸਾਡੀ ਹਿਊਮਨ ਬੀਇੰਗ ਦੀ ਜਿਹੜੀ ਰੇਸ ਆ ਉਹ ਕਨੈਕਟਡ ਰਹੇ ਤੇ ਚੜ੍ਹਦੀ ਕਲਾ ਚ ਰਹੇ ਤਾਂ ਤੁਸੀਂ ਆਪਣੀ ਸਿਹਤ ਨੂੰ ਚੜ੍ਹਦੀ ਕਲਾ ਚ ਰੱਖੋ ਤੇ ਜੇ ਕੰਟੈਂਟ ਚੰਗਾ ਲੱਗਾ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਥੈਂਕ ਯੂ ਭਾਜੀ ਚਲੋ ਵਧੀਆ ਵਧੀਆ ਸੀ ਧਿਆਨ ਠੀਕ ਆ ਮੇਰਾ ਫੂਡ ਦਿਓ ਛੇਤੀ ਇੱਕ ਫੋਟੋ ਖਿੱਚਦੇ ਲੋਕ ਉਹਦੇ ਨਾਲ ਭਾਜੀ ਨਾਲ